ਸਤਿ ਸ਼੍ਰੀ ਅਕਾਲ ਜੀ ਸਭ ਨੂੰ, ਕੀ ਹਾਲ ਚਾਲ ਨੇ ਸਭ ਦੇ। ਵੈਲਕਮ ਆ ਜੀ ਤੁਹਾਡਾ ਗਿਲਜ਼ਮੈਟੋਰ ਈ ਲਰਨਿੰਗ ਪਲੇਟਫਾਰਮ ਦੇ ਉੱਤੇ। ਤਾਂ ਸਵਾਗਤ ਕਰਦੇ ਹਾਂ ਜੀ ਤੁਹਾਡਾ। ਜਲਦੀ ਜਲਦੀ ਸਾਰੇ ਸੈਸ਼ਨ ਨੂੰ ਸ਼ੇਅਰ ਕਰ ਦਿਓ, ਘੈਂਟ ਵਾਲਾ ਲਾਈਕ ਕਰ ਦਿਓ, ਕਮੈਂਟ ਕਰ ਦਿਓ। ਤਾਂ ਆਪਾਂ ਕੀ ਕਰ ਰਹੇ ਹਾਂ, ਪੋਲਿਟੀ ਦੀ ਕਲਾਸ ਨੰਬਰ 9 ਅੱਜ ਆ ਜੀ ਆਪਣੀ, ਪੋਲਿਟੀ ਦੀ ਕਲਾਸ ਨੰਬਰ 9। ਤਾਂ ਜਲਦੀ ਜਲਦੀ ਸੈਸ਼ਨ ਨੂੰ ਸ਼ੇਅਰ ਕੀਤਾ ਜਾਵੇ, ਅੱਜ ਜੁੜ ਨਹੀਂ ਰਹੇ, ਜਲਦੀ ਜਲਦੀ ਸਾਰੇ ਜਣੇ ਜੁੜ ਜਾਓ। ਹਾਂਜੀ ਜਲਦੀ ਜਲਦੀ ਸੈਸ਼ਨ ਨਾਲ ਜੁੜਨਾ ਸਟਾਰਟ ਕਰੋ ਯਾਰ, ਆਪਾਂ ਚੱਲਦੇ ਹਾਂ, ਘੈਂਟ ਵਾਲਾ ਸੈਸ਼ਨ ਲੈ ਕੇ ਆ ਰਿਹਾ ਮੈਂ ਤੁਹਾਡੇ ਵਾਸਤੇ। ਸ਼ਾਬਾਸ਼ ਸ਼ਾਬਾਸ਼, ਗੁੱਡ ਈਵਨਿੰਗ ਟੂ ਆਲ ਆਫ ਯੂ, ਜਿੰਨੇ ਵੀ ਸਾਰੇ ਐਸਪੀਰੈਂਟਸ ਆ ਸਭ ਨੂੰ ਗੁੱਡ ਈਵਨਿੰਗ। ਤਾਂ ਦੇਖੋ ਅੱਜ ਹੈਗੀ ਆਪਣੀ ਕਲਾਸ ਨੰਬਰ ਕਿੰਨੀ, 9 ਨੰਬਰ ਕਲਾਸ ਆ, ਠੀਕ ਹੈ। ਪੋਲਿਟੀ ਦੇ ਆਪਾਂ ਵੱਧ ਤੋਂ ਵੱਧ MCQ ਆ, ਜਿੰਨੇ ਵੀ ਇੰਪੋਰਟੈਂਟ ਸੀਗੇ, ਜਿੰਨੀ ਵੀ ਚੀਰ ਫਾੜ ਕਰਨੀ ਸੀ ਆਪਾਂ ਕਰਤੀ ਆ, ਕਲੀਅਰ ਆ। ਹੁਣ ਕੀ ਬਚ ਰਿਹਾ ਆਪਣੇ ਕੋਲ, ਜਿੰਨੇ ਵੀ MCQ ਆ ਇਹਨਾਂ ਸਭ ਦਾ ਨਿਚੋੜ ਆ, ਐਕਸਟਰਾ ਵਾਲੇ ਜਿੰਨੇ ਵੀ ਹੋ ਸਕਦੇ ਆ ਉਹ ਕੱਢ ਕੇ ਲੈ ਕੇ ਆਇਆ ਮੈਂ ਤੁਹਾਡੇ ਵਾਸਤੇ, ਠੀਕ ਹੈ ਜੀ। ਸਾਰੇ ਪਹਿਲਾਂ ਸੈਸ਼ਨ ਨੂੰ ਸ਼ੇਅਰ ਕਰਕੇ ਆਓ ਯਾਰ, ਜਲਦੀ ਸੈਸ਼ਨ ਨੂੰ ਸ਼ੇਅਰ ਕੀਤਾ ਜਾਵੇ, ਫਿਰ ਆਪਾਂ ਚੱਲ ਰਹੇ ਹਾਂ ਅੱਗੇ, ਠੀਕ ਹੈ। ਗੁੱਡ, ਹਾਂਜੀ ਪੋਲਿਟੀ ਦੀ ਕਲਾਸ ਨੰਬਰ 1। ਦੇਖੋ ਪੋਲਿਟੀ ਦੇ ਜਾਣ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਚਾਹ ਰਿਹਾ ਕਿ ਦੇਖੋ ਆਪਾਂ ਪੰਜਾਬ ਦੇ ਵਿੱਚ ਚਾਹੇ ਕੋਈ ਵੀ ਐਗਜ਼ਾਮ ਦੇ ਰਹੇ ਹਾਂ, ਠੀਕ ਹੈ, ਕੋਈ ਵੀ ਐਗਜ਼ਾਮ ਦੇ ਰਹੇ ਹਾਂ ਯਾਰ, ਉਹਦੇ ਵਾਸਤੇ ਕੀ ਹੈ, ਸਭ ਤੋਂ ਇੰਪੋਰਟੈਂਟ ਆ ਪੰਜਾਬੀ ਟੈਸਟ ਪਾਸ ਕਰਨਾ। ਤਾਂ ਪੰਜਾਬੀ ਟੈਸਟ ਪਾਸ ਕਰਨ ਦੇ ਲਈ ਆਪਣੇ ਕੋਲ ਇੰਪੋਰਟੈਂਟ ਬੁੱਕ ਆ ਕਿਹੜੀ, ਪੰਜਾਬੀ ਯੋਗਤਾ ਟੈਸਟ ਪਾਸ ਕਰਨ ਵਾਲੀ ਬੁੱਕ, ਬਹੁਤ ਇੰਪੋਰਟੈਂਟ ਬੁੱਕ ਹੈ, ਠੀਕ ਹੈ। ਜਿਨ੍ਹਾਂ ਨੇ ਨਹੀਂ ਪਰਚੇਜ਼ ਕੀਤੀ ਤਾਂ ਪਲੀਜ਼ ਇਸ ਬੁੱਕ ਨੂੰ ਕੀ ਹੈ, ਪਰਚੇਜ਼ ਕਰੋ, ਕਿਉਂਕਿ ਜੇ ਆਪਾਂ ਇਹੀ ਬੁੱਕ ਦੇ ਵਿੱਚੋਂ ਰਹਿ ਗਏ ਜਾਂ ਆਪਣੇ ਘੱਟ ਨੰਬਰ ਆ ਗਏ ਤਾਂ ਫਿਰ ਅੱਗੇ ਜਾ ਕੇ ਸਵਾਦ ਨਹੀਂ ਆਉਣਾ, ਸਮਝ ਗਏ ਸਾਰੇ ਜਾਣੇ। ਤਾਂ ਜਲਦੀ ਜਲਦੀ ਜਿਨ੍ਹਾਂ ਨੇ ਨਹੀਂ ਵੀ ਬੁੱਕ ਪਰਚੇਜ਼ ਕੀਤੀ ਤਾਂ ਪਲੀਜ਼ ਇਸ ਬੁੱਕ ਨੂੰ ਪਰਚੇਜ਼ ਕਰੋ, ਕਿਉਂਕਿ ਆਪਣੀ ਮੈਥ ਨਾਲ ਟੱਕਰਾਂ ਮਾਰੇ ਦਾ, GS ਨਾਲ ਟੱਕਰਾਂ ਮਾਰੇ ਦਾ, ਕਰੰਟ ਅਫੇਅਰ ਟੱਕਰਾਂ ਮਾਰੇ ਦਾ ਕੋਈ ਫਾਇਦਾ ਨਹੀਂ ਹੈਗਾ ਜਿੰਨੇ ਚੱਕਰ ਆਪਾਂ ਪਹਿਲਾਂ ਐਗਜ਼ਾਮ ਕਲੀਅਰ ਨਹੀਂ ਕਰਦੇ, ਕਲੀਅਰ ਆ। ਉਸ ਤੋਂ ਬਾਅਦ ਆਪਾਂ ਗੱਲ ਇੱਕ ਇਹ ਵੀ ਚਲਾ ਰਹੇ ਹਾਂ ਕਿ ਇਹਦੇ ਜਿਹੜੇ ਮਾਰਕਸ ਆ ਉਹ ਕੀ ਆ, ਆਪਣੀ ਕੱਟ ਆਫ ਦੇ ਵਿੱਚ ਐਡ ਕੀਤੇ ਜਾਣ, ਤਾਂ ਠੀਕ ਹੈ। ਤਾਂ ਸਾਰੇ ਜਾਣੇ ਕੀ ਆ, ਇਸ ਗੱਲ ਦਾ ਖਾਸ ਧਿਆਨ ਰੱਖਿਓ ਜੀ। ਹਾਂਜੀ ਗੁੱਡ ਈਵਨਿੰਗ। ਹਾਂਜੀ ਉਸ ਤੋਂ ਪਹਿਲਾਂ ਤੁਹਾਨੂੰ ਮੈਂ ਵਾਰੀ ਵਾਰੀ ਤਾਂ ਕਹੂੰਗਾ ਨਹੀਂ ਕਿ ਸਬਸਕ੍ਰਾਈਬ ਕਰੋ, ਲਾਈਕ ਕਰੋ, ਬਸ ਜਿਹੜਾ ਵੀ ਆਉਂਦਾ ਜੋ ਵੀ ਤੁਹਾਨੂੰ ਲੱਗਦਾ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਵਜਾ ਲਿਆ ਕਰੋ। ਤਾਂ ਤੁਹਾਨੂੰ ਪਤਾ ਆਪਾਂ ਰੋਜ਼ ਸ਼ਾਮੀ 10 ਵਜੇ ਅਤੇ 7 ਵਜੇ ਮਿਲਦੇ ਹਾਂ, ਹੁਣ 7 ਵਜੇ ਦਾ ਸਮਾਂ, ਅਤੇ ਉਸ ਤੋਂ ਬਾਅਦ 10 ਵਜੇ ਮਿਲਾਂਗੇ, ਠੀਕ ਹੈ ਜੀ। ਤਾਂ ਜਲਦੀ ਜਲਦੀ ਸੈਸ਼ਨ ਨੂੰ ਕੀ ਆ, ਲਾਈਕ ਲੂਇਕ ਕਰ ਦਿਆ ਕਰੋ, ਠੀਕ ਹੈ। ਚੱਲਦੇ ਹਾਂ ਜੀ ਆਪਣਾ ਆਪਾਂ ਕਹਿਣ ਵਾਲੇ ਕੁਸ਼ਚਨਾਂ 'ਤੇ। ਸਟਾਰਟ ਕਰਦੇ ਹਾਂ ਜੀ ਆਪਣਾ ਅੱਜ ਦਾ ਕੁਸ਼ਚਨ ਨੰਬਰ ਫਸਟ, ਕੁਸ਼ਚਨ ਨੰਬਰ ਫਸਟ ਤੋਂ ਸਟਾਰਟ ਕਰ ਰਹੇ ਹਾਂ। ਤਾਂ ਮੈਨੂੰ ਜਲਦੀ ਜਲਦੀ ਆਨਸਰ ਦੇਣੇ ਸਟਾਰਟ ਕਰ ਦਿਓ ਜੀ, ਕਲੀਅਰ ਆ। ਤਾਂ ਹਾਂਜੀ ਦੇਖੋ, ਕਹਿੰਦਾ ਜੀ ਦ ਨੰਬਰ ਆਫ ਮੈਂਬਰ ਇੰਕਲੂਡਡ ਇਨ ਦਾ ਕੰਸਟੀਟਿਊਸ਼ਨਲ ਡਰਾਫਟਿੰਗ ਕਮੇਟੀ, ਕਹਿੰਦਾ ਜੀ ਜਿਹੜੀ ਡਰਾਫਟਿੰਗ ਕਮੇਟੀ ਸੀ ਇਹਦੇ ਵਿੱਚ ਕੁੱਲ ਕਿੰਨੇ ਮੈਂਬਰ ਸਨ, ਡਰਾਫਟਿੰਗ ਕਮੇਟੀ ਦੇ ਕੁੱਲ ਕਿੰਨੇ ਮੈਂਬਰ ਸਨ। ਤਾਂ ਜਲਦੀ ਇਸ ਕੁਸ਼ਚਨ ਦਾ ਆਨਸਰ ਕਰ ਦਿਓ। ਤਾਂ ਤੁਹਾਨੂੰ ਮੈਂ ਦੱਸ ਦੇਵਾਂ ਜੀ, ਜਿਹੜੀ ਡਰਾਫਟਿੰਗ ਕਮੇਟੀ ਸੀ ਇਹਦਾ ਕੰਮ ਸੀਗਾ ਸੰਵਿਧਾਨ ਦਾ ਡਰਾਫਟ ਤਿਆਰ ਕਰਨਾ। ਇਹਨਾਂ ਨੇ ਕੀ ਕਰਨਾ ਸੀ, ਕੱਚਾ ਚਿੱਠਾ ਜਿਹੜਾ ਤਿਆਰ ਕਰਕੇ ਦੇਣਾ ਸੀ।
ਇਹਦਾ ਜਿਹੜਾ ਹੈੱਡ ਸੀਗਾ, ਇਹਦਾ ਹੈੱਡ ਸੀਗਾ ਡਾਕਟਰ ਬੀ ਆਰ ਅੰਬੇਦਕਰ। ਬੀ ਆਰ ਅੰਬੇਦਕਰ ਕੀ ਸੀਗੇ ਜਿਹੜੇ ਇਹਨਾਂ ਦੇ ਹੈੱਡ ਸੀਗੇ। ਕਲੀਅਰ ਸਭ ਨੂੰ ਇੰਨੀ ਗੱਲ ਦਾ? ਹਾਂਜੀ, ਡਾਕਟਰ ਬੀ ਆਰ ਅੰਬੇਦਕਰ ਸੀਗੇ, ਇਹਨਾਂ ਦੇ ਕੀ ਸੀਗੇ? ਹੈੱਡ ਸੀਗੇ। ਠੀਕ ਹੈ, ਹੁਣ ਇਹਦੇ ਵਿੱਚ ਕੁੱਲ ਮੈਂਬਰ ਕਿੰਨੇ ਸੀ? ਇਹ ਜਲਦੀ, ਵੈਰੀ ਗੁੱਡ, ਸਫਦ ਆਂਸਰ ਆ ਰਿਹਾ, ਸ਼ਾਬਾਸ਼ ਸ਼ਾਬਾਸ਼। ਇਹਦੇ ਵਿੱਚ ਕੁੱਲ ਕਿੰਨੇ ਮੈਂਬਰ ਸੀਗੇ? 7 ਮੈਂਬਰ ਸੀ। ਤਾਂ 7 ਮੈਂਬਰਾਂ ਦੇ ਨਾਮ ਦੇਖਦੇ ਹਾਂ ਆਪਾਂ ਕਿਹੜੇ ਕਿਹੜੇ ਸੀਗੇ। ਬੀ ਆਰ ਅੰਬੇਦਕਰ ਸੀਗੇ, ਉਸ ਤੋਂ ਬਾਅਦ ਲਿਖੋ ਜੀ ਦੂਜੇ ਸੀਗੇ ਡੀ ਪੀ ਖੈਤਾਨ। ਠੀਕ ਹੈ ਜੀ, ਡੀ ਪੀ ਖੈਤਾਨ, ਬੀ ਐਲ ਮਿੱਤਲ। ਨੈਕਸਟ ਸੀ ਜੀ, ਹੋਰ ਕੌਣ ਸੀ? 7 ਮੈਂਬਰ ਪੂਰੇ ਕਰਨੇ ਆਪਾਂ। ਅਲਾਦੀ ਕ੍ਰਿਸ਼ਨਾ ਸਵਾਮੀ ਅਈਅਰ। ਅਲਾਦੀ ਕ੍ਰਿਸ਼ਨਾ ਸਵਾਮੀ ਅਈਅਰ। ਜਲਦੀ ਜਲਦੀ 7 ਮੈਂਬਰਾਂ ਦੇ ਨਾਮ ਨਾਮ ਕਮੈਂਟ ਦੇ ਵਿੱਚ ਕੀ ਆ, ਆਂਸਰ ਕਰ ਦਿਓ ਜੀ ਜਲਦੀ। ਹੋਰ ਬੋਲੋ, ਐਨ ਗੋਪਾਲ ਸਵਾਮੀ। ਦੇਖੋ ਇਹਨਾਂ ਵਿੱਚੋਂ ਜਿਹੜੇ ਡੀ ਪੀ ਖੈਤਾਨ ਸੀ ਅਤੇ ਬੀ ਐਲ ਮਿੱਤਲ ਸੀ, ਇਹਨਾਂ ਨੂੰ ਰਿਪਲੇਸ ਕਰ ਦਿੱਤਾ ਗਿਆ ਸੀ। ਇਹਨਾਂ ਦੀ ਕੀ ਹੋ ਗਈ ਸੀ? ਡੈਥ ਹੋ ਗਈ ਸੀ। ਉਸ ਤੋਂ ਬਾਅਦ ਡਰਾਫਟਿੰਗ ਕਮੇਟੀ ਦੇ ਕੀ ਆ, ਅਨਦਰ ਮੈਂਬਰ ਬਣ ਗਏ ਸੀਗੇ। ਤਾਂ ਜਲਦੀ ਕਮੈਂਟ ਸੈਕਸ਼ਨ 'ਚ ਆਂਸਰ ਕਰੋ ਜਲਦੀ, ਕਿਹੜੇ ਕਿਹੜੇ ਸੀਗੇ? ਵੈਰੀ ਗੁੱਡ, ਕੇ ਐਮ ਮੁਨਸ਼ੀ, ਸ਼ਾਬਾਸ਼। ਹਾਂਜੀ, ਕੇ ਐਮ ਮੁਨਸ਼ੀ, ਉਸ ਤੋਂ ਬਾਅਦ ਕਨ੍ਹੱਈਆ ਲਾਲ। ਆਹ ਟੋਟਲ ਆਪਣੇ ਕੋਲ ਕਿੰਨੇ ਮੈਂਬਰ ਸੀਗੇ? 7 ਇੱਧਰ ਪਏ ਆ, 4 ਇੱਧਰ ਪਏ ਆ, 5 ਕੁੱਲ 7 ਮੈਂਬਰ ਸੀ। 7 ਮੈਂਬਰਾਂ ਦੇ ਨਾਮ ਯਾਦ ਰੱਖਿਓ, ਇਹਨਾਂ ਵਿੱਚ 2 ਨੂੰ ਰਿਪਲੇਸ ਕੀਤਾ ਗਿਆ ਸੀਗਾ। ਗੁੱਡ ਈਵਨਿੰਗ ਜੀ, ਵੈਰੀ ਗੁੱਡ ਈਵਨਿੰਗ। ਜਲਦੀ ਯਾਰ ਸੈਸ਼ਨ ਨੂੰ ਸ਼ੇਅਰ ਕਰਕੇ ਆਓ, ਤਾਂ ਉਸ ਤੋਂ ਬਾਅਦ ਫਿਰ ਉਸੇ ਤਰੀਕੇ ਨਾਲ ਆਪਾਂ ਪੋਸਟ ਮਾਰਟਮ ਕਰ ਲਈ। ਆਪਾਂ ਕੀ ਆ, ਕੁਸ਼ਚਨਾਂ ਦਾ ਤਿਆਰ ਹਾਂ, ਖਿਲਾਰ ਦੇਣੇ ਕੁਸ਼ਚਨ। ਹਾਂਜੀ, ਕੁਸ਼ਚਨ ਦਾ ਆਂਸਰ ਕੀ ਆ? ਕੁੱਲ 7 ਮੈਂਬਰ ਸੀ, ਜਿਨ੍ਹਾਂ ਵਿੱਚੋਂ ਹੈੱਡ ਕੌਣ ਸੀ? ਡਾਕਟਰ ਬੀ ਆਰ ਅੰਬੇਦਕਰ ਸਾਹਿਬ ਹੈੱਡ ਸੀਗੇ। ਐਂਡ ਇਹਨਾਂ ਨੂੰ ਮਾਡਰਨ ਮਨੂ ਵੀ ਬੋਲਿਆ ਜਾਂਦਾ, ਡਾਕਟਰ ਬੀ ਆਰ ਅੰਬੇਦਕਰ ਨੂੰ ਬੋਲਿਆ ਜਾਂਦਾ ਮਾਡਰਨ ਮਨੂ। ਧਿਆਨ ਰੱਖਿਓ ਜੀ, ਮਾਡਰਨ ਮਨੂ ਕਿਹਨਾਂ ਨੂੰ ਬੋਲਦੇ ਆ? ਡਾਕਟਰ ਬੀ ਆਰ ਅੰਬੇਦਕਰ ਨੂੰ ਬੋਲਿਆ ਜਾਂਦਾ। ਕਲੀਅਰ ਹੈ ਸਭ ਨੂੰ? ਚੱਲਦੇ ਜੀ ਨੈਕਸਟ ਕੁਸ਼ਚਨ ਤੇ। ਨੈਕਸਟ ਕੁਸ਼ਚਨ ਕੀ ਕਹਿ ਰਿਹਾ? ਕਹਿੰਦਾ ਜੀ, ਅੰਡਰ ਵਿੱਚ ਆਰਟੀਕਲ ਪ੍ਰੈਜੀਡੈਂਟ ਆਫ ਇੰਡੀਆ ਕੈਨ ਪ੍ਰੋਕਲੇਮ ਦਾ ਕੌਨਸਟੀਟਿਊਸ਼ਨਲ ਐਮਰਜੈਂਸੀ। ਕਹਿੰਦਾ ਜੀ, ਇਹਨਾਂ ਵਿੱਚੋਂ ਕਿਹੜਾ ਆਰਟੀਕਲ ਆ ਜਿਹਦੇ ਤਹਿਤ ਜਿਹੜਾ ਰਾਸ਼ਟਰਪਤੀ ਆ ਉਹ ਕੀ ਆ, ਪ੍ਰੋਕਲੇਮ ਕਰਦਾ ਕਿ ਨੈਸ਼ਨਲ ਐਮਰਜੈਂਸੀ ਨੂੰ ਪ੍ਰੋਕਲੇਮ ਕਰਦਾ, ਲਾਗੂ ਕਰਦਾ? ਤਾਂ ਆਪਸ਼ਨਾਂ ਕੀ ਆ ਜੀ? 32 ਦੇ ਤਹਿਤ, 349 ਦੇ, 356 ਦੇ, 360 ਦੇ। ਬਹੁਤ ਈਜ਼ੀ ਕੁਸ਼ਚਨ ਆ, ਜਲਦੀ ਆਂਸਰ ਕਰ ਦਿਓ। ਥੋੜ੍ਹੀ ਜੀ ਲੈਂਗੁਏਜ ਚੇਂਜ ਆ ਕੁਸ਼ਚਨ ਦੀ, ਹੋਰ ਕੁਛ ਨਹੀਂ ਹੈਗਾ। ਸਭ ਨੂੰ ਗੁੱਡ ਈਵਨਿੰਗ ਯਾਰ, ਸਭ ਨੂੰ ਗੁੱਡ ਈਵਨਿੰਗ। ਤਾਂ ਜਲਦੀ ਜਲਦੀ ਸੈਸ਼ਨ ਵਿੱਚ ਸ਼ੇਅਰ ਕਰੋ, ਤਾਂ ਕੁਸ਼ਚਨਾਂ ਦੇ ਆਂਸਰ ਕਰਨੇ ਸਟਾਰਟ ਕਰੋ। ਹਾਂਜੀ, ਤਾਂ ਦੇਖੋ ਤੁਹਾਨੂੰ ਮੈਂ ਦੱਸ ਚੁੱਕਿਆ ਪਹਿਲਾਂ ਆਪਾਂ ਐਮਰਜੈਂਸੀ, ਤਾਂ ਮੈਂ ਤੁਹਾਨੂੰ ਇੰਨੀ ਵਧੀਆ ਸਮਝਾ ਚੁੱਕਿਆ ਪਿਛਲੀਆਂ ਕਲਾਸਾਂ ਦੇ ਵਿੱਚ, ਕਦੋਂ ਲੱਗਦੀ ਆ, ਕਿਵੇਂ ਲੱਗਦੀ ਆ, ਸਾਰੇ ਕੁਸ਼ਚਨ ਆਪਾਂ ਡਿਸਕਸ ਕਰ ਚੁੱਕੇ ਹਾਂ। ਤਾਂ ਹੁਣ ਉਹਨਾਂ ਨੇ ਪੁੱਛ ਲਿਆ ਇੱਕ ਵਰਡ, ਕੌਨਸਟੀਟਿਊਸ਼ਨਲ ਵਰਡ ਕੀ ਪੁੱਛ ਲਿਆ? ਕੌਨਸਟੀਟਿਊਸ਼ਨਲ ਐਮਰਜੈਂਸੀ ਪੁੱਛ ਲਿਆ, ਬਸ ਇਹੀ ਕਨਫਿਊਜ਼ ਕਰ ਦੂਗਾ ਆਪਣਾ। ਇਹਦਾ ਕਰੈਕਟ ਆਂਸਰ ਕੀ ਆ? 356। 356 ਦੇ ਤਹਿਤ ਕੀ ਆ? ਰਾਸ਼ਟਰਪਤੀ ਕਿਸੇ ਵੀ ਰਾਜ ਦੇ ਵਿੱਚ, ਰਾਸ਼ਟਰਪਤੀ ਕਿਸੇ ਵੀ ਰਾਜ ਦੇ ਵਿੱਚ ਕੀ ਆ? ਰਾਸ਼ਟਰੀ ਆਪਾਤਕਾਲ ਕੀ ਆ, ਜਿਹਨੂੰ ਆਪਾਂ ਬੋਲ ਦਿੰਦੇ ਹਾਂ ਪ੍ਰੈਜੀਡੈਂਟ ਰੂਲ, ਉਹ ਘੋਸ਼ਿਤ ਕਰ ਸਕਦਾ। ਠੀਕ ਹੈ, ਪ੍ਰੈਜੀਡੈਂਟ ਰੂਲ ਘੋਸ਼ਿਤ ਕੀਤਾ ਜਾ ਸਕਦਾ। ਕਲੀਅਰ ਹੈ ਸਭ ਨੂੰ? ਹਾਂਜੀ, ਜੈ ਹਿੰਦ ਜੀ, ਜੈ ਹਿੰਦ। ਹਾਂਜੀ, ਸ਼ਾਬਾਸ਼, ਚੱਲਦੇ ਜੀ ਨੈਕਸਟ ਕੁਸ਼ਚਨ ਤੇ। ਕੁਸ਼ਚਨ ਕੀ ਕਹਿ ਰਿਹਾ ਜੀ? ਕੁਸ਼ਚਨ ਪੜ੍ਹਦੇ ਹਾਂ, ਕੁਸ਼ਚਨ ਕੀ ਕਹਿ ਰਿਹਾ? ਕਹਿੰਦਾ, ਹੂ ਅਮੰਗ ਦਾ ਫੋਲੋਇੰਗ ਇਜ਼ ਨੋਟ ਦਾ ਮੈਂਬਰ ਆਫ ਐਨੀ ਟੂ ਹਾਊਸਿਸ ਆਫ ਦਾ ਕੰਟਰੀ। ਇਹਨਾਂ ਵਿੱਚੋਂ ਕਹਿੰਦੇ ਆ ਜੀ, ਕਿਹੜਾ ਮੈਂਬਰ ਆ ਜਿਹੜਾ ਕਿਸੇ ਵੀ ਹਾਊਸ ਦਾ ਮੈਂਬਰ ਨਹੀਂ ਹੁੰਦਾ? ਆਪਣੇ ਕੋਲ ਦੋ ਹਾਊਸ ਆ, ਲੋਕ ਸਭਾ, ਰਾਜ ਸਭਾ। ਇਹਨਾਂ ਵਿੱਚੋਂ ਆਪਸ਼ਨ ਕਰਿਓ
ਕਿਹੜਾ ਮੈਂ ਕਿਹੜਾ ਬੰਦਾ ਜਿਹੜਾ ਦੋਨੇ ਹਾਊਸਿਸ ਦਾ ਮੈਂਬਰ ਨਹੀਂ ਹੋ ਸਕਦਾ, ਨਾ ਹੋ ਸਕਦਾ ਲੋਕ ਸਭਾ ਦਾ ਤੇ ਨਾ ਹੀ ਹੋ ਸਕਦਾ ਰਾਜ ਸਭਾ ਦਾ? ਆਂਸਰ ਕਰ ਦਿਓ ਜੀ। ਬਹੁਤ ਅੱਛੇ, ਤਾਂ ਦੇਖੋ ਪ੍ਰਧਾਨ ਮੰਤਰੀ ਇੱਦਾਂ ਮੈਂਬਰ ਹੋਣਾ ਜ਼ਰੂਰੀ ਹੈ। ਅਗਰ ਮੈਂਬਰ ਨਹੀਂ ਹੋਊਗਾ ਤਾਂ 6 ਮਹੀਨੇ ਦੇ ਵਿੱਚ ਕੀ ਆ, ਇਲੈਕਟ ਹੋ ਕੇ ਆਉਣਾ ਜ਼ਰੂਰੀ ਹੈ। ਕਲੀਅਰ ਆ? ਦੂਜਾ ਫਾਈਨਾਂਸ ਮਿਨਿਸਟਰ ਇਹ ਮੈਂਬਰ ਹੁੰਦਾ, ਅਗਰ ਨਹੀਂ ਹੁੰਦਾ ਤਾਂ 6 ਮਹੀਨੇ ਦਾ ਪ੍ਰਾਵਧਾਨ। ਉਸ ਤੋਂ ਬਾਅਦ ਰਾਸ਼ਟਰਪਤੀ, ਇਹਦੇ ਬਾਰੇ ਤੁਸੀਂ ਦੱਸੋ ਜੀ। ਦੈਨ ਆ ਗਿਆ ਜੀ ਆਪਣਾ ਰੇਲਵੇ ਮਿਨਿਸਟਰ, ਰੇਲਵੇ ਮਿਨਿਸਟਰ ਵੀ ਮੈਂਬਰ ਹੁੰਦਾ, ਚਾਹੇ ਉਹ ਲੋਕ ਸਭਾ ਦਾ ਹੋਵੇ ਚਾਹੇ ਉਹ ਰਾਜ ਸਭਾ ਦਾ ਹੋਵੇ, ਬਟ ਮੈਂਬਰ ਹੋਣਾ ਜ਼ਰੂਰੀ ਆ। ਕਲੀਅਰ ਆ? ਜਲਦੀ ਉਸ ਤੋਂ ਬਾਅਦ ਤੁਹਾਨੂੰ ਇੱਕ ਗੱਲ ਹੋਰ ਦੱਸਾਂ, ਜਿੰਨੇ ਵੀ ਮਿਨਿਸਟਰ ਆ, ਜਿੰਨੇ ਵੀ ਕੀ ਆ ਮਿਨਿਸਟਰ ਆ, ਇਹ ਚਾਹੇ ਮੈਂਬਰ ਆ ਲੋਕ ਸਭਾ ਦੇ, ਕੀ ਆ ਮੰਨ ਲਓ ਲੋਕ ਸਭਾ ਦੇ ਮੈਂਬਰ ਆ, ਬਟ ਇਹ ਰਾਜ ਸਭਾ ਦੀ ਪ੍ਰੋਸੀਡਿੰਗ ਦੇ ਵਿੱਚ ਵੀ ਹਿੱਸਾ ਲੈ ਸਕਦੇ ਆ। ਧਿਆਨ ਰੱਖਿਓ, ਜੇਕਰ ਕੋਈ ਮੈਂਬਰ ਮੰਤਰੀ ਆ ਜਿਹੜਾ ਉਹ ਲੋਕ ਸਭਾ ਦਾ ਮੈਂਬਰ ਆ, ਬਟ ਉਹ ਕੀ ਆ ਰਾਜ ਸਭਾ ਦੀ ਪ੍ਰੋਸੀਡਿੰਗ ਦੇ ਵਿੱਚ ਵੀ ਹਿੱਸਾ ਲੈ ਸਕਦਾ, ਇਸ ਗੱਲ ਦਾ ਖਾਸ ਧਿਆਨ ਰੱਖਿਓ। ਤਾਂ ਇਹਦਾ ਕਰੈਕਟ ਆਨਸਰ ਸ਼ਾਬਾਸ਼, ਰਾਸ਼ਟਰਪਤੀ ਆ ਜਿਹੜਾ ਉਹ ਕਿਸੇ ਵੀ ਹਾਊਸ ਦਾ ਮੈਂਬਰ ਨਹੀਂ ਹੁੰਦਾ। ਗੁੱਡ, ਤਾਂ ਚੱਲਦੇ ਆ ਜੀ ਨੈਕਸਟ ਕੁਐਸਚਨ ਤੇ। ਨੈਕਸਟ ਕੁਐਸਚਨ ਕੀ ਕਹਿ ਰਿਹਾ, ਕੁਐਸਚਨ ਕੀ ਕਹਿ ਰਿਹਾ ਜੀ, ਕਹਿੰਦਾ ਜੀ ਫੰਡਾਮੈਂਟਲ ਡਿਊਟੀਜ਼ ਆਰ ਮੈਂਸ਼ਨਡ ਇਨ ਵਿੱਚ ਆਫ ਦਾ ਫੋਲੋਇੰਗ ਪਾਰਟ ਆਫ ਦਾ ਕੰਸਟੀਟਿਊਸ਼ਨ। ਕਹਿੰਦਾ ਜਿਹੜੇ ਮੌਲਿਕ ਅਧਿਕਾਰ ਆਪਣੇ, ਮੌਲਿਕ ਕਰਤੱਵ ਆ ਜਿਹੜੇ ਆਪਣੇ, ਉਹ ਕਹਿੰਦਾ ਜੀ ਕਿਹੜੇ ਪਾਰਟ ਦੇ ਵਿੱਚ ਦਿੱਤੇ ਹੋਏ ਆ ਤੇ ਉਹਨਾਂ ਦਾ ਆਰਟੀਕਲ ਕੀ ਹੈ, ਇਹ ਤੁਸੀਂ ਵੀ ਦੱਸੋ ਜਲਦੀ। ਹਾਂਜੀ, ਆਰਟੀਕਲ ਤੁਹਾਨੂੰ ਮੈਂ ਦੱਸ ਰਿਹਾ, ਦੇਖੋ ਆਰਟੀਕਲ ਹੈਗਾ ਜੀ 51A, ਠੀਕ ਹੈ। ਆਰਟੀਕਲ ਕੀ ਹੈ, 51A। ਫੰਡਾਮੈਂਟਲ ਡਿਊਟੀਜ਼ ਦਾ ਕੰਸੈਪਟ ਆ ਜਿਹੜਾ ਆਪਾਂ ਕਿੱਥੋਂ ਲੈ ਕੇ ਆਉਂਦਾ, ਰਸ਼ੀਆ ਤੋਂ ਲੈ ਕੇ ਆਉਂਦਾ। ਧਿਆਨ ਰੱਖਿਓ, ਰਸ਼ੀਆ ਤੋਂ ਫੰਡਾਮੈਂਟਲ ਡਿਊਟੀਜ਼ ਦਾ ਕੰਸੈਪਟ ਲੈ ਕੇ ਆਉਂਦਾ। ਜਿਹੜੀਆਂ ਫੰਡਾਮੈਂਟਲ ਡਿਊਟੀਜ਼ ਆ ਇਹਨਾਂ ਨੂੰ ਆਪਾਂ ਐਡ ਕੀਤਾ 42nd ਅਮੈਂਡਮੈਂਟ ਐਕਟ 1976 ਦੇ ਤਹਿਤ। ਕੀ ਆ, 42nd ਅਮੈਂਡਮੈਂਟ ਐਕਟ 1976 ਦੇ ਤਹਿਤ ਐਡ ਕੀਤਾ। ਤਾਂ ਪਾਰਟ ਤੁਸੀਂ ਦੱਸਤਾ, ਵੈਰੀ ਗੁੱਡ, ਇਹਦਾ ਪਾਰਟ ਹੈਗਾ ਜੀ 4A। ਸ਼ਾਬਾਸ਼, 4A ਕਹਿੰਦੇ ਵਿੱਚ ਆ ਫੰਡਾਮੈਂਟਲ ਡਿਊਟੀਜ਼ ਆ ਇਹਦੇ ਵਿੱਚ। ਕਲੀਅਰ ਆ? ਐਕਸਟਰਾ ਪੁਆਇੰਟਸ ਨੋਟ ਕਰਦੇ ਜਾਇਆ ਕਰੋ। ਤਾਂ ਇੱਕ ਗੱਲ ਹੋਰ, ਕੁੱਲ ਫੰਡਾਮੈਂਟਲ ਡਿਊਟੀਜ਼ ਕਿੰਨੀਆਂ ਆਪਣੇ ਕੋਲ, ਧਿਆਨ ਰੱਖਿਓ ਕੁੱਲ ਫੰਡਾਮੈਂਟਲ ਡਿਊਟੀਜ਼ ਐਟ ਪ੍ਰੈਜੈਂਟ ਕਿੰਨੀਆਂ, 11 ਫੰਡਾਮੈਂਟਲ ਡਿਊਟੀਜ਼ ਆ। ਉਹ ਲਾਈਕ ਲੂਈਕ ਜਾਂ ਨੱਪ ਨੁੱਪ ਦਿਆ ਕਰੋ, ਠੀਕ ਹੈ, ਚੱਕਦਾ ਕਰੋ ਕੰਮ ਨੂੰ। ਸ਼ਾਬਾਸ਼ ਸ਼ਾਬਾਸ਼, ਹਾਂ। ਚਲੋ ਜੀ ਚੱਲਦੇ ਹਾਂ ਨੈਕਸਟ ਕੁਐਸਚਨ ਤੇ। ਕੁਐਸਚਨ ਕੀ ਕਹਿ ਰਿਹਾ ਜੀ, ਕਹਿੰਦਾ ਵਿਚ ਆਰਟੀਕਲ ਆਫ ਦਾ ਇੰਡੀਅਨ ਕੋਨਸਟੀਟਿਊਸ਼ਨ ਹੈਜ਼ ਦਾ ਪ੍ਰੋਵੀਜ਼ਨ ਫੋਰ ਨੈਸ਼ਨਲ ਐਮਰਜੈਂਸੀ। ਕਹਿੰਦਾ ਜੀ ਇਹਨਾਂ ਵਿੱਚੋਂ ਕਿਹੜੇ ਆਰਟੀਕਲ ਦੇ ਤਹਿਤ ਕੀ ਹੈ ਨੈਸ਼ਨਲ ਐਮਰਜੈਂਸੀ ਲਗਾਈ ਜਾ ਸਕਦੀ ਆ? ਈਜ਼ੀ ਕੁਐਸਚਨ ਆ, ਆਪਾਂ ਬਹੁਤ ਵਾਰ ਡਿਸਕਸ ਕਰ ਚੁੱਕੇ ਹਾਂ, ਤਾਂ ਜਲਦੀ ਆਨਸਰ ਚਾਹੀਦਾ ਮੈਨੂੰ ਇਸ ਕੁਐਸਚਨ ਦਾ। ਦੇਖੋ 350, 352, 312 ਕਿ 280, ਜਲਦੀ ਆਨਸਰ ਕਰ ਦਿਓ ਜੀ। ਤਾਂ ਇਹਦਾ ਕਰੈਕਟ ਆਨਸਰ ਤੁਹਾਨੂੰ ਸਾਰਿਆਂ ਨੂੰ ਪਤਾ, ਨੈਸ਼ਨਲ ਦੀ ਗੱਲ ਕੀਤੀ ਆ, ਤੁਹਾਨੂੰ ਦੱਸਿਆ ਸੀ 4-4 ਦਾ ਗੈਪ ਆ, 352, 356, 360, 4-4 ਦਾ ਗੈਪ ਆ, ਤਿੰਨੇ ਐਮਰਜੈਂਸੀਆਂ ਕੰਟੀਨਿਊ ਆ। ਤਾਂ ਇਹਦੇ ਵਿੱਚ ਨਾ ਇੱਕ ਇੰਪੋਰਟੈਂਟ ਆਰਟੀਕਲ ਦਿਖ ਰਿਹਾ ਮੈਨੂੰ, ਕਿਹੜਾ ਆਰਟੀਕਲ 280। ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਆਨਸਰ ਚਾਹੀਦਾ ਕਿ ਆਰਟੀਕਲ 280 ਕਿਹਦੇ ਨਾਲ ਰਿਲੇਟਡ ਆ, ਸਮਝ ਗਏ? ਆਰਟੀਕਲ 280 ਕਿਹਦੇ ਨਾਲ ਰਿਲੇਟਡ ਆ, ਕੁਐਸਚਨ ਮਾਰਕ ਪਾ ਰਿਹਾ ਮੈਂ ਇੱਥੇ। ਹਾਲੋ ਜੀ, ਠੀਕ ਹੈ, ਆਨਸਰ ਕਰ ਦਿਓ ਜੀ ਆਰਟੀਕਲ 280 ਕੀ ਹੈ। ਜਿਹੜਾ ਸਭ ਤੋਂ ਪਹਿਲਾਂ ਆਨਸਰ ਕਰੂਗਾ ਉਹਨੂੰ ਮੇਰੇ ਵੱਲੋਂ ਇੱਕ ਗਿਫਟ ਪਿਆਰਾ ਜਿਹਾ। ਹਾਂਜੀ ਚੱਲਦੇ ਹਾਂ ਨੈਕਸਟ ਕੁਐਸਚਨ ਤੇ। ਕੁਐਸਚਨ ਕੀ ਕਹਿੰਦਾ ਜੀ, ਕਹਿੰਦਾ ਹੂ ਅਪੁਆਇੰਟ ਦਾ ਗਵਰਨਰ ਆਫ ਦਾ ਸਟੇਟ ਆਫ ਇੰਡੀਆ। ਇਹਨਾਂ ਵਿੱਚੋਂ ਕਹਿੰਦਾ ਜੀ ਕਿਹੜਾ ਬੰਦਾ ਜਿਹੜਾ ਗਵਰਨਰ ਨੂੰ ਅਪੁਆਇੰਟ ਕਰਦਾ, ਜਿਹੜਾ ਸਟੇਟ, ਕਿਸੇ ਵੀ ਸਟੇਟ ਦਾ ਗਵਰਨਰ ਆ ਉਹਦੀ ਨਿਯੁਕਤੀ ਕੌਣ ਕਰਦਾ? ਆਪਸ਼ਨ ਕੀ ਹੈ ਜੀ, ਕਹਿੰਦਾ ਜੀ ਪ੍ਰਧਾਨ ਮੰਤਰੀ ਦੁਆਰਾ ਕੀਤੀ ਜਾਂਦੀ ਆ, ਕਿਸੇ ਮੰਤਰੀ ਦੁਆਰਾ ਕੀਤੀ ਜਾਂਦੀ ਆ, ਇਹ ਸੁਪਰੀਮ ਕੋਰਟ ਦੇ ਜੱਜ ਦੁਆਰਾ ਕੀਤੀ ਜਾਂਦੀ ਆ, ਕਿ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ?
ਜਲਦੀ ਆਨਸਰ ਕਰ ਦਿਓ ਜੀ। ਤਾਂ ਬਿਲਕੁਲ ਕਰੈਕਟ ਆਨਸਰ ਆ ਜੀ ਰਾਸ਼ਟਰਪਤੀ, ਜਿਨ੍ਹਾਂ ਦਾ ਆਨਸਰ ਕਰੈਕਟ ਨਿਕਲ ਕੇ ਆ ਰਿਹਾ ਸਾਰੇ। ਦੇਖੋ ਜਿੰਨੀਆਂ ਵੀ ਮੈਂ ਤੁਹਾਨੂੰ ਦੱਸਿਆ ਸੀ, ਜਿੰਨੀਆਂ ਵੀ ਸਟੇਟਾਂ ਦੇ ਗਵਰਨਰ ਆ, ਜਿੰਨੇ ਵੀ ਕੇਂਦਰ ਸ਼ਾਸਿਤ ਯੂਟੀ ਦੇ ਆਪਣੇ ਕੀ ਹੈ ਐਲ ਜੀ ਲੈਫਟੀਨੈਂਟ ਗਵਰਨਰ, ਉਹਨਾਂ ਸਾਰੇ ਬੰਦਿਆਂ ਦੀ ਨਿਯੁਕਤੀ ਕੌਣ ਕਰਦਾ? ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ। ਕਲੀਅਰ ਸਭ ਜੀ? ਬਹੁਤ ਅੱਛਾ ਆਨਸਰ ਨਿਕਲ ਕੇ ਆ ਰਿਹਾ, 280 ਫਾਈਨਾਂਸ ਕਮਿਸ਼ਨ, ਫਾਈਨਾਂਸ ਕਮਿਸ਼ਨ, ਬਿਲਕੁਲ। ਹਾਂਜੀ ਚੱਲਦੇ ਜੀ ਨੈਕਸਟ ਕੁਸ਼ਚਨ 'ਤੇ। ਨੈਕਸਟ ਕੁਸ਼ਚਨ ਕੀ ਕਹਿ ਰਿਹਾ, ਕੁਸ਼ਚਨ ਪੜ੍ਹੋ ਜੀ। ਕਹਿੰਦਾ ਜੀ ਵਿਚ ਆਰਟੀਕਲ ਆਫ ਦਾ ਕੋਨਸਟੀਟਿਊਸ਼ਨ ਅਲਾਓ ਦਾ ਸੈਂਟਰ ਟੂ ਫੋਰਮ ਏ ਨਿਊ ਸਟੇਟ? ਆਹ ਕੁਸ਼ਚਨ ਕਹਿੰਦਾ, ਕਹਿੰਦਾ ਜੀ ਇਹਨਾਂ ਵਿੱਚੋਂ ਕਿਹੜਾ ਆਰਟੀਕਲ ਆ ਜਿਹੜਾ ਕਿ ਕੇਂਦਰ ਸਰਕਾਰ ਨੂੰ ਇਹ ਅਧਿਕਾਰ ਦਿੰਦਾ ਕਿ ਤੁਸੀਂ ਕੀ ਆ ਨਵੀਂ ਸਟੇਟ ਦਾ ਕੀ ਆ ਗਠਨ ਕਰ ਸਕਦੇ ਹੋ, ਨਵੀਂ ਸਟੇਟ ਦਾ ਕੀ ਆ ਗਠਨ ਕਰ ਸਕਦੇ ਹੋ? ਤਾਂ ਜਲਦੀ ਕਮੈਂਟ ਸੈਕਸ਼ਨ ਦੇ ਵਿੱਚ ਆਨਸਰ ਚਾਹੀਦਾ ਮੈਨੂੰ। ਆਰਟੀਕਲ ਆਪਣੇ ਹੈਗੇ ਆ 3, 4, 5 ਕੇ 6। ਜਲਦੀ, ਤੁਹਾਨੂੰ ਪਤਾ ਹੀ ਹੈ ਜਿਵੇਂ ਆਪਣੇ ਆਰਟੀਕਲ 1 ਤੋਂ ਲੈ ਕੇ 4 ਤੱਕ ਕਹਦੇ ਆ ਯੂਨੀਅਨ ਐਂਡ ਇਟਸ ਟੈਰੀਟਰੀ ਦੇ ਆ, ਠੀਕ ਹੈ, ਯੂਨੀਅਨ ਤੇ ਇਹਦੀ ਟੈਰੀਟਰੀ ਦੇ ਆ। ਉਸ ਤੋਂ ਬਾਅਦ ਆਰਟੀਕਲ ਹੈਗੇ ਆ 5 ਤੋਂ ਲੈ ਕੇ 11 ਤੱਕ। ਆਰਟੀਕਲ 5 ਤੋਂ ਲੈ ਕੇ 11 ਤੱਕ ਕੀ ਆ? ਸਿਟੀਜ਼ਨਸ਼ਿਪ ਆ, ਨਾਗਰਿਕਤਾ। ਡਨ ਆ? ਹਾਂ। ਤਾਂ ਹੁਣ ਆਪਾਂ ਨੂੰ ਪੁੱਛਿਆ ਕਿਹੜਾ ਆਰਟੀਕਲ ਆ, ਆਰਟੀਕਲ ਵੀ ਕਿਹੜਾ ਨਵੀਂ ਸਟੇਟ ਦਾ ਗਠਨ ਕਰ ਸਕਦਾ? ਆਂਸਰ ਈਜ਼ੀ ਹੈ ਯਾਰ, ਕੋਈ ਔਖਾ ਨਹੀਂ ਹੈਗਾ, ਵੈਰੀ ਗੁੱਡ। ਸਭ ਤੋਂ ਸਾਰਿਆਂ ਦਾ ਬਿਲਕੁਲ ਆਂਸਰ ਕਰੈਕਟ ਨਿਕਲ ਕੇ ਆ ਰਿਹਾ। ਆਰਟੀਕਲ 3 ਆਪਾਂ ਨੂੰ ਦੱਸਦਾ ਕਿ ਫਾਰਮੇਸ਼ਨ ਕੀਤੀ ਜਾ ਸਕਦੀ ਆ ਕਿਸੇ ਵੀ ਨਵੀਂ ਸਟੇਟ ਦੀ, ਬਟ ਧਿਆਨ ਰੱਖਿਓ ਇਸ ਪਾਵਰ ਸਿਰਫ ਕਿਹਦੇ ਕੋਲ ਆ? ਓਨਲੀ ਦਾ ਓਨਲੀ ਕੀ ਆ? ਸੈਂਟਰ ਗਵਰਨਮੈਂਟ ਕੋਲ ਆ। ਧਿਆਨ ਦਿਓ ਆ ਕੀ ਹੋਇਆ, ਓਨਲੀ ਦਾ ਓਨਲੀ ਕਿਹਦੇ ਕੋਲ ਆ? ਸੈਂਟਰ ਗਵਰਨਮੈਂਟ ਕੋਲ ਪਾਵਰ ਆ, ਹੋਰ ਕਿਸੇ ਸਟੇਟ ਗਵਰਨਮੈਂਟ ਕੋਲ ਇਹ ਪਾਵਰ ਨਹੀਂ ਹੈਗੀ, ਸੈਂਟਰ ਗਵਰਨਮੈਂਟ ਹੀ ਕਰ ਸਕਦੀ ਆ। ਡਨ ਆ? ਸ਼ਾਬਾਸ਼। ਤਾਂ ਚੱਲਦੇ ਜੀ ਨੈਕਸਟ ਕੁਸ਼ਚਨ ਤੇ। ਨੈਕਸਟ ਕੁਸ਼ਚਨ ਕੀ ਕਹਿ ਰਿਹਾ, ਨੈਕਸਟ ਕੁਸ਼ਚਨ ਕੀ ਕਹਿ ਰਿਹਾ, ਕਹਿੰਦਾ ਜੀ ਵਟ ਇਜ਼ ਦਾ ਮਿਨੀਮਮ ਏਜ ਆਫ ਫੋਰ ਬਿਕਮਿੰਗ ਅ ਗਵਰਨਰ ਆਫ ਦਾ ਸਟੇਟ? ਇੱਕ ਕਹਿੰਦਾ ਜੀ ਗਵਰਨਰ ਬਣਨ ਵਾਸਤੇ, ਇੱਕ ਗਵਰਨਰ ਬਣਨ ਵਾਸਤੇ ਘੱਟੋ ਘੱਟ ਉਮਰ ਕਿੰਨੀ ਚਾਹੀਦੀ ਆ? ਘੱਟੋ ਘੱਟ ਉਮਰ ਦੱਸੋ ਮੈਨੂੰ ਕਿੰਨੀ ਚਾਹੀਦੀ ਆ? 30 ਸਾਲ, 25 ਸਾਲ, 35 ਸਾਲ ਕਿ 45 ਸਾਲ? ਗਵਰਨਰ ਦੀ ਏਜ ਪੁੱਛ ਰਹੀ ਆ ਜੀ ਕਿੰਨੀ ਚਾਹੀਦੀ ਆ। ਕਿਸੇ ਵੀ ਸਟੇਟ ਦਾ ਗਵਰਨਰ ਬਣਨਾ ਤਾਂ ਕਿੰਨੀ ਏਜ ਚਾਹੀਦੀ ਹੈ? ਜਲਦੀ ਆਨਸਰ ਕਰੋ, ਏਜ ਮੈਟਰਸ। ਸਟੇਟ ਦੀ ਚੱਲਦੀ ਨਹੀਂ, ਹਾਂ ਬਿਲਕੁਲ ਸਟੇਟ ਦੀ ਨਹੀਂ ਚੱਲਦੀ। 35 ਸਾਲ ਕਰ ਰਿਹਾ ਸਰ, 35 ਸਾਲ, 35 ਸਾਲ, 35 ਸਾਲ, ਆ ਪਿਆ 35 ਸਾਲ। ਤਾਂ ਬਿਲਕੁਲ ਕਰੈਕਟ ਆਨਸਰ ਆ, ਬਿਲਕੁਲ। ਦੇਖੋ ਜੀ ਚਾਹੇ ਆਪਾਂ ਕੀ ਆ, ਜਿਹੜਾ ਕੋਈ ਵੀ ਗਵਰਨਰ ਹੁੰਦਾ ਨਾ ਸਟੇਟ ਦਾ, ਇਹ ਕੀ ਹੁੰਦਾ ਕਿ ਮੰਨ ਲਓ ਇਹ ਪਹਿਲਾਂ ਕੀ ਆ IPS IAS ਆਫਿਸਰ, ਕੋਈ ਫੇਮਸ ਪਰਸਨੈਲਿਟੀਜ਼ ਹੁੰਦੇ ਆ, ਠੀਕ ਆ, ਉਹੀ ਜਿਹੜੇ ਗਵਰਨਰ ਜ਼ਿਆਦਾਤਰ ਕੇਸਿਸ ਦੇ ਵਿੱਚ ਉਹਨਾਂ ਨੂੰ ਬਣਾਇਆ ਜਾਂਦਾ, ਠੀਕ ਆ। ਇਹਨਾਂ ਦੀ ਉਮਰ ਮਿਨੀਮਮ ਐਟਲੀਸਟ ਕਿੰਨੀ ਹੋਣੀ ਜ਼ਰੂਰੀ ਆ? 35 ਸਾਲ ਤਾਂ ਜ਼ਰੂਰੀ ਹੀ ਜ਼ਰੂਰੀ ਹੈ। ਕਲੀਅਰ ਆ? ਡਨ ਆ? ਓਕੇ ਜੀ, ਤਾਂ ਕਮੈਂਟ ਸੈਕਸ਼ਨ ਦੇ ਵਿੱਚ ਆਨਸਰ ਦੇ ਦਿਓ ਮੈਨੂੰ, ਜਿਹੜੀ ਗਵਰਨਰ ਦੀ ਸੈਲਰੀ ਕਿੰਨੀ ਹੁੰਦੀ ਆ? ਠੀਕ ਆ, ਕਮੈਂਟ ਸੈਕਸ਼ਨ ਦੇ ਵਿੱਚ ਆਨਸਰ ਚਾਹੀਦਾ ਮੈਨੂੰ, ਗਵਰਨਰ ਦੀ ਸੈਲਰੀ ਕਿੰਨੀ ਹੁੰਦੀ? ਕਲੀਅਰ ਆ? ਚਲੋ ਨੈਕਸਟ ਕੁਸ਼ਚਨ 'ਤੇ ਚੱਲਦੇ ਹਾਂ ਜੀ। ਹਾਂਜੀ ਗੁੱਡ ਈਵਨਿੰਗ ਜੀ। ਕਹਿੰਦਾ ਜੀ ਅੰਡਰ ਆਰਟੀਕਲ, ਅੰਡਰ ਵਿੱਚ ਆਰਟੀਕਲ ਆਫ ਦਾ ਕੋਨਸਟੀਟਿਊਸ਼ਨ ਕਲਚਰ ਐਂਡ ਐਜੂਕੇਸ਼ਨ ਰਾਈਟ, ਇਹਨਾਂ ਵਿੱਚੋਂ ਕਹਿੰਦਾ ਜੀ ਕਿਹੜੇ ਆਰਟੀਕਲ ਦੇ ਤਹਿਤ ਕੀ ਆ ਕਲਚਰਲ ਅਤੇ ਐਜੂਕੇਸ਼ਨ ਰਾਈਟਸ ਆਉਂਦੇ ਆਪਣੇ? ਆਪਸ਼ਨਾਂ ਕੀ ਆ ਜੀ? 29, 31, 32, 33, 30 ਐਂਡ 31। ਬਹੁਤ ਈਜ਼ੀ ਕੁਸ਼ਚਨ ਆ, ਆਪਾਂ ਡਿਸਕਸ ਆਲਰੇਡੀ ਇਸ ਕੁਸ਼ਚਨ ਨੂੰ ਕਰ ਚੁੱਕੇ ਹਾਂ, ਤਾਂ ਜਲਦੀ ਆਨਸਰ ਕਰ ਦਿਓ ਜੀ ਇਸ ਕੁਸ਼ਚਨ ਦਾ। D
ਜੀਤ 25 ਲੋਕ ਸਭਾ ਦੀ, 35 ਰਾਜ ਸਭਾ, ਰਾਸ਼ਟਰਪਤੀ 35 ਸਾਲ, ਗਵਰਨਰ ਦੀ 35 ਸਾਲ, ਵਾਈਸ ਪ੍ਰੈਜੀਡੈਂਟ ਦੀ ਵੀ 35 ਸਾਲ ਆ ਜੀ, 30 ਸਾਲ ਨਹੀਂ ਹੈਗੀ। ਓਕੇ ਉਨੱਤੀ ਤੇ 30, ਬਿਲਕੁਲ ਜੀ, ਉਨੱਤੀ ਤੇ 30 ਆ ਪਿਆ, ਕਿੱਥੇ ਪਿਆ, ਉਨੱਤੀ 30 ਆ ਪਿਆ, ਬਿਲਕੁਲ। 29 ਤੇ 30 ਆਂਸਰ ਕਰਦਾ ਕਲਚਰ ਐਂਡ ਐਜੂਕੇਸ਼ਨ ਰਾਈਟ ਦਾ, ਆਰਟੀਕਲ 31 ਕਰਦਾ ਸੀ ਪ੍ਰੋਪਰਟੀ ਦਾ, ਹੁਣ ਕੀ ਹੋ ਗਿਆ, ਡਿਲੀਟ ਹੋ ਗਿਆ। ਕਲੀਅਰ ਆ, ਡਨ ਆ। ਚਲੋ ਜੀ ਨੈਕਸਟ ਚੱਲਦੇ ਹਾਂ ਜੀ। ਕੁਸ਼ਚਨ ਕੀ ਕਹਿੰਦਾ, ਕਹਿੰਦਾ ਜੀ ਵਿੱਚ ਸਰਵੈਂਟ, ਕਹਿੰਦਾ ਜੀ ਸਿਵਿਲ ਸਰਵੈਂਟ ਆਰ ਦਾ ਨੋਟ ਪਰਮਿਟਡ ਟੂ ਬਿਕਮ, ਕਹਿੰਦਾ ਜੀ ਜਿਹੜਾ ਸਿਵਿਲ ਸਰਵਿਸ ਕੋਈ ਵੀ ਵਿਅਕਤੀ ਆ ਉਹ ਇਹਨਾਂ ਵਿੱਚੋਂ ਕੀ ਨਹੀਂ ਬਣ ਸਕਦਾ, ਉਹਨੂੰ ਕੀ ਬਣਨ ਦੀ ਇਜਾਜ਼ਤ ਨਹੀਂ ਹੈਗੀ। ਤਾਂ ਜਲਦੀ ਕਮੈਂਟ ਸੈਕਸ਼ਨ 'ਚ ਆਂਸਰ ਚਾਹੀਦਾ ਮੈਨੂੰ, ਵਧੀਆ ਜਾ, ਜਲਦੀ ਜਲਦੀ ਆਂਸਰ ਕਰੋ ਜੀ। ਕੁਸ਼ਚਨ ਨੰਬਰ 10, ਕਹਿੰਦਾ ਜੀ ਉਹ ਕੀ ਨਹੀਂ ਬਣ ਸਕਦਾ, ਵਾਈਸ ਚਾਂਸਲਰ ਨਹੀਂ ਬਣ ਸਕਦਾ, ਇਲੈਕਸ਼ਨ ਕਮਿਸ਼ਨ ਨਹੀਂ ਬਣ ਸਕਦਾ, ਹੈੱਡ ਆਫ ਕੌਂਸਲ ਮਿਨਿਸਟਰ ਨਹੀਂ ਬਣ ਸਕਦਾ, ਕਿ ਮੈਂਬਰ ਆਫ ਪਾਰਲੀਮੈਂਟ ਨਹੀਂ ਬਣ ਸਕਦਾ। ਇਹਨਾਂ ਵਿੱਚੋਂ ਦੱਸੋ ਜਿਹੜਾ ਸਿਵਿਲ ਸਰਵੈਂਟ ਕੋਈ ਵੀ ਬੰਦਾ ਉਹ ਕੀ ਨਹੀਂ ਬਣ ਸਕਦਾ। ਹਾਂਜੀ ਥੈਂਕ ਯੂ, ਬਿਲਕੁਲ ਬਿਲਕੁਲ, ਜਲਦੀ ਅਸਰ ਕਰ ਦਿਓ। ਤਾਂ ਦੇਖੋ ਧਿਆਨ ਦੇ ਨਾਲ ਵੀ ਜਿੰਨੇ ਵੀ ਸਿਵਿਲ ਸਰਵੈਂਟ ਹਨ ਉਹ ਮੈਂਬਰ ਨਹੀਂ ਬਣ ਸਕਦੇ ਪਾਰਲੀਮੈਂਟ ਦੇ, ਠੀਕ ਹੈ, ਇਹ ਪ੍ਰੋਵੀਜ਼ਨ ਆ, ਬਟ ਅੱਜ ਕੱਲ੍ਹ ਹੋ ਰਿਹਾ ਇਹ ਚੀਜ਼, ਠੀਕ ਹੈ। ਤਾਂ ਡੀ ਅਨਸਰ ਇਹਦਾ ਕੀ ਆ, ਬਿਲਕੁਲ ਕਰੈਕਟ ਅਨਸਰ ਆ। ਹਾਂਜੀ ਸਭ ਤੋਂ ਵਧੀਆ, ਚੱਲਦੇ ਹਾਂ ਜੀ ਨੈਕਸਟ ਕੁਸ਼ਚਨ 'ਤੇ। ਨੈਕਸਟ ਕੁਸ਼ਚਨ ਦੇਖੋ ਕੀ ਕਹਿ ਰਿਹਾ ਜੀ, ਕਹਿੰਦਾ ਜੀ ਨੈਸ਼ਨਲ ਰਿਵਰ ਕਨਵਰਜਨ ਡਾਇਰੈਕਟੋਰੇਟ ਅੰਡਰ, ਕਹਿੰਦਾ ਜੀ ਇਹਨਾਂ ਵਿੱਚੋਂ ਜਿਹੜੀ ਨੈਸ਼ਨਲ ਰਿਵਰ ਰਿਵਰ ਵਾਲਾ ਏਰੀਆ, ਠੀਕ ਹੈ, ਉਹ ਕਹਿੰਦਾ ਜੀ ਕਿਹਦੇ ਅੰਡਰ ਆਉਂਦਾ, ਐਗਰੀਕਲਚਰ ਮਿਨਿਸਟਰੀ ਦੇ ਅੰਡਰ ਆਉਂਦਾ, ਇਨਵਾਇਰਮੈਂਟ ਐਂਡ ਫੋਰੈਸਟ ਮਿਨਿਸਟਰੀ ਦੇ ਅੰਡਰ ਆਉਂਦਾ, ਅਰਥ ਐਂਡ ਸਾਇੰਸ ਦੇ ਅੰਡਰ ਆਉਂਦਾ, ਕਿ ਵਾਟਰ ਰਿਸੋਰਸਿਸ ਦੇ ਅੰਡਰ ਆਉਂਦਾ। ਬਹੁਤ ਅੱਛਾ ਕੁਸ਼ਚਨ ਆ ਯਾਰ, ਬਹੁਤ ਵਧੀਆ ਕੁਸ਼ਚਨ ਆ। ਤਾਂ ਦੱਸੋ ਨੈਸ਼ਨਲ ਰਿਵਰ ਕੰਜ਼ਰਵੇਸ਼ਨ ਏਰੀਆ ਇਹ ਕਿਹਦੇ ਅੰਡਰ ਆ ਰਿਹਾ। ਤਾਂ ਜਲਦੀ ਸਭ ਤੋਂ ਪਹਿਲਾਂ ਜਿਹਦਾ ਆਂਸਰ ਆ ਰਿਹਾ, ਡੀ ਆਂਸਰ ਕਰ ਰਹੇ ਹੋ, ਮਿਨਿਸਟਰੀ ਆਫ ਵਾਟਰ। ਤਾਂ ਸੋਚ ਲਓ ਧਿਆਨ ਨਾਲ, ਥੋੜ੍ਹਾ ਜਿਹਾ ਕਨਫਿਊਜ਼ਿੰਗ ਆ ਕੋਈ, ਬਟ ਔਖਾ ਨਹੀਂ ਹੈਗਾ, ਜਲਦੀ ਆਂਸਰ ਚਾਹੀਦਾ। ਤਾਂ ਦੇਖੋ ਧਿਆਨ ਦੇ ਨਾਲ, ਜਿਹੜਾ ਆਪਣਾ ਕੀ ਆ ਰਿਵਰ ਕੰਜ਼ਰਵੇਸ਼ਨ ਆ, ਇਹ ਕੀ ਆ, ਮਿਨਿਸਟਰੀ ਆਫ ਇਨਵਾਇਰਮੈਂਟ ਐਂਡ ਫੋਰੈਸਟ ਦੇ ਅੰਡਰ ਆਉਂਦਾ, ਠੀਕ ਹੈ, ਮਿਨਿਸਟਰੀ ਆਫ ਵਾਇਰ ਇਨਵਾਇਰਮੈਂਟ ਐਂਡ ਫੋਰੈਸਟ ਦੇ ਅੰਡਰ ਆਉਂਦਾ। ਕਲੀਅਰ ਸਭ ਨੂੰ? ਤਾਂ ਬੀ ਆਂਸਰ ਕਰੈਕਟ ਆ ਜੀ ਇਹਦਾ, ਮਿਨਿਸਟਰੀ ਆਫ ਇਨਵਾਇਰਮੈਂਟ ਐਕਟ। ਤਾਂ ਚੱਲਦੇ ਹਾਂ ਜੀ ਨੈਕਸਟ ਕੁਸ਼ਚਨ 'ਤੇ। ਹਾਂਜੀ ਕੁਸ਼ਚਨ ਕੀ ਕਹਿ ਰਿਹਾ ਜੀ, ਕਹਿੰਦਾ ਰਾਈਟ ਟੂ ਇਨਫੋਰਮੇਸ਼ਨ, ਕਹਿੰਦਾ ਜੀ ਆਪਾਂ ਨੂੰ ਕੋਈ ਵੀ ਜਾਣਕਾਰੀ ਦਾ ਅਧਿਕਾਰ ਆ, ਇਹ ਕੀ ਦੱਸਦਾ ਆਪਾਂ ਨੂੰ, ਕੀ ਦੱਸਦਾ, ਕਹਿੰਦਾ ਜੀ ਇਹ ਆਪਣਾ ਫੰਡਾਮੈਂਟਲ ਰਾਈਟ ਆ, ਲੀਗਲ ਰਾਈਟ ਆ, ਨਾ ਤਾਂ ਕਹਿੰਦੇ ਫੰਡਾਮੈਂਟਲ ਰਾਈਟ ਆ ਨਾ ਲੀਗਲ ਰਾਈਟ ਆ, ਕਹਿੰਦਾ ਇਹ ਦੋਨੇ ਆ, ਫੰਡਾਮੈਂਟਲ ਰਾਈਟ ਵੀ ਆ ਅਤੇ ਲੀਗਲ ਰਾਈਟ ਵੀ ਆ। ਆਂਸਰ ਚਾਹੀਦਾ, ਬਹੁਤ ਪਿਆਰਾ ਪਿਆਰਾ ਕੁਸ਼ਚਨ ਆ, ਤਾਂ ਜਲਦੀ ਕੱਢ ਦਿਓ ਆਂਸਰ ਇਹਦਾ, ਖੜਕਾ ਦਿਓ ਖੜਕਾ ਦਿਓ, ਚਲਾ ਦਿਓ, ਜਲਦੀ ਜਲਦੀ ਆਂਸਰ ਕਰੋ ਜੀ, ਫਿਰ ਮੈਂ ਆਂਸਰ ਦੇ ਰਿਹਾ, ਨਹੀਂ ਤਾਂ ਜਲਦੀ ਜਲਦੀ ਆਂਸਰ ਆ ਜਾਣਾ ਚਾਹੀਦਾ। ਲੀਗਲ ਰਾਈਟ ਕਹਿ ਰਿਹਾ ਜੀ, ਲੀਗਲ ਰਾਈਟ ਆ, ਤਾਂ ਬਿਲਕੁਲ ਇਹ ਕੀ ਆ, ਲੀਗਲ ਰਾਈਟ ਨਹੀਂ ਹੈਗਾ ਆਪਣਾ, ਇਹ ਕੀ ਆਪਣਾ ਫੰਡਾਮੈਂਟਲ ਰਾਈਟ ਆ, ਕਲੀਅਰ ਆ, ਆਪਣਾ ਕੀ ਆ, ਫੰਡਾਮੈਂਟਲ ਰਾਈਟ ਆ, ਕਲੀਅਰ ਆ ਸਭ ਨੂੰ। ਉਸ ਤੋਂ ਬਾਅਦ ਇਹ ਕਹਿੰਦੇ ਤਹਿਤ ਆਉਂਦਾ, ਇਹ ਵੀ ਲਿਖ ਲਓ ਜੀ, ਆਰਟੀਕਲ 19 ਦੇ ਤਹਿਤ ਆਉਂਦਾ ਇਹ, ਠੀਕ ਹੈ, ਆਰਟੀਕਲ 19 ਦੇ ਤਹਿਤ ਆਉਂਦਾ, ਡਨ ਆ। ਚੱਲਦੇ ਜੀ ਨੈਕਸਟ ਕੁਸ਼ਚਨ 'ਤੇ। ਨੈਕਸਟ ਕੁਸ਼ਚਨ ਕੀ ਕਹਿ ਰਿਹਾ, ਕਹਿੰਦਾ ਜੀ ਇਨ ਦਾ ਕੋਨਸਟੀਟਿਊਸ਼ਨ ਆਫ ਇੰਡੀਆ ਪ੍ਰਮੋਸ਼ਨ ਆਫ ਇੰਟਰਨੈਸ਼ਨਲ ਪੀਸ ਐਂਡ ਸਿਕਿਉਰਿਟੀ, ਕਹਿੰਦਾ ਜੀ ਸੰਵਿਧਾਨ ਦੇ ਅਨੁਸਾਰ ਇਹਨਾਂ ਵਿੱਚੋਂ ਕਹਿੰਦਾ ਜੀ ਕਿਹੜਾ, ਕਿਹਦੇ ਵਿੱਚ ਆਉਂਦਾ ਜੀ, ਆਪਾਂ ਬਾਹਰਲੇ ਇੰਟਰਨੈਸ਼ਨਲ ਪੀਸ ਐਂਡ ਸਿਕਿਉਰਿਟੀ ਬਾਰੇ ਕੀ ਆ ਧਿਆਨ ਰੱਖਣਾ, ਉਹ ਕਾਹਦੇ ਵਿੱਚ ਆਉਂਦਾ, ਪ੍ਰੈਂਬਲ ਦੇ ਵਿੱਚ ਦੱਸਿਆ ਹੋਇਆ, DPSP ਦੇ ਵਿੱਚ ਦੱਸਿਆ ਹੋਇਆ, ਫੰਡਾਮੈਂਟਲ ਰਾਈਟ ਦੇ ਵਿੱਚ ਦੱਸਿਆ ਹੋਇਆ, ਕਿ ਆਪਣੇ ਸੰਵਿਧਾਨ ਦੇ 9ਵੇਂ ਸ਼ਡਿਊਲ ਦੇ ਵਿੱਚ ਦੱਸਿਆ ਹੋਇਆ। ਤਾਂ ਜਲਦੀ ਆਂਸਰ ਕੀਤਾ ਜਾਵੇ,
ਹਾਂ ਜੀ ਬਿਲਕੁਲ, ਦੇਖਦੇ ਹਾਂ ਤੁਹਾਡੀ ਤਿਆਰੀ ਕਿੰਨੀ ਕਾ, ਪੇਪਰ ਦੇਖ ਰਹੇ ਦੇ ਰਹੇ ਨਾ, ਤੁਹਾਡਾ ETT ਦਾ ਪੇਪਰ ਆ ਗਿਆ, PS ਟੈਟ ਦਾ ਹੋ ਗਿਆ, ਹੈ ਨਾ, ਤਾਂ ਦੇਖਦੇ ਹਾਂ ਤਿਆਰੀ ਕਿੱਡੀ ਕਾ ਤੁਹਾਡੀ ਚੱਲ ਰਹੀ ਹੈ। ਹਾਂ ਜੀ ਬਿਲਕੁਲ ਬਿਲਕੁਲ ਬਿਲਕੁਲ, ਵੈਰੀ ਗੁੱਡ। ਸਭ ਤੋਂ ਪਹਿਲਾਂ ਕਿੰਨਾ ਸਰ ਆਇਆ, ਗੀਤ ਦਾ ਅੰਸਰ ਨਿਕਲ ਕੇ ਆ ਰਿਹਾ ਕੀ ਹੈ ਜੀ, DPSP, DPSP ਦੇ ਅੰਡਰ ਆਉਂਦਾ ਜੀ ਇੰਟਰਨੈਸ਼ਨਲ ਪੀਸ ਐਂਡ ਸਿਕਿਉਰਿਟੀ। ਤਾਂ ਧਿਆਨ ਰੱਖਿਓ ਜਿਹੜਾ ਇੰਡੀਅਨ ਕੋਨਸਟੀਟਿਊਸ਼ਨ ਆ ਉਹਦਾ ਸਿਰਫ ਆਰਟੀਕਲ 51, ਧਿਆਨ ਰੱਖਿਓ ਆਰਟੀਕਲ 51 ਹੀ ਦੱਸਦਾ ਆਪਾਂ ਨੂੰ ਕੀ ਹੈ ਇੰਟਰਨੈਸ਼ਨਲ ਪੀਸ ਐਂਡ ਸਿਕਿਉਰਿਟੀ ਬਾਰੇ, ਇੱਕੋ ਇੱਕ ਆਰਟੀਕਲ ਆ ਪੂਰੇ ਸੰਵਿਧਾਨ ਦਾ। ਡਨ ਆ, ਵੈਰੀ ਗੁੱਡ, ਚੱਲਦੇ ਜੀ ਨੈਕਸਟ ਕੁਐਸਚਨ ਤੇ। ਨੈਕਸਟ ਕੁਐਸਚਨ ਕੀ ਕਹਿ ਰਿਹਾ, ਕਹਿੰਦਾ ਜੀ ਦਾ 9th ਸ਼ਡਿਊਲ ਆਫ ਦਾ ਕੋਨਸਟੀਟਿਊਸ਼ਨ ਆਫ ਇੰਡੀਆ ਵਾਜ਼, ਇਹਨਾਂ ਵਿੱਚੋਂ ਕਹਿੰਦਾ ਜੀ ਜਿਹੜਾ ਭਾਰਤ ਦਾ 9th ਸ਼ਡਿਊਲ ਆ ਉਹ ਕੀ ਦੱਸ ਰਿਹਾ ਆਪਾਂ ਨੂੰ 9th ਸ਼ਡਿਊਲ। ਹਾਂਜੀ 9th ਸ਼ਡਿਊਲ ਤੁਸੀਂ ਦੱਸਣਾ ਮੈਨੂੰ ਸਰ, ਇਹਦਾ ਆਪਸ਼ਨ ਮੈਂ ਦੱਸ ਰਿਹਾ ਤੁਹਾਨੂੰ। ਕਹਿੰਦਾ ਜੀ ਇਹ ਐਡਡ ਹੋਇਆ ਸੀ ਪਹਿਲੀ ਅਮੈਂਡਮੈਂਟ ਦੇ ਤਹਿਤ, ਇਹ ਕਹਿੰਦਾ ਜੀ ਐਡਡ ਹੋਇਆ ਸੀ 24ਵੇਂ ਅਮੈਂਡਮੈਂਟ ਦੇ, 42nd ਅਮੈਂਡਮੈਂਟ ਦੇ ਤਹਿਤ ਐਡ ਹੋਇਆ ਕਿ ਇਹ ਪਾਰਟ ਸੀਗਾ ਓਰੀਜਨਲ ਕੋਨਸਟੀਟਿਊਸ਼ਨ ਦਾ। 9th ਸ਼ਡਿਊਲ ਬਾਰੇ ਜੋ ਵੀ ਕਥਨ ਸੱਚ ਆ ਤੁਹਾਨੂੰ ਲੱਗਦਾ ਪਿਆ ਉਹ ਦੱਸ ਦਿਓ ਜੀ। ਤਾਂ ਜਦ ਧਿਆਨ ਦਿਓ ਮੇਰੀ ਗੱਲ ਸੁਣੋ, ਜਿਹੜਾ 9th ਸ਼ਡਿਊਲ ਆ ਨਾ, 9th ਸ਼ਡਿਊਲ ਆ ਇਹਨੂੰ ਪਹਿਲੀ ਅਮੈਂਡਮੈਂਟ ਦੇ ਤਹਿਤ ਐਡ ਕੀਤਾ ਗਿਆ। ਸਭ ਤੋਂ ਫਸਟ ਅਮੈਂਡਮੈਂਟ ਹੋਈ ਸੀ 1952 ਦੇ ਵਿੱਚ। ਇਸ ਗੱਲ ਦਾ ਖਾਸ ਧਿਆਨ ਰੱਖਿਓ, ਤੁਹਾਨੂੰ ਮੈਂ ਯਾਦ ਕਰਵਾ ਦਾਂ ਜਿਹੜਾ ਪੇਪਰ ਹੋਇਆ ਸੀ ਨਾ ਸਬ ਇੰਸਪੈਕਟਰ ਦਾ ਪੇਪਰ ਹੋਇਆ ਸੀ ਪਿਛਲੇ ਲਾਸਟ ਵਾਰੀ, ਉਹਦੇ ਵਿੱਚ ਸਭ ਤੋਂ ਪਹਿਲਾਂ ਸਿੰਪਲ ਜਿਹਾ ਕੁਸ਼ਚਨ ਸੀ, ਕਹਿੰਦੇ ਜੀ ਪਹਿਲੀ ਅਮੈਂਡਮੈਂਟ ਕਦੋਂ ਹੋਈ ਹੈ, ਸਭ ਤੋਂ ਪਹਿਲੀ ਅਮੈਂਡਮੈਂਟ ਕਦੋਂ ਹੋਈ ਹੈ, ਆਹ ਕੁਸ਼ਚਨ ਆਇਆ ਸੀ। ਤਾਂ ਕਈਆਂ ਨੂੰ ਤਾਂ ਇਹ ਨਹੀਂ ਪਤਾ ਸੀ ਵੀ 1952 ਦੇ ਵਿੱਚ ਪਹਿਲੀ ਅਮੈਂਡਮੈਂਟ ਹੋਈ ਹੈ। ਡਨ ਆ ਨਾ ਸਭ ਨੂੰ, ਤਾਂ ਇਸ ਗੱਲ ਦਾ ਵੀ ਖਾਸ ਧਿਆਨ ਰੱਖਿਓ, ਠੀਕ ਹੈ। ਚੱਲਦੇ ਜੀ ਨੈਕਸਟ ਕੁਐਸਚਨ ਤੇ। ਨੈਕਸਟ ਕੁਐਸਚਨ ਕੀ ਕਹਿ ਰਿਹਾ, ਕਹਿੰਦਾ ਜੀ ਵਟ ਇਜ਼ ਆ ਲਿਟਰਲ ਮੀਨਿੰਗ ਆਫ ਸਸ਼ਰੇਰੀ, ਸਸ਼ਰੇਰੀ ਦਾ ਕਹਿੰਦਾ ਲਿਟਰਲ ਮੀਨਿੰਗ ਕੀ ਹੈ। ਤਾਂ ਆਪਾਂ ਨੂੰ ਕੁਐਸਚਨ ਕਿੱਥੋਂ ਨਿਕਲ ਕੇ ਆ ਰਿਹਾ, ਤਾਂ ਕੁਐਸਚਨ ਦੇਖੋ ਇਹ ਹੈਗਾ ਰਿਟਸ ਦੇ ਵਿੱਚੋਂ ਕੁਐਸਚਨ ਨਿਕਲ ਗਿਆ ਆ, ਠੀਕ ਹੈ। ਤਾਂ ਧਿਆਨ ਦਿਓ ਟੋਟਲ ਰਿਟਸ ਹੁੰਦੀਆਂ ਆਪਣੇ ਕੋਲ, 5 ਰਿਟਸਾਂ ਹੁੰਦੀਆਂ। ਹੁਣ ਅੱਛਾ ਰਿਟਾਂ ਹੁੰਦੀਆਂ ਕਿ ਆਪਾਂ ਨੂੰ ਤਾਂ ਇਹ ਨਹੀਂ ਪਤਾ ਹੋਣਾ, ਤਾਂ ਧਿਆਨ ਦਿਓ ਰਿਟਾਂ ਦਾ ਮਤਲਬ, ਹੁਣ ਆਪਾਂ ਕਈ ਕਹਿ ਦੇਣਗੇ ਜੀ ਇਹ ਤਾਂ ਜੀ ਪੇਪਰ ਵਾਲੀ ਰਿਟਾਂ, ਆਪਾਂ ਰਿਟ ਪਾ ਕੇ ਪੇਪਰ ਰੁਕਾਉਣਾ, ਉਹਦਾ ਰਿਜ਼ਲਟ ਰੁਕਾਉਣਾ। ਕਈ ਕੀ ਕਰਦੇ ਆ, ਐਂ ਕਰ ਦਿੰਦੇ ਆ, ਦੂਜੇ ਬੰਦਿਆਂ ਦਾ ਫਿਊਚਰ ਖਰਾਬ ਕਰ ਦਿੰਦੇ ਆ। ਤਾਂ ਠੀਕ ਆ, ਇਹੋ ਜਿਹੀ ਜ਼ਿੰਦਗੀ ਦੇ ਵਿੱਚ ਕਦੇ ਵੀ ਕੋਈ ਹਰਕਤ ਨਾ ਕਰਿਓ ਜਿਹਦੇ ਨਾਲ ਕੀ ਆ ਦੂਜੇ ਬੰਦੇ ਨੂੰ ਤਕਲੀਫ ਹੋਵੇ, ਕਲੀਅਰ ਆ। ਇਸ ਚੀਜ਼ ਦਾ ਵੀ ਤਾਂ ਖਾਸ ਧਿਆਨ ਰੱਖਿਓ। ਹਾਂ ਰਿਟ ਦਾ ਮਤਲਬ ਐਕਚੁਅਲ ਦੇ ਵਿੱਚ ਮਤਲਬ ਕੀ ਹੁੰਦਾ, ਕਿ ਰਿਟ ਦਾ ਮਤਲਬ ਇਹ ਹੁੰਦਾ ਕਿ ਜਿਹੜੇ ਸੰਵਿਧਾਨ ਦੇ ਵਿੱਚ ਨਾ ਆਪਣੇ ਕੋਈ ਫੰਡਾਮੈਂਟਲ ਰਾਈਟ ਆ, ਠੀਕ ਹੈ, ਆਪਣੇ ਫੰਡਾਮੈਂਟਲ ਰਾਈਟ ਆ, ਉਹਨਾਂ ਦੀ ਉਲੰਘਣਾ ਕਰਦਾ ਪਿਆ ਕੋਈ ਵੀ ਪਰਸਨ ਆ, ਚਾਹੇ ਉਹ ਸਰਕਾਰੀ ਬੰਦਾ ਚਾਹੇ ਉਹ ਪ੍ਰਾਈਵੇਟ ਬੰਦਾ, ਤਾਂ ਉਹਦੇ ਖਿਲਾਫ ਕੀ ਆ ਜਿਹੜੀ ਸੁਪਰੀਮ ਕੋਰਟ ਆ, ਹਾਈ ਕੋਰਟ ਆ, ਇਹ ਕੀ ਆ ਰਿਟਸ ਜਾਰੀ ਕਰ ਸਕਦੀ ਹੈ। ਕਲੀਅਰ ਆ, ਕੁੱਲ ਰਿਟਾਂ ਹੈਗੀਆਂ 5, ਇਹ 5 ਅਲੱਗ ਅਲੱਗ ਕੇਸਿਸ ਦੇ ਵਿੱਚ ਆ। ਤਾਂ ਤੁਹਾਡੇ ਲਈ ਧਿਆਨ ਰੱਖਿਓ, ਯਾਦ ਰੱਖਿਓ, ਮੈਂ ਤੁਹਾਡੇ ਲਈ ਰਿਟਾਂ ਦਾ ਟੋਪਿਕ ਲੈ ਕੇ ਆ ਰਿਹਾ ਯੂਟਿਊਬ 'ਤੇ, ਠੀਕ ਹੈ, ਰਿਟਾਂ ਵਾਲਾ ਯੂਟਿਊਬ 'ਤੇ ਟੋਪਿਕ ਲੈ ਕੇ ਆ ਰਿਹਾ, ਹਰੇਕ ਜਿਹੜੀ ਡਿਟੇਲ ਦੇ ਵਿੱਚ ਆਪਾਂ ਰਿਟਸ ਕਰਾਂਗੇ, ਠੀਕ ਹੈ, ਯਾਦ ਰੱਖਿਓ ਇਸ ਚੀਜ਼, ਕਲੀਅਰ ਆ। ਚੱਲਦੇ ਹਾਂ ਹੁਣ ਇਸ ਕੁਐਸਚਨ ਦਾ ਆਨਸਰ ਦਿਓ, ਜਿਹੜੀ ਕਹਿੰਦਾ ਜੀ ਸਰਸ਼ੇਰੀ ਰਿਟ ਕੀ ਆ, ਇਹ ਹੁੰਦੀ ਕੀ ਚੀਜ਼ ਆ, ਜਲਦੀ ਆਨਸਰ ਦਿਓ ਜੀ। ਸਰਸ਼ੇਰੀ ਦਾ ਪੰਜਾਬੀ 'ਚ ਮਤਲਬ ਹੁੰਦਾ, ਜਿਹਨੂੰ ਨਹੀਂ ਪਤਾ ਇਹਨੂੰ ਬੋਲਦੇ ਆ ਉਤਪ੍ਰੇਸ਼ਣ। ਉਤਪ੍ਰੇਸ਼ਣ ਦਾ ਮਤਲਬ ਕੀ ਆ ਜੀ, ਇਹਦੇ ਵਿੱਚ ਕੀ ਹੁੰਦਾ, ਟੂ ਬੀ ਸਰਟੀਫਾਈਡ ਔਰ ਟੂ ਬੀ ਇਨਫੋਰਮਡ, ਠੀਕ ਆ, ਟੂ ਬੀ ਸਰਟੀਫਾਈਡ ਔਰ ਟੂ ਬੀ ਇਨਫੋਰਮਡ ਆਰਟੀਕਲ। ਹਾਂਜੀ ਇਹਦਾ ਆਰਟੀਕਲ ਲਿਖ ਲਓ, ਜਿਹੜੀ ਸੁਪਰੀਮ ਕੋਰਟ ਆ ਉਹ 32 ਤਹਿਤ ਜਾਰੀ ਕਰਦੀ ਆ ਰਿਟਾਂ, ਹਾਈ ਕੋਰਟ ਆ ਉਹ 226 ਦੇ ਤਹਿਤ ਰਿਟਾਂ ਜਾਰੀ ਕਰਦੀ ਆ, ਟੋਟਲ 5 ਰਿਟਸ ਆ, ਠੀਕ ਹੈ। ਓਕੇ ਜੀ ਚਲੋ ਚੱਲਦੇ ਨੈਕਸਟ ਕੁਐਸਚਨ 'ਤੇ।
ਕੁਐਸਚਨ ਕੀ ਕਹਿੰਦਾ ਜੀ, ਵਿਚ ਆਫ ਦਾ ਫੋਲੋਇੰਗ ਆਰ ਦਾ ਕੌਂਸਟੀਟਿਊਸ਼ਨ ਆਫ ਦਾ ਕੌਂਸਟੀਟਿਊਸ਼ਨ ਆਫ ਇੰਡੀਅਨ ਪਾਰਲੀਮੈਂਟ। ਕਹਿੰਦਾ ਜੀ ਭਾਰਤੀ ਸੰਸਦ ਦੇ ਹੇਠਲੇ ਭਾਗਾਂ ਵਿੱਚੋਂ ਕਿਹੜੇ ਹਨ, ਭਾਰਤੀ ਸੰਸਦ ਦੇ ਹੇਠਲੇ ਭਾਗ ਵਿੱਚੋਂ ਕਿਹੜੇ ਹਨ। ਆਪਸ਼ਨ ਕੀ ਹੈ, ਕਹਿੰਦਾ ਜੀ ਪਾਰਲੀਮੈਂਟ ਆ ਜੀ, ਉਸ ਤੋਂ ਬਾਅਦ ਕੌਂਸਲ ਆਫ ਸਟੇਟ, ਰਾਜ ਸਭਾ, ਲੋਕ ਸਭਾ। ਜਲਦੀ ਆਨਸਰ ਕਰਿਓ ਜੀ, ਇਹਨਾਂ ਵਿੱਚੋਂ ਕਿਹੜਾ ਜਿਹੜਾ ਪਾਰਲੀਮੈਂਟ ਦਾ ਭਾਗ ਹੈਗਾ, ਕਿਹੜਾ ਪਾਰਲੀਮੈਂਟ ਦਾ ਭਾਗ ਹੈਗਾ। ਜਲਦੀ ਪਾਰਲੀਮੈਂਟ ਦਾ ਭਾਗ ਪੁੱਛਿਆ ਜੀ ਕਿਹੜਾ ਕਿਹੜਾ, ਤਾਂ ਤੁਹਾਨੂੰ ਮੈਂ ਇੱਕ ਗੱਲ ਦੱਸੀ ਸੀ, ਪਾਰਲੀਮੈਂਟ ਕਿਹਨੂੰ ਕਿਹਨੂੰ ਮਿਲ ਕੇ ਬਣਦੀ ਆ, ਇਹ ਬਣਦੀ ਆ ਲੋਕ ਸਭਾ ਨੂੰ, ਰਾਜ ਸਭਾ ਨੂੰ, ਪਲੱਸ ਪ੍ਰੈਜੀਡੈਂਟ ਵੀ ਇਹਦੇ ਵਿੱਚ ਹੁੰਦਾ। ਤਾਂ ਆਪਸ਼ਨ ਚੈੱਕ ਕਰਦੇ ਹਾਂ ਆਪਾਂ, ਇਹਦੇ ਵਿੱਚ ਕਹਿੰਦੇ ਜੀ ਪ੍ਰੈਜੀਡੈਂਟ ਹੁੰਦਾ, ਬਿਲਕੁਲ ਕਰੈਕਟ ਆ, ਰਾਜ ਸਭਾ ਵੀ ਆ, ਲੋਕ ਸਭਾ ਵੀ ਆ, ਤਾਂ ਤਿੰਨੇ ਆਪਸ਼ਨ ਕਰੈਕਟ ਆ। ਆਹ ਪਿਆ ਆਪਣਾ ਆਨਸਰ, ਡੀ ਆਨਸਰ ਬਿਲਕੁਲ ਕਰੈਕਟ ਆ ਸਰ, ਡਨ ਆਲ, ਸ਼ਾਬਾਸ਼। ਚੱਲਦੇ ਜੀ ਨੈਕਸਟ ਕੁਐਸਚਨ ਤੇ। ਨੈਕਸਟ ਕੁਐਸਚਨ ਕੀ ਕਹਿ ਰਿਹਾ, ਕਹਿੰਦਾ ਹੂ ਅਮੰਗ ਦਾ ਫੋਲੋਇੰਗ ਇਜ਼ ਦਾ ਐਗਜੀਕਿਊਟਿਵ ਹੈਡ ਆਫ ਇੰਡੀਆ। ਇਹਨਾਂ ਵਿੱਚੋਂ ਕਹਿੰਦਾ ਜੀ ਐਗਜੀਕਿਊਟਿਵ ਦਾ ਮਤਲਬ ਹੁੰਦਾ ਕਾਰਜਕਾਰੀ, ਕੀ ਹੁੰਦਾ ਕਾਰਜਕਾਰੀ, ਆਹ ਲਿਖਿਆ ਹੋਇਆ ਕਾਰਜਕਾਰੀ ਮੁਖੀ। ਕਹਿੰਦਾ ਜੀ ਕੌਣ ਆ ਇੰਡੀਆ ਦਾ ਕਾਰਜਕਾਰੀ ਮੁਖੀ, ਕੌਣ ਹੁੰਦਾ ਜੀ ਇੰਡੀਆ ਦਾ, ਆਨਸਰ ਕਰ ਦਿਓ ਮੈਨੂੰ ਵਧੀਆ ਵਧੀਆ। ਆਪਸ਼ਨ ਕੀ ਆਪਣੇ ਕੋਲ, ਆਪਸ਼ਨ ਦੇਖੋ, ਕਹਿੰਦੇ ਜੀ ਪ੍ਰਧਾਨ ਮੰਤਰੀ ਆ, ਰਾਸ਼ਟਰਪਤੀ ਆ, ਕੈਬਨਿਟ ਸੈਕਟਰੀ ਆ, ਕਿ ਫਾਈਨਾਂਸ ਸੈਕਟਰੀ ਆ। ਹੁਣ ਤੁਹਾਨੂੰ ਮੈਂ ਇੱਕ ਗੱਲ ਸਮਝਾਉਣੀ ਚਾਹ ਰਿਹਾ ਕਾਰਜਕਾਰੀ ਕੀ ਹੁੰਦਾ। ਸਭ ਤੋਂ ਪਹਿਲਾਂ ਦੇਖੋ ਉੱਪਰ ਆਉਂਦੀ ਹੈ ਲੈਜਿਸਲੇਟਿਵ, ਲੈਜਿਸਲੇਟਿਵ, ਠੀਕ ਹੈ। ਲੈਜਿਸਲੇਟਿਵ ਤੋਂ ਨੀਚੇ ਆਉਂਦੀ ਆ ਜੀ ਐਗਜੀਕਿਊਟਿਵ, ਠੀਕ ਹੈ ਜੀ। ਐਗਜੀਕਿਊਟਿਵ ਤੋਂ ਨੀਚੇ ਕੌਣ ਹੁੰਦਾ, ਐਗਜੀਕਿਊਟਿਵ ਤੋਂ ਨੀਚੇ ਆਉਂਦੀ ਆ ਜੁਡੀਸ਼ਰੀ, ਠੀਕ ਹੈ ਜੀ। ਆਹ ਤਿੰਨ ਚੀਜ਼ਾਂ, ਇਹਨਾਂ ਨੂੰ ਤਿੰਨ ਸਤੰਭ ਵੀ ਬੋਲਿਆ ਜਾਂਦਾ, ਕਹਿੰਦੇ ਡੈਮੋਕ੍ਰੇਸੀ ਦੇ, ਲੋਕਤੰਤਰ ਦੇ ਤਿੰਨ ਸਤੰਭ ਇਹਨਾਂ ਨੂੰ ਬੋਲਿਆ ਜਾਂਦਾ। ਹੁਣ ਇਹਨਾਂ ਦਾ ਕੰਮ ਵੀ ਦੇਖ ਲਓ ਕੀ ਆ, ਜਿਹੜੀ ਲੈਜਿਸਲੇਟਿਵ ਆ ਇਹਨਾਂ ਦਾ ਕੰਮ ਆ ਕਾਨੂੰਨ ਬਣਾਉਣ ਦਾ, ਕਾਨੂੰਨ ਬਣਾਉਣ ਦਾ ਕੰਮ ਕਹਿੰਦਾ ਲੈਜਿਸਲੇਟਿਵ ਦਾ। ਉਸ ਤੋਂ ਬਾਅਦ ਐਗਜੀਕਿਊਟਿਵ ਦਾ ਕੰਮ ਕੀ ਆ, ਐਗਜੀਕਿਊਟਿਵ ਦਾ ਕੰਮ ਇਹ ਆ ਜਿਹੜਾ ਕਾਨੂੰਨ ਬਣਿਆ ਹੋਊਗਾ ਉਹਨੂੰ ਕੀ ਇਹਨਾਂ ਨੇ ਚੈੱਕ ਕਰਨਾ, ਅਪਲਾਈ ਕਰਨਾ, ਠੀਕ ਹੈ, ਅਪਲਾਈ ਕਰਨ ਦਾ ਕੰਮ। ਅਤੇ ਜੁਡੀਸ਼ਰੀ ਦਾ ਕੰਮ ਕੀ ਆ, ਜਿਹੜਾ ਕਾਨੂੰਨ ਬਣ ਕੇ ਲਾਗੂ ਹੋ ਗਿਆ ਉਹਨੂੰ ਕੀ ਆ ਇਹ ਰਿਵਿਊ ਕਰ ਸਕਦੀ ਆ, ਰੀਚੈੱਕ ਕਰ ਸਕਦੀ ਆ, ਜੇ ਗਲਤ ਆ ਤਾਂ ਉਹਨੂੰ ਕੀ ਆ ਨਲ ਘੋਸ਼ਿਤ ਕਰ ਸਕਦੀ ਆ, ਅਗਰ ਜੇ ਸਹੀ ਆ ਤਾਂ ਇਹਦੇ 'ਤੇ ਕੀ ਆ ਇਹਨੂੰ ਕੰਟੀਨਿਊ ਕਰ ਸਕਦੀ ਆ, ਠੀਕ ਹੈ ਜੀ। ਤਾਂ ਆਨਸਰ ਕੀ ਸੀ ਇਹਦਾ, ਰਾਸ਼ਟਰਪਤੀ ਕੀ ਆ ਜੀ ਐਗਜੀਕਿਊਟਿਵ ਹੈੱਡ ਆਫ ਇੰਡੀਆ ਪੂਰੇ ਸੈਂਟਰ ਦੇ ਵਿੱਚ, ਡਨ ਯਾਰ। ਨਾ ਤਾਂ ਅੱਜ ਮੈਨੂੰ ਲਾਈਕ ਦਿਖ ਰਹੇ ਆ ਕਮੈਂਟ, ਤੁਸੀਂ ਸੋਚ ਸੋਚ ਕੇ ਕਰ ਰਹੇ ਹੋ, ਪਤਾ ਨਹੀਂ ਕੁਐਸਚਨ ਔਖੇ ਆ, ਕੁਐਸਚਨ ਔਖੇ ਨਹੀਂ ਹੈਗੇ, ਕੁਐਸਚਨ ਸੌਖੇ ਆ ਯਾਰ, ਈਜ਼ੀ ਕੁਐਸਚਨ ਹੈਗੇ ਆ, ਠੀਕ ਹੈ। ਤਾਂ ਜਲਦੀ ਪਹਿਲਾਂ ਤਾਂ ਸੈਸ਼ਨ ਨੂੰ ਸ਼ੇਅਰ ਕਰਕੇ ਆਓ, ਸਾਰੇ ਜਣੇ ਸੈਸ਼ਨ ਨੂੰ ਸ਼ੇਅਰ ਕਰਕੇ ਆਓ, ਜਲਦੀ ਸੈਸ਼ਨ ਨੂੰ ਸ਼ੇਅਰ ਕਰਕੇ ਆਓ ਯਾਰ, ਫਿਰ ਚੱਲਦੇ ਹਾਂ ਅੱਗੇ। ਚੱਲਦੇ ਨੈਕਸਟ ਕੁਐਸਚਨ ਦੇ, ਨੈਕਸਟ ਕੁਐਸਚਨ ਕੀ ਕਹਿ ਰਿਹਾ, ਕੁਐਸਚਨ ਪੜੋ ਕੀ ਕਹਿੰਦਾ। ਕਹਿੰਦਾ ਜੀ ਐਂਟੀ ਡਿਫੈਕਸ਼ਨ ਲਾਅ ਬਾਰੇ ਦੱਸ ਦਿਓ ਸਾਨੂੰ, ਐਂਟੀ ਡਿਫੈਕਸ਼ਨ ਲਾਅ ਕੀ ਚੀਜ਼ ਆ, ਇਹ ਕਹਿੰਦਾ ਜੀ ਕਿਹੜੇ ਸ਼ਡਿਊਲ ਦੇ ਵਿੱਚ ਆ ਭਾਰਤ ਦੇ ਸੰਵਿਧਾਨ ਦੇ। ਤਾਂ ਐਂਟੀ ਡਿਫੈਕਸ਼ਨ ਲਾਅ ਸਮਝੋ ਵੀ, ਹੁਣ ਦੇਖੋ ਇੱਕ ਬੰਦਾ ਸੀਗਾ, ਠੀਕ ਆ, ਇੱਕ ਬੰਦਾ ਸੀ, ਉਹ ਪਹਿਲਾਂ ਅਕਾਲੀਆਂ ਦੇ ਵਿੱਚ ਸੀਗਾ, ਠੀਕ ਆ। ਉਹਨੂੰ ਪਤਾ ਲੱਗ ਗਿਆ ਕਿ ਕਹਿੰਦੇ ਜੀ ਅਕਾਲੀਆਂ ਸਰਕਾਰ ਨਹੀਂ ਆ ਰਹੀ ਐਤਕੀ, ਉਹਨੇ ਡਾਰੀ ਮਾਰੀ, ਕਿੱਧਰ ਵੜ ਗਿਆ, ਕਾਂਗਰਸ ਦੇ ਵਿੱਚ ਵੜ ਗਿਆ। ਉਸ ਤੋਂ ਬਾਅਦ ਉਹਨੂੰ ਲੱਗਿਆ ਯਾਰ ਕਾਂਗਰਸ ਵਿੱਚ ਆ ਕੇ ਮੈਂ ਬਹੁਤ ਵੱਡੀ ਗਲਤੀ ਕਰ ਲਈ, ਠੀਕ ਹੈ। ਕਾਂਗਰਸ ਦੇ ਵਿੱਚ ਡਾਰੀ ਮਾਰੀ, ਉਸ ਤੋਂ ਬਾਅਦ ਕਿੱਧਰ ਜਾ ਵੜਿਆ, ਆਮ ਆਦਮੀ ਪਾਰਟੀ ਜਾ ਵੜਿਆ। ਆਮ ਆਦਮੀ ਪਾਰਟੀ ਦਾ ਕਹਿੰਦੇ ਸਕੋਪ ਹੈ ਨਹੀਂ ਇਹਦੇ ਵਿੱਚ, ਕਹਿੰਦੇ ਜੀ ਮੈਂ ਮੁੱਖ ਮੰਤਰੀ ਨਹੀਂ ਬਣ ਸਕਦਾ, ਠੀਕ ਹੈ। ਉੱਧਰੋਂ ਡਾਰੀ ਮਾਰੀ ਕਿੱਧਰ ਜਾ ਵੜਿਆ, ਬੀਜੇਪੀ ਦੇ ਵਿੱਚ ਜਾ ਵੜਿਆ। ਹੁਣ ਇਹੋ ਜਿਹੇ ਬੰਦੇ ਦਾ, ਇਹੋ ਜਿਹੇ ਬੰਦੇ ਵਾਸਤੇ ਕੀ ਹੈ ਇੱਕ ਕਾਨੂੰਨ ਆ, ਇਹਨੂੰ ਬੋਲਦੇ ਆ ਐਂਟੀ ਡਿਫੈਕਸ਼ਨ ਲਾਅ, ਦਲ ਬਦਲੂ ਕਾਨੂੰਨ, ਕਲੀਅਰ ਆ। ਤਾਂ ਦੱਸੋ ਮੈਨੂੰ ਸਾਰੇ ਜਣੇ ਆਨਸਰ ਕਰੋ, ਜਵਾਬ ਦਿਓ, ਤਾਂ ਦਲ ਬਦਲੂ ਕਾਨੂੰਨ ਆ ਇਹ ਭਾਰਤ ਦੇ ਕਿਹੜੇ ਸ਼ਡਿਊਲ ਦੇ ਵਿੱਚ ਹੈਗਾ, ਜਲਦੀ।
ਐਂਟੀ ਡਿਫੈਕਸ਼ਨ ਲਾਅ। ਵੈਰੀ ਗੁੱਡ, ਸਭ ਤੋਂ ਪਹਿਲਾਂ ਆਂਸਰ ਨਿਕਲ ਕੇ ਆ ਰਿਹਾ ਜੀ, 10th ਸ਼ਡਿਊਲ ਆ ਗਿਆ। ਬੀ ਆਂਸਰ ਕਰੈਕਟ ਆ ਜੀ, ਇਹ ਭਾਰਤ ਦੇ 10ਵੇਂ ਸ਼ਡਿਊਲ ਦੇ ਵਿੱਚ ਆ। ਪੰਜਾਬੀ ਦੇ ਵਿੱਚ ਇਹਨੂੰ ਬੋਲਦੇ ਆ ਦਲ ਬਦਲੂ ਕਾਨੂੰਨ। ਡਨ ਆ, ਗੁੱਡ। ਕੁਸ਼ਚਨ ਕੀ ਕਹਿ ਰਿਹਾ ਜੀ, ਕੁਸ਼ਚਨ ਪੜ੍ਹਦੇ ਹਾਂ। ਕਹਿੰਦਾ ਵਿਚ ਆਫ ਦਾ ਫੋਲੋਇੰਗ ਹੈਜ਼ ਦਾ ਸੁਪਰੀਮ ਕਮਾਂਡਰ ਆਫ ਇੰਡੀਅਨ ਡਿਫੈਂਸ ਫੋਰਸਿਸ, ਜਿਹੜੀਆਂ ਇੰਡੀਅਨ ਡਿਫੈਂਸ ਫੋਰਸਿਸ ਆ, ਇਹਨਾਂ ਦਾ ਸੁਪਰੀਮ ਕਮਾਂਡਰ ਕੌਣ ਹੁੰਦਾ ਹੈ? ਜਲਦੀ ਦੱਸ ਦਿਓ, ਇਹਨਾਂ ਸੁਪਰੀਮ ਕਮਾਂਡਰ ਕੌਣ ਆ? ਇਹਨਾਂ ਸੁਪਰੀਮ ਕਮਾਂਡਰ ਦੇਖੋ ਕੌਣ ਆ, ਪ੍ਰਧਾਨ ਮੰਤਰੀ ਆ ਜੀ, ਡਿਫੈਂਸ ਆਫ ਇੰਡੀਆ, ਡਿਫੈਂਸ ਮਿਨਿਸਟਰ ਆਫ ਇੰਡੀਆ, ਉਸ ਤੋਂ ਬਾਅਦ ਕਹਿੰਦਾ ਜੀ ਕੌਂਸਲ ਆਫ ਮਿਨਿਸਟਰ ਆਫ ਇੰਡੀਆ ਕੇ ਪ੍ਰੈਜੀਡੈਂਟ ਆਫ ਇੰਡੀਆ, ਇਹਨਾਂ ਦਾ ਕੌਣ ਆ ਜੀ ਮੇਨ ਹੈੱਡ ਡਿਫੈਂਸ ਫੋਰਸਿਸ ਦਾ? ਤਾਂ ਬਿਲਕੁਲ ਕਰੈਕਟ ਆਨਸਰ ਆ ਰਾਸ਼ਟਰਪਤੀ। ਤਾਂ ਤੁਹਾਨੂੰ ਮੈਂ ਬਹੁਤ ਵਾਰ ਦੱਸ ਚੁੱਕਿਆ, ਰਾਸ਼ਟਰਪਤੀ ਕੀ ਹੈ? ਤਿੰਨੇ ਸੈਨਾਵਾਂ ਦਾ ਮੁਖੀ ਹੁੰਦਾ ਹੈ। ਕਲੀਅਰ ਆ ਸਭ ਨੂੰ? ਹਜੇ ਵੀ ਸੀ ਆਨਸਰ ਕਰ ਰਹੇ ਹੋ? ਚਲੋ ਨੈਕਸਟ ਚੱਲਦੇ ਹਾਂ ਜੀ। ਨੈਕਸਟ ਕੁਸ਼ਚਨ ਕੀ ਕਹਿ ਰਿਹਾ? ਕਹਿੰਦਾ ਹੂ ਐਡਮਿਨਿਸਟ੍ਰੇਸ਼ਨ ਦਾ ਓਥ ਆਫ ਦਾ ਪ੍ਰੈਜੀਡੈਂਟ ਆਫ ਇੰਡੀਆ, ਭਾਰਤ ਦੇ ਰਾਸ਼ਟਰਪਤੀ ਦੀ ਪਤੀ ਨੂੰ ਸੌਂਹ ਕੌਣ ਚੁਕਾਉਂਦਾ ਹੈ? ਬਹੁਤ ਵਧੀਆ ਕੁਸ਼ਚਨ ਆ, ਆਨਸਰ ਕਰਕੇ ਦਿਖਾਓ, ਰਾਸ਼ਟਰਪਤੀ ਨੂੰ ਸੌਂਹ ਕੌਣ ਚੁਕਾਉਂਦਾ? ਸੌਖਾ ਕੁਸ਼ਚਨ ਆ, ਜਲਦੀ, ਇੰਪੋਰਟੈਂਟ ਆ, ਬਟ ਇਹ ਕੌਣ ਸੌਂਹ ਚੁਕਾਉਂਦਾ ਜੀ? ਕਹਿੰਦੇ ਸਪੀਕਰ ਕਰ ਰਿਹਾ, ਚੀਫ ਜਸਟਿਸ ਆਫ ਇੰਡੀਆ, ਪ੍ਰਧਾਨ ਮੰਤਰੀ ਕੇ ਵਾਈਸ ਪ੍ਰੈਜੀਡੈਂਟ ਆਫ ਇੰਡੀਆ? ਆਨਸਰ ਕਰਿਓ ਜਲਦੀ। ਸੀ ਜੀ ਆਈ, ਵੈਰੀ ਗੁੱਡ। ਸੀ ਜੀ ਆਈ ਚੀਫ ਜਸਟਿਸ ਆਫ ਇੰਡੀਆ, ਜਿਹੜਾ ਸੁਪਰੀਮ ਕੋਰਟ ਦਾ ਮੁੱਖ ਜੱਜ ਹੁੰਦਾ ਨਾ ਜੀ, ਉਹੀ ਕੀ ਬੰਦਾ ਸੌਂਹ ਚੁਕਾਉਂਦਾ। ਕਲੀਅਰ? ਅਗਰ ਸੁਪਰੀਮ ਕੋਰਟ ਦਾ ਮੁੱਖ ਜੱਜ ਹੈ ਨਹੀਂ ਐਟ ਪ੍ਰੈਜੈਂਟ, ਤਾਂ ਦੈਨ ਕੌਣ ਚੁਕਾਊਗਾ? ਤਾਂ ਦੈਨ ਚਲਾਕ ਆਊਗਾ ਸੀਨੀਅਰ ਮੋਸਟ ਜੱਜ, ਜੋ ਵੀ ਹੋਊਗਾ ਸੀਨੀਅਰ ਮੋਸਟ ਜੱਜ ਆਫ ਦਾ ਸੁਪਰੀਮ ਕੋਰਟ। ਕਲੀਅਰ ਸਭ ਨੂੰ? ਸ਼ਾਬਾਸ਼। ਹਾਂਜੀ ਚੱਲਦੇ ਨੈਕਸਟ ਕੁਸ਼ਚਨ ਤੇ ਜੀ। ਨੈਕਸਟ ਕੁਸ਼ਚਨ ਕੀ ਕਹਿ ਰਿਹਾ? ਕਹਿੰਦਾ ਜੀ ਬਾਏ ਕਨਵੈਨਸ਼ਨ ਹੂ ਆਫ ਦਾ ਫੋਲੋਇੰਗ ਦਾ ਚੇਅਰਮੈਨ ਆਫ ਪ੍ਰੈਸ ਕੌਂਸਲ ਆਫ ਇੰਡੀਆ, ਇਹਨਾਂ ਵਿੱਚੋਂ ਕਹਿੰਦੇ ਜੀ ਕਿਹੜਾ ਬੰਦਾ ਜਿਹੜਾ ਚੇਅਰਮੈਨ ਹੁੰਦਾ ਪ੍ਰੈਸ ਕੌਂਸਲ ਆਫ ਇੰਡੀਆ ਦਾ? ਬਹੁਤ ਘੈਂਟ ਕੁਸ਼ਚਨ ਆ। ਤਾਂ ਤੁਹਾਡੇ ਕੋਲ ਆਪਸ਼ਨ ਹੈ, ਕੀ ਆਪਸ਼ਨ ਦੇ ਰਿਹਾ ਮੈਂ ਤੁਹਾਨੂੰ? ਆਪਸ਼ਨ ਕਹਿੰਦੇ ਜੀ, ਕਹਿੰਦਾ ਇਹ ਐਮੀਨੈਂਟ ਜਰਨਲਿਸਟ ਹੋ ਸਕਦਾ ਕੋਈ ਇੰਡੀਆ ਦਾ, ਦੂਜਾ ਕਹਿੰਦੇ ਜੀ ਇਹ ਸੀਨੀਅਰ ਸਿਵਲ ਸਰਵਿਸ ਆਫਿਸਰ ਹੋ ਸਕਦਾ, ਤੀਜਾ ਕਹਿੰਦੇ ਜੀ ਇਹ ਰਿਟਾਇਰ ਜੱਜ ਹੁੰਦਾ, ਅਤੇ ਚੌਥਾ ਕਹਿੰਦੇ ਜੀ ਇਹ ਯੂਨੀਅਨ ਮਿਨਿਸਟਰ ਹੁੰਦਾ ਇਨਫੋਰਮੇਸ਼ਨ ਐਂਡ ਬ੍ਰੋਡਕਾਸਟਿੰਗ। ਹਾਂਜੀ ਆਨਸਰ ਕਰਿਓ ਜੀ ਇਸ ਕੁਸ਼ਚਨ ਦਾ, ਜਲਦੀ ਸਭ ਦਾ ਆਨਸਰ ਆ ਜਾਣਾ ਚਾਹੀਦਾ ਚੁਟਕੀਆਂ ਦੇ ਵਿੱਚ। ਸੀਨੀਅਰ ਮੋਸਟ ਜੱਜ? ਨਹੀਂ ਨਹੀਂ, ਇਸ ਕੁਸ਼ਚਨ ਦਾ ਆਨਸਰ ਕਰੋ। ਇਹਨਾਂ ਵਿੱਚੋਂ ਕਹਿੰਦੇ ਜੀ ਕਿਹੜਾ ਬੰਦਾ ਹੁੰਦਾ ਜਿਹੜਾ ਕਹਿੰਦਾ ਜੀ ਪ੍ਰੈਸ ਕੌਂਸਲ ਆਫ ਇੰਡੀਆ ਦਾ ਹੈੱਡ ਹੁੰਦਾ? ਐਮੀਨੈਂਟ ਜਰਨਲਿਸਟ? ਨਹੀਂ ਯਾਰ, ਹੋ ਨਹੀਂ ਸਕਦਾ, ਇਹ ਜਰਨਲਿਸਟ ਵੀ ਨਹੀਂ ਹੋ ਸਕਦਾ, ਇਹ ਕਹਿ ਰਹੇ ਹੋ? ਤਾਂ ਬਿਲਕੁਲ ਸਹੀ ਕਰੈਕਟ ਆ ਜੀ, ਕੋਈ ਵੀ ਐਮੀਨੈਂਟ ਜੱਜ ਆ ਜਿਹੜੀ ਫੇਮਸ, ਐਮੀਨੈਂਟ ਮੀਨਸ ਕਿ ਫੇਮਸ ਕੋਈ ਵੀ ਐਡਵੋਕੇਟ ਜਾਂ ਫੇਮਸ ਕੋਈ ਵੀ ਜਰਨਲਿਸਟ ਆ, ਉਹ ਕੀ ਹੁੰਦਾ? ਹੈੱਡ ਹੁੰਦਾ। ਡਨ ਆ। ਰੰਜਨਾ ਦਸਾਈ, ਵੈਰੀ ਗੁੱਡ, ਸ਼ਾਬਾਸ਼ ਗੀਤ। ਰੰਜਨਾ ਦਸਾਈ ਬਿਲਕੁਲ ਐਟ ਪ੍ਰੈਜੈਂਟ ਰੰਜਨਾ ਦਸਾਈ ਆ, ਸ਼ਾਬਾਸ਼। ਤਾਂ ਚੱਲਦੇ ਹਾਂ ਜੀ ਨੈਕਸਟ ਕੁਸ਼ਚਨ ਤੇ। ਕਹਿੰਦਾ ਜੀ ਅਪੁਆਇੰਟਮੈਂਟ ਆਫ ਦਾ ਆਲ ਇੰਡੀਆ ਸਰਵਿਸ ਆਰ ਮੇਡ ਬਾਈ, ਇਹਨਾਂ ਵਿੱਚੋਂ ਕਹਿੰਦਾ ਜੀ ਜਿਹੜੀ ਆਲ ਇੰਡੀਆ ਸਰਵਿਸ ਆ ਉਹ ਕਿਹਦੇ ਦੁਆਰਾ ਬਣਾਈ ਜਾਂਦੀ ਆ? ਆਪਸ਼ਨਾਂ ਕੀ ਹੈ ਜੀ ਆਪਣੇ ਕੋਲ ਦੇਖਦੇ ਹਾਂ। ਕਹਿੰਦੇ UPSC ਬਣਾਉਂਦਾ, ਉਸ ਤੋਂ ਬਾਅਦ ਕਹਿੰਦਾ ਜੀ ਪ੍ਰੈਜੀਡੈਂਟ ਬਣਾਉਂਦਾ, ਪ੍ਰਾਈਮ ਮਿਨਿਸਟਰ ਬਣਾਉਂਦਾ ਕਿ ਪਾਰਲੀਮੈਂਟ ਬਣਾਉਂਦੀ ਆ? ਆਲ ਇੰਡੀਆ ਸੇਵਾਵਾਂ ਲਈ ਨਿਯੁਕਤੀਆਂ ਕੀਤੀਆਂ ਜਾਂਦੀਆਂ ਹਨ ਕਿਹਦੇ ਦੁਆਰਾ? ਆਲ ਇੰਡੀਆ ਸਰਵਿਸਿਸ। ਬਹੁਤ ਈਜ਼ੀ ਕੁਸ਼ਚਨ ਹੈ।
ਹਾਂਜੀ ਹਾਂਜੀ ਸਹੀ ਦੱਸਿਆ ਸੀ ਮੈਂ ਤੁਹਾਨੂੰ ਤਾਂ ਜਸਟ ਮੈਂ ਤੁਹਾਨੂੰ ਚੈੱਕ ਕਰ ਰਿਹਾ ਵੀ ਤੁਸੀਂ ਇੱਕ ਦਿਨ ਮਗਰ ਲੱਗ ਕੇ ਆਪਦੇ ਡਿਸੀਜ਼ਨ ਤਾਂ ਨਹੀਂ ਚੇਂਜ ਜਾ ਕਰਦੇ, ਕਿਉਂਕਿ ਆਪਾਂ ਭੇਡ ਚਾਲ ਨਹੀਂ ਬਣਨਾ, ਆਪਾਂ ਆਪਦੇ ਡਿਸੀਜ਼ਨ ਆਪ ਲੈਣ ਦੀ ਕੋਸ਼ਿਸ਼ ਕਰਨੀ ਆ। ਡਨ ਆ, ਚਾਹੇ ਕੁਸ਼ਚਨ ਗਲਤ ਹੋ ਜਾਏ ਯਾਰ, ਬਟ ਕਿਸੇ ਦੇ ਪਿੱਛੇ ਨਹੀਂ ਲੱਗਣਾ, ਸਮਝ ਗਏ? ਕੱਲ੍ਹ ਨੂੰ ਕੀ ਹੋਊਗਾ, ਆਪਾਂ ਐਗਜ਼ਾਮ ਦੇ ਵਿੱਚ ਬੈਠੇ ਹਾਂ, ਠੀਕ ਆ, ਇੱਕ ਬੰਦੇ ਸਾਰੇ ਬੰਦੇ ਨਕਲ ਮਾਰੀ ਜਾਂਦੇ ਆ, ਤੁਹਾਨੂੰ ਲੱਗ ਰਿਹਾ ਕਿ ਮੈਂ ਆਪਦੀ ਜਗ੍ਹਾ 'ਤੇ ਬਿਲਕੁਲ ਸਹੀ ਹਾਂ, ਠੀਕ ਹੈ, ਤੁਹਾਨੂੰ ਲੱਗ ਰਿਹਾ ਕਿ ਮੈਂ ਆਪਦੀ ਜਗ੍ਹਾ 'ਤੇ, ਆਪਾਂ ਭੇਡ ਚਾਲ ਨਹੀਂ ਬਣਨਾ, ਆਪਾਂ ਆਪਦਾ ਰਸਤਾ ਖੁਦ ਤਲਾਸ਼ਣਾ। ਕਲੀਅਰ ਆ? ਰਸਤੇ ਬਹੁਤ ਹੋਣਗੇ ਜਾਣ ਵਾਸਤੇ, ਆਸੇ ਪਾਸੇ ਜਾਣ ਵਾਸਤੇ, ਬਟ ਜਿਹੜਾ ਤੁਸੀਂ ਪਾਥ ਚੁਣੋਗੇ ਨਾ, ਉਹ ਤੁਹਾਡਾ ਬੈਸਟ ਪਾਥ ਹੋਊਗਾ। ਡਨ ਆ? ਕੁਸ਼ਚਨ ਕੀ ਕਹਿ ਰਿਹਾ ਜੀ, ਕੁਸ਼ਚਨ ਕਹਿ ਰਿਹਾ ਜੀ, ਅਪੁਆਇੰਟਮੈਂਟ ਕੌਣ ਕਰਦਾ ਆਲ ਇੰਡੀਆ ਸਰਵਿਸਿਸ ਬਾਏ, ਆਲ ਇੰਡੀਆ ਸਰਵਿਸਿਸ ਦੀ ਅਪੁਆਇੰਟਮੈਂਟ ਕੌਣ ਕਰਦਾ ਜੀ? ਤਾਂ ਇਹ ਕਰਦਾ ਜੀ ਦੇਸ਼ ਦਾ ਰਾਸ਼ਟਰਪਤੀ, ਠੀਕ ਹੈ, ਦੇਸ਼ ਦਾ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ। ਵੈਰੀ ਗੁੱਡ। ਤਾਂ ਤੁਹਾਨੂੰ ਪਤਾ ਜਿਹੜਾ ਵੀ ਕੋਈ ਡੀਸੀ ਵਗੈਰਾ ਲੱਗਦਾ ਨਾ ਕਿਸੇ ਵੀ ਸ਼ਹਿਰ ਦਾ, ਉਹਦੀ ਜਿਹੜੀ ਲੈਟਰ ਆ, ਕਾਲ ਲੈਟਰ ਆ, ਉਹ ਸਿੱਧਾ ਰਾਸ਼ਟਰਪਤੀ ਦੁਆਰਾ ਪੁਆਇੰਟ ਟਾਈਪ ਕਰਕੇ ਭੇਜਿਆ ਜਾਂਦਾ, ਉੱਥੋਂ ਰਾਸ਼ਟਰਪਤੀ ਦਫ਼ਤਰ 'ਚੋਂ ਨਿਕਲ ਕੇ ਆਉਂਦਾ। ਡਨ ਆ? ਇੱਕ ਗੱਲ ਹੋਰ ਦੱਸਣਾ, ਮੈਂ ਦੱਸ ਰਿਹਾ ਜੀ ਆਲ ਇੰਡੀਆ ਸਰਵਿਸਿਸ, ਆਲ ਇੰਡੀਆ ਸਰਵਿਸਿਸ, ਆਲ ਇੰਡੀਆ ਸਰਵਿਸਿਸ ਨੂੰ ਲੈ ਕੇ, ਮੰਨ ਲਓ ਕਿ ਜਿਵੇਂ ਕੋਈ IAS ਆਫਿਸਰ ਹੁੰਦੇ ਆ, IPS ਆਫਿਸਰ ਹੁੰਦੇ ਆ, IFS ਆਫਿਸਰ ਹੁੰਦੇ ਆ, ਫੋਰਨ ਸਰਵਿਸਿਸ ਹੁੰਦੇ ਆ, ਇਹੋ ਜਿਹੀ ਕੋਈ ਇੱਕ ਨਵੀਂ ਸਰਵਿਸ ਹੋਰ ਬਣਾਉਣੀ ਆ, ਮੰਨ ਲਓ ਕਿ ਆਪਾਂ ਕੋਈ ਬਣਾ ਰਹੇ ਹਾਂ IGS ਸਰਵਿਸ ਬਣਾ ਰਹੇ ਹਾਂ, ਕੋਈ ਵੀ ਨਵੀਂ ਬਣਾ ਰਿਹਾ IGS ਸਰਵਿਸ, ਤਾਂ IGS ਸਰਵਿਸ ਆ, ਇਹਦਾ ਜਿਹੜਾ ਨਿਰਮਾਣ ਕਰਨ ਦੀ ਪਾਵਰ ਆ, ਸ਼ਕਤੀ ਆ, ਕਿਹਦੇ ਕੋਲ ਆ, ਉਹ ਹੈਗੀ ਆ ਜੀ ਸਿਰਫ ਅਤੇ ਸਿਰਫ ਰਾਜ ਸਭਾ ਕੋਲ, ਲੋਕ ਸਭਾ ਕੋਲ ਇਹ ਪਾਵਰ ਨਹੀਂ ਹੈਗੀ। ਤਾਂ ਧਿਆਨ ਰੱਖਿਓ, ਆਲ ਇੰਡੀਆ ਸਰਵਿਸਿਸ ਕੋਲ, ਸਰਵਿਸ ਦੇ ਵਿੱਚ ਜਿਹੜੀ ਪਾਵਰ ਆ, ਉਹ ਸਭ ਤੋਂ ਵੱਧ ਕਿਹਦੇ ਕੋਲ ਆ? ਰਾਜ ਸਭਾ ਕੋਲ ਆ, ਲੋਕ ਸਭਾ ਕੋਲ ਇਹ ਪਾਵਰ ਨਹੀਂ ਹੈਗੀ। ਡਨ ਆ? ਵੈਰੀ ਗੁੱਡ। ਟਵਿਸਟਡ ਕੁਸ਼ਚਨ ਹੈ, ਬਿਲਕੁਲ ਟਵਿਸਟਡ ਕੁਸ਼ਚਨ ਆ, ਘਬਰਾਓਗੇ ਥੋੜ੍ਹਾ ਜਿਹਾ, ਕੋਈ ਚੱਕਰ ਨਹੀਂ, ਬਟ ਆਪਾਂ ਇੱਥੇ ਹੀ ਸਲਿਊਸ਼ਨ ਲੱਭ ਲਾਂਗੇ ਸਾਰੇ ਕੁਸ਼ਚਨਾਂ ਦਾ। ਡਨ ਆ? ਚੱਲਦੇ ਨੈਕਸਟ ਕੁਸ਼ਚਨ 'ਤੇ। ਕਹਿੰਦਾ ਜੀ, ਹੂ ਇਜ਼ ਦਾ ਫਾਈਨਲ ਅਥਾਰਟੀ ਆਫ ਇੰਟਰਪ੍ਰੀਟਿੰਗ ਦਾ ਇੰਡੀਅਨ ਕੋਨਸਟੀਟਿਊਸ਼ਨ? ਕਹਿੰਦਾ ਜੀ, ਇਹਨਾਂ ਵਿੱਚੋਂ ਸੰਵਿਧਾਨ ਦੀ ਵਿਆਖਿਆ ਕਰਨ ਦਾ ਅੰਤਿਮ ਅਧਿਕਾਰ ਕਿਹਦੇ ਕੋਲ ਆ? ਤਾਂ ਜਲਦੀ ਆਂਸਰ ਕਰ ਦਿਓ ਇਸ ਕੁਸ਼ਚਨ ਦਾ, ਸੰਵਿਧਾਨ ਦੀ ਵਿਆਖਿਆ ਕਰਨ ਦਾ ਅੰਤਿਮ ਅਧਿਕਾਰ ਕਿਹਦੇ ਕੋਲ ਆ? ਪਾਰਲੀਮੈਂਟ ਕੋਲ ਆ, ਸੁਪਰੀਮ ਕੋਰਟ ਆਫ ਇੰਡੀਆ ਕੋਲ ਆ, ਪ੍ਰੈਜੀਡੈਂਟ ਕੋਲ ਆ, ਕਿ ਅਟੋਰਨੀ ਜਨਰਲ ਆਫ ਇੰਡੀਆ ਕੋਲ ਆ? ਇਹ ਆਪਸ਼ਨ ਦੇਖ ਰਹੀ ਆ। ਵੈਰੀ ਗੁੱਡ। ਹਾਂਜੀ ਜਲਦੀ, ਹਾਂਜੀ ਬਿਲਕੁਲ, ਫਾਦਰ ਆਫ ਇੰਡੀਅਨ ਸਰਵਿਸ ਕੌਣ ਆ? ਲਾਰਡ ਕਾਰਨਵਾਲਿਸ ਸਾਹਿਬ। ਮੈਂ ਤੁਹਾਨੂੰ ਕੱਲ੍ਹ ਦੇ ਕੁਸ਼ਚਨ ਆ, ਮੈਨੂੰ ਲੱਗਦਾ ਮਾਡਰਨ ਹਿਸਟਰੀ ਚੱਲ ਰਹੀ ਆ, ਧਿਆਨ ਦਿਓ ਆਪਣੀ 10 ਵਜੇ ਕੀ ਆ, ਮਾਡਰਨ ਹਿਸਟਰੀ ਚੱਲ ਰਹੀ ਆ, ਮੈਂ ਆਹੀ ਚੀਜ਼ਾਂ ਮੈਂ ਦੱਸਦਾ, ਫਾਦਰ ਕੌਣ, ਕਿੱਧਰ ਆ, ਕਿੱਧਰ ਜੋ ਵੀ ਆ, ਸਮਝ ਗਏ? ਤਾਂ ਆਪਣੀ ਕਲਾਸ ਕੱਲ੍ਹ ਥੋੜ੍ਹੀ ਜਿਹੀ ਡਿਸਟਰਬ ਹੋ ਗਈ ਸੀਗੀ, ਤਾਂ ਧਿਆਨ ਰੱਖਿਓ ਅੱਜ ਫਿਰ ਦੁਬਾਰਾ ਕੰਟੀਨਿਊ ਕਰਨ ਜਾ ਰਿਹਾ ਮੈਂ ਮਾਡਰਨ ਹਿਸਟਰੀ ਤੋਂ। ਤਾਂ ਰਾਤ ਨੂੰ 10 ਵਜੇ ਮੈਂ ਸਪੈਸ਼ਲ ਟਾਈਮ ਲਿਆ ਤੁਹਾਡੇ ਵਾਸਤੇ ਕਿ ਸਾਰੇ ਬੰਦੇ ਫ੍ਰੀ ਹੁੰਦੇ ਆ, ਤਾਂ ਉਦੋਂ ਜੁੜਨਾ ਨਾ ਭੁੱਲਿਆ ਕਰੋ ਮੇਰੇ ਨਾਲ, ਸਮਝ ਗਏ ਸਾਰੇ ਜਾਣੇ? ਤਾਂ ਕੀ ਆਪਾਂ ਧਿਆਨ ਦਿਓ ਯਾਰ, ਇੱਧਰ ਕੀ ਕਰਨਾ ਕੀ ਆ, ਆਪਣਾ ਮੇਨ ਟਾਰਗੇਟ ਕੀ ਆ? ਆਪਾਂ ਸੁਪਨੇ ਦੇਖੇ ਆ, ਖੁੱਲ੍ਹੀਆਂ ਅੱਖਾਂ ਨਾਲ ਸੁਪਨੇ ਦੇਖੇ ਆ, ਆਪਾਂ ਸੌਂ ਕੇ ਸੁਪਨੇ ਨਹੀਂ ਦੇਖੇ। ਤਾਂ ਜਿਹੜੇ ਅੱਖਾਂ ਖੁੱਲ੍ਹੀਆਂ ਦੇ ਨਾਲ ਸੁਪਨੇ ਦੇਖੇ ਹੋਣ ਨਾ, ਤਾਂ ਉਹ ਆਪਾਂ ਨੂੰ ਨੀਂਦ ਨਹੀਂ ਲਿਆ ਸਕਦੇ, ਸਮਝ ਗਏ? ਉਹਨਾਂ ਕਰਕੇ ਨੀਂਦ ਨਹੀਂ ਆ ਸਕਦੀ। ਜਿਹੜੇ ਬੰਦੇ ਨੇ ਦੇਖੇ ਹੀ ਸੁਪਨੇ ਆ, ਸੁੱਤੇ ਆ, ਸੁੱਤੇ ਪਏ ਨੇ, ਤਾਂ ਉਹ ਬੰਦੇ ਨੇ ਕੋਈ ਕਰੇ ਜਾਂ ਨਾ ਕਰੇ। ਹੁਣ ਜਿਹੜੇ ਬੰਦੇ ਨੇ ਸੁਪਨੇ ਦੇਖੇ ਆ ਖੁੱਲ੍ਹੀਆਂ ਅੱਖਾਂ ਦੇ ਨਾਲ, ਤਾਂ ਉਹ ਬੰਦਾ ਕਦੇ ਸੌਂ ਨਹੀਂ ਸਕਦਾ। ਡਨ ਆ? ਹਾਂਜੀ ਚਲੋ ਆਪਾਂ ਕੁਸ਼ਚਨ 'ਤੇ ਆ ਗਏ। ਕਹਿੰਦਾ ਜੀ, ਫਾਈਨਲ ਅਥਾਰਟੀ ਕਿਹਦੇ ਕੋਲ ਆ? ਕੀ ਆਂਸਰ? ਬੀ ਆਂਸਰ ਕਰ ਰਹੇ ਆ ਜੀ, ਬੀ ਆਂਸਰ ਕਰ ਰਹੇ ਆ, ਬੀ ਆਂਸਰ ਕਰ ਰਹੇ, ਦੇਖਦੇ ਹਾਂ। ਸੁਪਰੀਮ ਕੋਰਟ ਆਫ ਇੰਡੀਆ ਕੋਲ ਆ, ਬਿਲਕੁਲ ਬਿਲਕੁਲ, ਫਾਈਨਲ ਅਥਾਰਟੀ ਕਿਹਦੇ ਕੋਲ ਆ? ਕਿਸੇ ਵੀ ਚੀਜ਼ ਨੂੰ ਸੁਪਰੀਮ ਕੋਰਟ ਆਫ ਇੰਡੀਆ ਕੋਲ ਆ। ਇਹ ਕੀ ਆ, ਤੁਹਾਨੂੰ ਚੇਂਜ ਕਰ ਸਕਦੀ ਹੈ। ਹਾਂਜੀ
ਨੈਕਸਟ ਕੁਐਸਚਨ ਕੀ ਕਹਿ ਰਿਹਾ ਜੀ, ਦ ਰੈਜੂਲਟਰੀ ਪਾਵਰ ਆਫ ਦ ਲੈਜਿਸਲੇਟਿਵ ਅੰਡਰ ਦ ਇੰਡੀਅਨ ਕੋਨਸਟੀਟਿਊਸ਼ਨ ਰੈਸਟ ਬਿੱਲ, ਕਹਿੰਦਾ ਜੀ ਇਹਦੇ ਵਿੱਚੋਂ ਸੰਵਿਧਾਨ ਦੇ ਅਧੀਨ ਦੀਆਂ ਬਾਕੀ ਸ਼ਕਤੀਆਂ ਜਿਹੜੀਆਂ ਨਾਲ ਕਿੰਨੇ ਹੋਈਆਂ, ਧਿਆਨ ਦਿਓ ਇੱਧਰ ਕੁਐਸਚਨ ਕੀ ਕਹਿ ਰਿਹਾ, ਰੈਜੂਲਟਰੀ ਪਾਵਰ ਪੁੱਛ ਰਿਹਾ ਆਪਾਂ ਨੂੰ, ਲੈਜਿਸਲੇਟਿਵ ਦੀ ਰੈਜੂਲਟਰੀ ਪਾਵਰ ਪੁੱਛ ਰਿਹਾ, ਜਲਦੀ ਆਨਸਰ ਕਰ ਦਿਓ ਜੀ। ਰੈਜੂਲਟਰੀ ਪਾਵਰ ਦਾ ਮਤਲਬ ਮੈਂ ਜਿਹਨੂੰ ਨਹੀਂ ਪਤਾ ਸਮਝਾ ਰਿਹਾ, ਦੇਖੋ ਇਹਦੇ ਵਿੱਚ ਰੈਜੂਲਟਰੀ ਪਾਵਰ ਕੀ ਹੁੰਦੀ ਆ, ਇਹਦੇ ਵਿੱਚ ਕੀ ਆ ਪਾਰਲੀਮੈਂਟ ਆ ਜਿਹੜੀ, ਪਾਰਲੀਮੈਂਟ ਕੀ ਆ ਇਹ ਕਾਨੂੰਨ ਬਣਾ ਸਕਦੀ ਆ, ਕਾਨੂੰਨ ਬਣਾ ਸਕਦੀ ਆ ਕਿਹੜੇ ਸਬਜੈਕਟ ਤੇ, ਓਨਲੀ ਦੇ ਓਨਲੀ ਯੂਨੀਅਨ ਸਬਜੈਕਟ ਤੇ, ਠੀਕ ਹੈ, ਓਨਲੀ ਦੇ ਓਨਲੀ ਯੂਨੀਅਨ ਸਬਜੈਕਟ ਤੇ ਕੀ ਆ ਪਾਰਲੀਮੈਂਟ ਕਾਨੂੰਨ ਬਣਾ ਸਕਦੀ ਆ। ਤਾਂ ਇਹਦਾ ਆਂਸਰ ਕਿੱਥੇ ਆ ਆਪਣੇ ਕੋਲ, ਕਿੱਥੇ ਆ ਆ ਪਿਆ, ਸੀ ਆਂਸਰ ਕਰੈਕਟ ਆ ਜੀ, ਠੀਕ ਹੈ, ਪਾਰਲੀਮੈਂਟ ਕੋਲ ਪਾਵਰ ਆ ਕਿ ਉਹ ਸਬਜੈਕਟਾਂ ਤੇ ਕਾਨੂੰਨ ਬਣਾ ਸਕਦੀ ਆ। ਤੁਹਾਡੇ ਵਾਸਤੇ ਕੋਈ ਕੁਐਸਚਨ ਆ, ਬਹੁਤ ਈਜ਼ੀ ਕੁਐਸਚਨ ਆ, ਇੱਥੇ ਦੇ ਰਿਹਾ ਮੈਂ ਤੁਹਾਨੂੰ ਕੁਐਸਚਨ, ਕੁਐਸਚਨ ਕੀ ਕਹਿ ਰਿਹਾ, ਕਹਿੰਦਾ ਜੀ ਆਪਣੇ ਕੋਲ ਸਬਜੈਕਟ ਹੁੰਦੇ ਆ ਯੂਨੀਅਨ ਦੇ ਅੰਡਰ, ਸਟੇਟ ਦੇ ਅੰਡਰ, ਕਿ ਤੀਜਾ ਹੁੰਦਾ ਕੌਂਟੀਨੈਂਟ, ਆਹ ਤਿੰਨ ਸਬਜੈਕਟ ਆ। ਹੁਣ ਦੇਖੋ ਯੂਨੀਅਨ ਦੇ ਵਿੱਚ ਕਿੰਨੇ ਸਬਜੈਕਟ ਆਉਂਦੇ ਆ, ਦੇਖੋ ਇਹਦੇ ਸਮਝੋ ਕੀ ਚੀਜ਼ ਆ, ਯੂਨੀਅਨ ਦੇ ਵਿੱਚ ਮੰਨ ਲਓ ਕਿ 100 ਸਬਜੈਕਟ ਆ ਗਿਆ, ਚਲੋ ਦੱਸ ਹੀ ਦਿੱਤਾ ਮੈਂ ਤੁਹਾਨੂੰ, ਮੰਨ ਲਓ ਕਿ 100 ਸਬਜੈਕਟ ਆ ਗਿਆ, ਇਹਦੇ ਵਿੱਚ ਪਾਵਰ ਆ ਜਿਹੜੀ ਸਿਰਫ ਤੇ ਸਿਰਫ ਕਿਹਦੇ ਕੋਲ ਆ, ਸਿਰਫ ਤੇ ਸਿਰਫ ਕਿਹਦੇ ਕੋਲ ਆ, ਕੇਂਦਰ ਸਰਕਾਰ ਕੋਲ ਆ, ਇਹੋ ਜਿਹੇ ਸਬਜੈਕਟ ਜਿਨ੍ਹਾਂ 'ਤੇ ਇਹ ਡਿਸੀਜ਼ਨ ਲੈ ਸਕਦੀ ਆ। ਜਿਵੇਂ ਕਿਹੜਾ ਹੋ ਗਿਆ, ਜਿਵੇਂ ਹੋ ਗਿਆ ਡਿਫੈਂਸ, ਡਿਫੈਂਸ ਸਾਰਾ ਕਿਹਦੇ ਕੋਲ ਆ, ਸੈਂਟਰ ਗੌਰਮੈਂਟ ਕੋਲ ਆ। ਉਵੇਂ ਗੱਲ ਕਰਦੇ ਹਾਂ ਆਪਾਂ, ਗੱਲ ਕਰਦੇ ਹਾਂ ਜੀ ਕੈਮੀਕਲ ਦੀ, ਕੈਮੀਕਲ ਜਿਹੜੀਆਂ ਫੈਕਟਰੀਜ਼ ਆ, ਸਾਰਾ ਕੁਛ ਜਿੰਨਾ ਵੀ ਕੈਮੀਕਲ ਦੇ ਨਾਲ ਰਿਲੇਟਡ ਆ, ਇਹ ਪਾਵਰ ਕਿਹਦੇ ਕੋਲ ਆ, ਸਾਰੀ ਸੈਂਟਰ ਗੌਰਮੈਂਟ ਕੋਲ ਆ। ਸਟੀਲ ਅਥਾਰਟੀ ਆਫ ਇੰਡੀਆ ਲਿਮਿਟਡ, ਬੇਲ, ਗੇਲ, ਜਿੰਨੀਆਂ ਵੀ ਇਹੋ ਜਿਹੀਆਂ ਕੰਪਨੀਜ਼, ਮਲਟੀਨੈਸ਼ਨਲ ਕੰਪਨੀਜ਼ ਹੈਗੀਆਂ, ਇੰਡੀਅਨ ਆਇਲ, ਇਹ ਸਾਰੀਆਂ ਜਿਹੜੀਆਂ ਪਾਵਰਸ ਆ ਕਿਹਦੇ ਕੋਲ ਅੰਡਰ ਆਉਂਦੀਆਂ, ਯੂਨੀਅਨ ਅੰਡਰ ਆਉਂਦੀਆਂ। ਉਵੇਂ ਕੁਛ ਸਬਜੈਕਟ ਹੈਗੇ ਆ ਸਟੇਟ ਦੇ ਅੰਡਰ ਆਉਂਦੇ ਆ, ਕੁਛ ਸਬਜੈਕਟ ਹੈਗੇ ਆ ਕੰਟੀਨੈਂਟ ਸਟੇਟ ਦੇ ਅੰਡਰ ਵੀ ਆਉਂਦੇ ਆ, ਅਤੇ ਸੈਂਟਰ ਗੌਰਮੈਂਟ ਦੇ ਅੰਡਰ ਵੀ ਆਉਂਦੇ ਆ। ਤਾਂ ਤੁਹਾਨੂੰ, ਤੁਹਾਡੇ ਲਈ ਇਹ ਕੁਐਸਚਨ ਆ, ਇਹਦੇ ਵਿੱਚ ਕਿੰਨੇ ਸਬਜੈਕਟ ਆ, ਇਹਦੇ ਵਿੱਚ ਕਿੰਨੇ ਸਬਜੈਕਟ ਆ, ਉੱਪਰਲੇ ਦੇ ਮੈਂ ਤੁਹਾਨੂੰ ਦੱਸ ਚੁੱਕਿਆ 100 ਸਬਜੈਕਟ ਆ। ਜਲਦੀ ਆਨਸਰ ਕਰ ਦਿਓ ਜੀ ਇਸ ਕੁਐਸਚਨ ਦਾ। ਚੱਲਦੇ ਹਾਂ ਨੈਕਸਟ ਕੁਐਸਚਨ ਦੇ, ਇਸ ਕੁਐਸਚਨ ਦਾ ਆਨਸਰ ਦੇ ਦਿਓ ਜੀ, ਇਸ ਕੁਐਸਚਨ ਦਾ ਹੋ ਗਿਆ। ਚਲੋ ਆਹ ਕੁਐਸਚਨ ਕਰਦੇ ਹਾਂ, ਕਹਿੰਦਾ ਜੀ ਹੂ ਅਮੰਗ ਦਾ ਫੋਲੋਇੰਗ ਇਜ਼ ਨੋਟ ਅ ਮੈਂਬਰ ਆਫ ਦਾ ਨੈਸ਼ਨਲ ਡਿਵੈਲਪਮੈਂਟ ਕੌਂਸਲ NDC ਦਾ, ਇਹਨਾਂ ਵਿੱਚੋਂ ਕਿਹੜਾ ਬੰਦਾ ਮੈਂਬਰ ਨਹੀਂ ਸੀ, NDC ਦਾ ਇਹਨਾਂ ਵਿੱਚੋਂ ਕਿਹੜਾ ਬੰਦਾ ਮੈਂਬਰ ਨਹੀਂ ਹੋ ਸਕਦਾ। NDC ਬਾਰੇ ਮੈਂ ਤੁਹਾਨੂੰ ਦੱਸਦਾ, NDC ਦੀ ਜਿਹੜੀ ਸ਼ੁਰੂਆਤ ਆ, ਇਹ ਸ਼ੁਰੂਆਤ ਹੋਈ ਸੀ 1952 ਦੇ ਵਿੱਚ, ਠੀਕ ਹੈ, 1952 ਦੇ ਵਿੱਚ ਕੀ ਆ ਨੈਸ਼ਨਲ ਡਿਵੈਲਪਮੈਂਟ ਕੌਂਸਲ ਦੀ ਸ਼ੁਰੂਆਤ ਹੋਈ ਸੀ। ਤਾਂ ਜਲਦੀ ਮੈਨੂੰ ਆਨਸਰ ਕਰ ਦਿਓ ਇਹਦਾ। ਜਲਦੀ ਆਨਸਰ ਕਰੋ ਜੀ। ਤਾਂ ਦੇਖੋ ਇਹਦੇ ਵਿੱਚੋਂ ਪ੍ਰਧਾਨ ਮੰਤਰੀ ਮੈਂਬਰ ਹੋਊਗਾ ਹੀ ਹੋਊਗਾ, ਜਿਹੜਾ ਨੀਤੀ ਆਯੋਗ ਦਾ ਮੈਂਬਰ ਆ ਉਹ ਵੀ ਹੋਊਗਾ ਹੋਊਗਾ, ਚੀਫ ਮਿਨਿਸਟਰ ਹੋਊਗਾ ਹੋਊਗਾ, ਰਾਸ਼ਟਰਪਤੀ ਹੋਊਗਾ ਹੋਊਗਾ, ਤਾਂ ਦੱਸੋ ਕਿਹੜਾ ਨਹੀਂ ਹੋਊਗਾ। ਜਲਦੀ ਆਨਸਰ ਕਰੋ 25 ਨੰਬਰ ਕੁਐਸਚਨ। ਤਾਂ ਧਿਆਨ ਦਿਓ ਜਿਹੜਾ ਰਾਸ਼ਟਰਪਤੀ ਦਾ ਇਹ ਮੈਂਬਰ ਨਹੀਂ ਹੁੰਦਾ ਨੈਸ਼ਨਲ ਡਿਵੈਲਪਮੈਂਟ ਕੌਂਸਲ ਦਾ, ਬਾਕੀ ਤਿੰਨੋਂ ਕੀ ਇਹ ਮੈਂਬਰ ਹੁੰਦੇ ਆ। ਡਨ, ਵੈਰੀ ਗੁੱਡ, ਸਭ ਦਾ ਡੀ ਆਨਸਰ ਨਿਕਲ ਕੇ ਆ ਰਿਹਾ, ਸ਼ਾਬਾਸ਼। ਕੁਐਸਚਨ ਕੀ ਕਹਿ ਰਿਹਾ ਜੀ, ਕਹਿੰਦਾ ਦ ਪ੍ਰੈਜੀਡੈਂਟ ਕੈਨ ਡਿਸਮਿਸ ਆਫ ਨੰਬਰ ਆਫ ਕੌਂਸਲ ਆਫ ਮਿਨਿਸਟਰ, ਕਹਿੰਦਾ ਜੀ ਜਿਹੜਾ ਰਾਸ਼ਟਰਪਤੀ ਆ, ਸੋਰੀ ਰਾਸ਼ਟਰਪਤੀ ਮੰਤਰੀ ਮੰਡਲ ਦੇ ਕਿਸ ਮੈਂਬਰ ਨੂੰ ਬਰਖਾਸਤ ਕਰ ਸਕਦਾ, ਰਾਸ਼ਟਰਪਤੀ ਕਿਹੜੇ ਮੈਂਬਰ ਨੂੰ ਬਰਖਾਸਤ ਕਰ ਸਕਦਾ, ਆਨਸਰ ਕਰੋ। ਕੁਐਸਚਨ ਕੀ ਕਹਿ ਰਿਹਾ, ਆਨਸਰ ਆਪਸ਼ਨਾਂ ਪੜ੍ਹਦੇ ਹਾਂ ਕੀ ਕਹਿ ਰਿਹਾ। ਕਹਿੰਦਾ ਜੀ ਵਿਦ ਦਾ ਕੰਸੈਂਟ ਆਫ ਸਪੀਕਰ, ਸਪੀਕਰ ਦੀ ਸਹਿਮਤੀ ਦੇ ਨਾਲ, ਕਹਿੰਦਾ ਜੀ ਓਨਲੀ ਅੰਡਰ ਐਮਰਜੈਂਸੀ ਕੰਡੀਸ਼ਨ ਦੇ ਵਿੱਚ,
ਦੂਜਾ ਕਹਿੰਦਾ ਜੀ ਰਿਕਮੈਂਡੇਸ਼ਨ ਲੈਂਦਾ ਪ੍ਰਧਾਨ ਮੰਤਰੀ ਦੀ, ਦੈਨ ਕਹਿੰਦਾ ਜੀ ਉਹਦੇ ਓਵਨ ਡਿਸੀਜ਼ਨ ਦੇ। ਰਿਕਮੈਂਡੇਸ਼ਨ ਆਫ ਪੀ ਐਮ, ਵੈਰੀ ਗੁੱਡ, ਸਭ ਦਾ ਆਨਸਰ ਕੀ ਆ, ਕਿੱਥੇ ਰਿਕਮੈਂਡੇਸ਼ਨ, ਰਿਕਮੈਂਡੇਸ਼ਨ ਆ ਪਿਆ ਚੱਕੋ ਜੀ, ਬਿਲਕੁਲ ਵੈਰੀ ਗੁੱਡ, ਸ਼ਾਬਾਸ਼, ਸਭ ਦੇ ਆਨਸਰ ਸਹੀ ਆ ਜੀ। ਹਾਂਜੀ ਚੱਲਦੇ ਨੈਕਸਟ ਕੁਸ਼ਚਨ ਦੇ, ਨੈਕਸਟ ਕੁਸ਼ਚਨ ਕੀ ਕਹਿ ਰਿਹਾ ਹੈ, ਕਹਿੰਦਾ ਜੀ ਰਾਈਟ ਟੂ ਕੋਨਸਟੀਟਿਊਸ਼ਨ ਰੈਮਡੀਜ਼ ਕਮ ਅੰਡਰ, ਜਿਹੜੇ ਸੰਵਿਧਾਨਿਕ ਉਪਚਾਰ ਆ ਇਹ ਕਹਿੰਦੇ ਕਿਹਦਾ ਪਾਰਟ ਆ, ਇਹ ਕਹਿੰਦਾ ਜੀ ਫੰਡਾਮੈਂਟਲ ਰਾਈਟ ਦਾ ਪਾਰਟ ਆ, ਲੀਗਲ ਰਾਈਟ ਆ, ਹਿਊਮਨ ਰਾਈਟ ਆ ਕਿ ਨੈਚੁਰਲ ਰਾਈਟ ਆ। ਤੁਹਾਨੂੰ ਮੈਂ ਦੱਸਦਾ ਫੰਡਾਮੈਂਟਲ ਰਾਈਟ ਦਾ ਪਾਰਟ ਹੈਗੇ ਆ ਜੀ ਇਹ, ਠੀਕ ਹੈ, ਫੰਡਾਮੈਂਟਲ ਰਾਈਟ ਦਾ ਪਾਰਟ ਆ। ਇਹ ਕਿਹੜੇ ਆਰਟੀਕਲ ਦੇ ਤਹਿਤ ਆਉਂਦੇ ਆ ਕੋਨਸਟੀਟਿਊਸ਼ਨ ਰੈਮਡੀ, ਇਹ ਆਉਂਦੇ ਆ 32 ਤੋਂ ਲੈ ਕੇ 35 ਤੱਕ ਦੇ ਪਾਰਟ ਤੱਕ ਆਉਂਦੇ ਆ, ਆਰਟੀਕਲ 32 ਤੋਂ 35 ਕੋਨਸਟੀਟਿਊਸ਼ਨ ਰੈਮਡੀ ਆ, ਠੀਕ ਆ। ਜਿਨ੍ਹਾਂ ਨੇ ਜਿੰਨੀਆਂ ਵੀ ਪੁਰਾਣੀਆਂ ਕਲਾਸਾਂ ਲਗਾਈਆਂ ਨਾ ਮੇਰੀਆਂ, ਤਾਂ ਮੈਂ ਇੱਥੋਂ ਤੱਕ ਕਹਿ ਸਕਦਾ ਯਾਰ ਆਹ ਕੁਸ਼ਚਨ ਉਹਨਾਂ ਵਾਸਤੇ ਚੁਟਕੀਆਂ ਦੀ ਖੇਡ ਆ, ਸਮਝ ਗਏ, ਚੁਟਕੀਆਂ ਦੀ ਖੇਡ ਆ ਆਹ ਵਾਲੇ ਕੁਸ਼ਚਨ ਉਹਨਾਂ ਵਾਸਤੇ ਜਿਨ੍ਹਾਂ ਨੇ ਪੂਰੇ ਕੰਸਲਟੇਸ਼ਨ ਦੇ ਨਾਲ ਲਗਾਈਆਂ ਕਲਾਸਾਂ। ਤਾਂ ਮੰਨਦਾ ਮੈਂ ਇਹੋ ਜਿਹੇ ਕੁਸ਼ਚਨ ਅਗਰ ਪੇਪਰ ਦੇ ਵਿੱਚ ਕਿਤੇ ਵੀ ਦੇਖਦੇ ਆ ਨਾ, ਤਾਂ ਤੁਸੀਂ ਉਹਨੂੰ ਖਾ ਜਾਓਗੇ, ਛੱਡੋਗੇ ਨਹੀਂ, ਠੀਕ ਆ, ਧਿਆਨ ਰੱਖਿਓ ਜੀ। ਹਾਂ ਕੀ ਆ ਦਾ ਫੰਡਾਮੈਂਟਲ ਰਾਈਟ, ਬਿਲਕੁਲ ਕਰੈਕਟ ਆਨਸਰ ਆ, ਸ਼ਾਬਾਸ਼। ਚੱਲਦੇ ਜੀ ਨੈਕਸਟ ਕੁਸ਼ਚਨ ਤੇ, ਨੈਕਸਟ ਕੁਸ਼ਚਨ ਕੀ ਕਹਿ ਰਿਹਾ, ਕਹਿੰਦਾ ਜੀ ਦ ਟਰਮ ਡਿਸਟ੍ਰਿਕਟ ਜੱਜ ਇਜ਼ ਮੈਂਸ਼ਨ ਇਨ ਵਿਚ ਆਫ ਦਾ ਆਰਟੀਕਲ ਆਫ ਦਾ ਕੋਨਸਟੀਟਿਊਸ਼ਨ। ਦੇਖੋ ਆਪਣੇ ਕੋਲ ਸੁਪਰੀਮ ਕੋਰਟ ਦੇ ਜੱਜ ਵੀ ਹੁੰਦੇ ਆ, ਹਾਈ ਕੋਰਟ ਦੇ ਜੱਜ ਵੀ ਹੁੰਦੇ ਆ, ਤੇ ਜਿਹੜੀ ਲੋਅਰ ਕੋਰਟ ਹੁੰਦੀ ਆ ਇਸ ਨੂੰ ਬੋਲ ਦਿੰਦੇ ਆ ਡਿਸਟ੍ਰਿਕਟ ਕੋਰਟ, ਠੀਕ ਹੈ, ਇਸ ਨੂੰ ਬੋਲ ਦਿੰਦੇ ਆ ਸਬੋਰਡੀਨੇਟ ਕੋਰਟ, ਇਸ ਨੂੰ ਕੀ ਬੋਲ ਦਿੰਦੇ ਆ ਸਬੋਰਡੀਨੇਟ ਕੋਰਟ। ਇਹਦਾ ਇੱਕ ਨਾਮ ਹੋਰ ਆ ਟ੍ਰਾਇਲ ਕੋਰਟ ਵੀ ਬੋਲ ਦਿੰਦੇ ਆ ਇਹਨੂੰ, ਚਾਰ ਨਾਮ ਆ। ਦੇਖੋ ਜੀ ਲੋਅਰ ਕੋਰਟ ਬੋਲ ਦਿੰਦੇ ਆ, ਇਹਨੂੰ ਡਿਸਟ੍ਰਿਕਟ ਕੋਰਟ ਬੋਲ ਦਿੰਦੇ ਆ, ਇਸ ਨੂੰ ਸਬੋਰਡੀਨੇਟ ਕੋਰਟ ਬੋਲ ਦਿੰਦੇ ਆ, ਤੇ ਇਸ ਨੂੰ ਟ੍ਰਾਇਲ ਕੋਰਟ ਬੋਲ ਦਿੰਦੇ ਆ। ਇਹਦਾ ਜੱਜ ਆ ਕਹਿੰਦੇ ਕਿਹੜੇ ਆਰਟੀਕਲ ਦੇ ਤਹਿਤ ਆਉਂਦਾ ਜੱਜ, ਸਭ ਤੋਂ ਵਧੀਆ ਆਨਸਰ ਕੀ ਹੈ, 231 ਹੈ। ਓਕੇ ਚਲੋ ਦੇਖੋ ਆਨਸਰ, ਸਹੀ ਆਨਸਰ ਚਾਹੀਦਾ ਮੈਨੂੰ, ਜਲਦੀ ਜਲਦੀ ਆਨਸਰ ਸਹੀ ਚਾਹੀਦਾ, ਸ਼ਾਬਾਸ਼ 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 ਸ਼ਾਬਾਸ਼, 233 ਆਨਸਰ ਸਹੀ ਆ। ਜਿੰਨੇ ਵੀ 231 ਵਾਲੇ ਬੰਦੇ ਆ ਸਭ ਦਾ ਆਨਸਰ ਗਲਤ ਆ, ਤੁਹਾਨੂੰ ਕੀ ਆ ਸੁਧਾਰਨ ਦੀ ਲੋੜ ਆ ਆਪਦੇ ਆਪ ਦੇ ਵਿੱਚ, ਠੀਕ ਆ। ਤਾਂ ਇੱਕ ਗੱਲ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਕਿ ਆਪਣਾ ਜਿਹੜਾ ਬੈਚ ਸ਼ੁਰੂ ਹੋ ਰਿਹਾ ਘੈਂਟ ਵਾਲਾ ਬੈਚ, ਜਿਹਦੇ ਵਿੱਚ ਮੈਂ ਡਿਸਕਸ, ਇੱਥੇ ਤਾਂ ਮੈਂ ਤੁਹਾਨੂੰ ਕੀ ਆ ਕੁਸ਼ਚਨ ਕਰਵਾ ਰਿਹਾ, ਸਿਰਫ ਇੱਕ ਇੱਕ ਕੁਸ਼ਚਨ ਬਾਰੇ ਡਿਟੇਲ ਦੇ ਰਿਹਾ, ਬਟ ਆਪਾਂ ਕੀ ਆ ਮੇਨ ਟਾਰਗੇਟ ਲੈ ਕੇ ਚੱਲ ਰਿਹਾ, ਨੈਬ ਤਹਿਸੀਲਦਾਰ, ਪਟਵਾਰੀ ਅਤੇ ਸਬ ਇੰਸਪੈਕਟਰ ਪੰਜਾਬ ਪੁਲਿਸ ਕੋਂਸਟੇਬਲ, ਠੀਕ ਹੈ। ਉਹਦੇ ਵਿਚਕਾਰ ਕੀ ਆ ਜਿਹੜਾ ਸਾਡਾ ਬੈਚ ਸ਼ੁਰੂ ਹੋ ਰਿਹਾ, ਨਵਾਂ ਬੈਚ ਚਲਾ ਰਹੇ ਹਾਂ ਅਸੀਂ, ਤਾਂ ਤੁਸੀਂ ਸਾਰਿਆਂ ਨੇ ਯਾਦ ਰੱਖਣਾ ਅਗਰ ਬੈਚ ਪਰਚੇਸ ਕਰਨਾ ਨਾ, ਤਾਂ ਇਹਦੇ ਵਿੱਚ ਤੁਸੀਂ ਕੋਡ ਯੂਜ਼ ਕਰਨਾ BOBBY10, ਧਿਆਨ ਰੱਖਿਓ BOBBY, ਸਾਰੇ ਅੱਖਰ ਕੀ ਹੈ ਕੈਪੀਟਲ ਆ, ਠੀਕ ਹੈ। BOBBY10 ਕੋਡ ਕੀ ਹੈ ਯੂਜ਼ ਕਰਕੇ ਤੁਸੀਂ ਕੋਈ ਵੀ ਜਿਹੜਾ ਕੋਰਸ ਆ ਉਹਨੂੰ ਪਰਚੇਸ ਕਰੋ, 10% 20% ਡਿਸਕਾਊਂਟ ਮਿਲ ਰਿਹਾ ਸੀ, ਡਨ ਆ ਸਭ ਨੂੰ। ਕੋਈ ਗੱਲ ਨਹੀਂ, ਸੋਰੀ ਅਗਰ ਗਲਤੀ ਕਰੋ, ਕੋਈ ਗੱਲ ਨਹੀਂ, ਗਲਤੀ ਨਾਲ ਹੀ ਬੰਦੇ ਨੂੰ ਸੁਧਾਰ ਪਤਾ ਲੱਗਦਾ ਆਪਦਾ, ਕੋਈ ਗੱਲ ਨਹੀਂ, ਇਟਸ ਓਕੇ। ਚੱਲਦੇ ਜੀ ਨੈਕਸਟ ਕੁਸ਼ਚਨ ਤੇ, ਨੈਕਸਟ ਕੁਸ਼ਚਨ ਕੀ ਕਹਿ ਰਿਹਾ ਜੀ, ਕਹਿੰਦਾ ਹੂ ਇਲੈਕਟ ਕਹਿੰਦਾ ਜੀ ਪ੍ਰੈਜੀਡੈਂਟ ਐਂਡ ਦਾ ਵਾਈਸ ਪ੍ਰੈਜੀਡੈਂਟ ਐਂਡ ਰਿਮੂਵ ਦਾ ਜੱਜਿਸ ਆਫ ਸੁਪਰੀਮ ਕੋਰਟ ਐਂਡ ਹਾਈ ਕੋਰਟ। ਕਹਿੰਦਾ ਜੀ ਰਾਸ਼ਟਰਪਤੀ ਅਤੇ ਉਪ ਰਾਸ਼ਟਰਪਤੀ ਦੀ ਚੋਣ ਕਰਦਾ, ਸੁਪਰੀਮ ਕੋਰਟ ਅਤੇ ਜਿਹੜੇ ਹਾਈ ਕੋਰਟ ਆ ਉਹਨਾਂ ਦੇ ਜਨ ਨੂੰ ਹਟਾ ਵੀ ਸਕਦਾ। ਕੌਣ, ਇਹੋ ਜਿਹੀ ਕਿਹੜੀ ਬੋਡੀ ਆ, ਆਪਸ਼ਨਾਂ ਕੀ ਹੈ ਜੀ, ਮਿਨਿਸਟਰੀ ਆਫ ਡਿਫੈਂਸ ਆ, ਲੋਕ ਸਭਾ, ਪ੍ਰਧਾਨ ਮੰਤਰੀ ਅਤੇ ਐਗਜੀਕਿਊਟਿਵ ਬੋਰਡ ਆਫ ਇੰਡੀਆ।
ਕੁਸ਼ਚਨ ਪੜ੍ਹੋ ਜੀ, ਕੁਸ਼ਚਨ ਕੀ ਕਹਿ ਰਿਹਾ, ਇਹਨਾਂ ਵਿੱਚੋਂ ਕਿਹੜਾ ਬੰਦਾ ਜਿਹੜਾ ਰਾਸ਼ਟਰਪਤੀ ਦੀ ਅਤੇ ਉਪ ਰਾਸ਼ਟਰਪਤੀ ਨਿਯੁਕਤੀ ਕਰਦਾ, ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਜੱਜਾਂ ਨੂੰ ਕੀ ਆ, ਬੇਦਖਲ ਕਰ ਦਿੰਦਾ। ਹਾਂਜੀ, ਜਲਦੀ ਆਨਸਰ ਕੀਤਾ ਜਾਵੇ, ਕਿਆ ਆਨਸਰ ਆ ਰਿਹਾ ਹੈ? ਹਾਂਜੀ ਬਿਲਕੁਲ ਬਿਲਕੁਲ, ਸਾਰਿਆਂ ਦਾ ਕੀ ਆਨਸਰ ਨਿਕਲ ਕੇ ਆ ਰਿਹਾ ਸੀ, ਕੀ ਆਨਸਰ ਨਿਕਲ ਕੇ ਆ ਰਿਹਾ, ਜਲਦੀ ਆਨਸਰ ਕਰੋ ਯਾਰ, ਜਲਦੀ, ਇੰਨਾ ਟਾਈਮ ਹੈ ਨੀਗਾ। ਸੀ ਆਨਸਰ ਕਰ ਰਹੇ ਹੋ, ਸੀ ਆਨਸਰ ਬਿਲਕੁਲ, ਬੀ ਆਨਸਰ ਬਿਲਕੁਲ ਕਰੈਕਟ ਆ, ਜਿਹੜੇ ਸੀ ਆ ਧੁਰੰਦਰ ਆ ਸਾਰੇ ਗਲਤ ਆ। ਠੀਕ ਆ, ਆਪਾਂ ਸ਼ਿਕਾਰ ਕਰਨਾ, ਸ਼ਿਕਾਰੀ ਬਣਨਾ, ਕੀ ਬਣਨਾ, ਸ਼ਿਕਾਰੀ ਬਣਨਾ। ਠੀਕ ਆ, ਪੜ੍ਹਾਈ ਦੇ ਵਿੱਚ ਸ਼ਿਕਾਰੀ ਬਣਨਾ, ਕਲੀਅਰ ਆ। ਚਲੋ ਜੀ ਨੈਕਸਟ ਕਰਦੇ ਹਾਂ ਜੀ ਕੁਸ਼ਚਨ। ਨੈਕਸਟ ਕੁਸ਼ਚਨ ਕੀ ਕਹਿ ਰਿਹਾ, ਕਹਿੰਦਾ ਜੀ ਵਿੱਚ ਪਾਰਲੀਮੈਂਟ ਕਮੇਟੀ ਇਨ ਦਾ ਇੰਡੀਆ ਇਜ਼ ਨੋਰਮਲੀ ਕਲੀਅਰਡ ਬਾਏ ਪ੍ਰੋਮਿਸਡ ਮੈਂਬਰ ਆਫ ਦਾ ਓਪੋਜੀਸ਼ਨ। ਕਹਿੰਦਾ ਜੀ ਭਾਰਤ ਵਿੱਚ ਕਿਹੜੀ ਸੰਸਦੀ ਕਮੇਟੀ ਦੀ ਪ੍ਰਧਾਨਗੀ ਆਮ ਤੌਰ 'ਤੇ ਵਿਰੋਧੀ ਧਿਰ ਦਾ ਜਿਹੜਾ ਮੈਂਬਰ ਆ ਉਹ ਕਰਦਾ, ਇਹਨਾਂ ਵਿੱਚੋਂ ਕਿਹੜੀ ਕਮੇਟੀ ਆ। ਦੇਖੋ ਹੁਣ ਮੰਨ ਲਓ ਕਿ ਆਪਣੇ ਕੋਲ ਸਰਕਾਰ ਕਿਹੜੀ ਚੱਲ ਰਹੀ ਆ, ਬੀਜੇਪੀ ਦੀ ਸਰਕਾਰ ਚੱਲ ਰਹੀ ਆ, ਓਪੋਜੀਸ਼ਨ ਪਾਰਟੀ ਦਾ ਮੇਨ ਲੀਡਰ ਮੰਨਿਆ ਜਾਂਦਾ ਰਾਹੁਲ ਗਾਂਧੀ ਨੂੰ, ਤਾਂ ਰਾਹੁਲ ਗਾਂਧੀ ਇਹਨਾਂ ਵਿੱਚੋਂ ਕਿਹੜੀ ਜਿਹੜੀ ਪਾਰਟੀ ਆ ਉਹਦਾ ਜਿਹੜਾ ਪ੍ਰਧਾਨ ਬਣ ਸਕਦਾ? ਵੈਸੇ ਓਪੋਜੀਸ਼ਨ ਹੁਣ ਹੈ ਨਹੀਂ ਗੀ ਐਕਚੁਅਲ ਵਿੱਚ ਦੇਖਿਆ ਜਾਵੇ ਤਾਂ ਜਲਦੀ ਆਨਸਰ ਕਰੋ ਜੀ, ਜਲਦੀ। ਅਕਾਊਂਟ 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 ਅਕਾਊਂਟ, ਵੈਰੀ ਗੁੱਡ, ਕਿੱਥੇ ਆ ਆ ਪਿਆ, ਪਬਲਿਕ ਅਕਾਊਂਟ ਕਮੇਟੀ ਦਾ ਹੈੱਡ ਹੁੰਦਾ ਜੀ ਕੌਣ? ਓਪੋਜੀਸ਼ਨ ਦਾ ਲੀਡਰ। ਠੀਕ ਆ, ਧਿਆਨ ਰੱਖਿਓ ਇਸ ਕੁਸ਼ਚਨ ਦਾ। ਪਬਲਿਕ ਅਕਾਊਂਟ ਕਮੇਟੀ, ਗੁੱਡ, ਸ਼ਾਬਾਸ਼। ਤਾਂ ਧਿਆਨ ਰੱਖਿਓ ਇੱਕ ਐਸਟੀਮੇਟ ਕਮੇਟੀ ਆ, ਬਹੁਤ ਇੰਪੋਰਟੈਂਟ ਕਮੇਟੀ ਆ, ਤਾਂ ਇਹ ਲਿਖ ਲਓ ਜੀ, ਸਭ ਤੋਂ ਵੱਡੀ ਕਮੇਟੀ ਆ, ਬਿਗੈਸਟ ਕਮੇਟੀ ਆ ਇਹ। ਠੀਕ ਹੈ, ਬਿਗੈਸਟ ਕਮੇਟੀ ਕਿਹੜੀ ਆ? ਐਸਟੀਮੇਟ ਕਮੇਟੀ ਆ ਇਸ ਟਾਈਮ। ਚੱਲਦੇ ਹਾਂ ਨੈਕਸਟ ਕੁਸ਼ਚਨ। ਕਹਿੰਦਾ ਜੀ ਅਮੈਂਡਡ ਡੈਸ਼, ਕਹਿੰਦਾ ਜੀ ਅਮੈਂਡ ਆਫ ਅਮੈਂਡ ਦਾ ਕੌਨਸਟੀਟਿਊਸ਼ਨ, ਸੰਵਿਧਾਨ ਦੇ ਵਿੱਚ ਸੰਸ਼ੋਧ ਕੌਣ ਕਰਦਾ? ਸੰਵਿਧਾਨ ਦੇ ਵਿੱਚ ਸੰਸ਼ੋਧ ਕੌਣ ਕਰਦਾ, ਬੱਚਿਆਂ ਦਾ ਕੁਸ਼ਚਨ ਆ, ਫਿਰ ਵੀ ਪਾਰਲੀਮੈਂਟ ਕਰਦੀ ਆ, ਪ੍ਰਧਾਨ ਮੰਤਰੀ ਕਰਦਾ, ਸਿਕਿਉਰਿਟੀ ਐਕਸਚੇਂਜ ਬੋਰਡ ਆਫ ਇੰਡੀਆ ਕਰਦਾ ਕਿ ਮਿਨਿਸਟਰੀ ਆਫ ਡਿਫੈਂਸ ਕਰਦਾ? ਹਾਂਜੀ ਜਲਦੀ ਆਨਸਰ ਕਰ ਦਿਓ ਜੀ। ਬਿਲਕੁਲ ਲਾਰਜੈਸਟ ਐਸਟੀਮੇਟ ਕਮੇਟੀ, ਸ਼ਾਬਾਸ਼। ਜਲਦੀ ਆਨਸਰ ਕਰੋ ਯਾਰ ਸਾਰੇ ਜਾਣੇ, ਕੌਣ ਆ ਜੀ, ਦੱਸੋ ਆਨਸਰ ਕਰੋ ਇਸ ਕੁਸ਼ਚਨ ਦਾ। ਤਾਂ ਸਭ ਨੂੰ ਪਤਾ ਯਾਰ, ਜੇ ਸੰਵਿਧਾਨ ਦੇ ਵਿੱਚ ਅਮੈਂਡਮੈਂਟ ਕਰਨੀ ਆ, ਸੰਸ਼ੋਧਨ ਕਰਨੀ ਆ, ਤਾਂ ਉਹ ਕੌਣ ਕਰੂਗੀ? ਪਾਰਲੀਮੈਂਟ ਕਰੂਗੀ। ਤਾਂ ਇੱਕ ਗੱਲ ਧਿਆਨ ਰੱਖਿਓ, ਪਾਰਲੀਮੈਂਟ ਜੇਕਰ ਸੰਵਿਧਾਨ ਦੇ ਵਿੱਚ ਸੰਸ਼ੋਧਨ ਕਰਨਾ, ਇਹਦੇ ਵਾਸਤੇ ਆਰਟੀਕਲ ਕਿੰਨਾ, 368 ਆ, 368 ਆਰਟੀਕਲ ਦੇ ਤਹਿਤ ਕੀ ਆ, ਸੰਸ਼ੋਧਨ ਕੀਤਾ ਜਾਂਦਾ। ਇੱਕ ਗੱਲ ਹੋਰ ਆ, ਇਹਦੇ ਵਿੱਚ ਜਿਹੜੀ ਮਜੋਰਟੀ ਲੱਗਦੀ ਆ ਉਹ ਕੀ ਲੱਗਦੀ ਆ, 2/3 ਸਪੈਸ਼ਲ ਮਜੋਰਟੀ। ਕਿਹੜੀ ਮਜੋਰਟੀ ਲੱਗਦੀ ਆ? ਸਪੈਸ਼ਲ ਮਜੋਰਟੀ। ਇਸ ਗੱਲ ਦਾ ਵੀ ਖਾਸ ਧਿਆਨ ਰੱਖਿਓ, ਦੋਨੇ ਹਾਊਸ ਵਿੱਚੋਂ, ਚਾਹੇ ਆਪਾਂ ਲੋਕ ਸਭਾ ਵਿੱਚ ਬਿੱਲ ਪਾਸ ਕਰਾਉਣਾ, ਚਾਹੇ ਆਪਾਂ ਰਾਜ ਸਭਾ ਦੇ ਵਿੱਚ ਪਾਸ ਕਰਾਉਣਾ ਸੰਸ਼ੋਧਨ ਬਿੱਲ, ਇਹਦੇ ਵਿੱਚ ਮਜੋਰਟੀ ਕਿਹੜੀ ਲੱਗੂਗੀ? 2/3 ਸਪੈਸ਼ਲ ਮਜੋਰਟੀ। ਡਨ ਆ, ਇਸ ਗੱਲ ਦਾ ਖਾਸ ਧਿਆਨ ਰੱਖਿਓ ਜੀ। ਵੈਰੀ ਗੁੱਡ। ਚਲੋ ਅਮੈਂਡਮੈਂਟ ਪਾਵਰ ਆਪਾਂ ਸਾਊਥ ਅਫਰੀਕਾ ਤੋਂ ਲਈ ਆ। ਚਲੋ ਜੀ ਨੈਕਸਟ ਕਰਦੇ ਹਾਂ। ਕੁਸ਼ਚਨ ਕੀ ਕਹਿ ਰਿਹਾ, ਕਹਿੰਦਾ ਹਾਊ ਮੈਨੀ ਫੰਡਾਮੈਂਟਲ ਰਾਈਟਸ ਆਰ ਮੈਂਸ਼ਨ ਇਨ ਦਾ ਇੰਡੀਅਨ ਕੌਨਸਟੀਟਿਊਸ਼ਨ। ਜਿਹੜਾ ਸੰਵਿਧਾਨ ਆ ਇਹਦੇ ਵਿੱਚ ਕੁੱਲ ਕਿੰਨੇ ਫੰਡਾਮੈਂਟਲ ਰਾਈਟ ਆ? 5, 6, 7, 8, ਦੱਸੋ ਕਿੰਨੇ ਆ, ਆਨਸਰ ਕਰ ਦਿਓ ਜੀ, ਕਿੰਨੇ ਫੰਡਾਮੈਂਟਲ ਰਾਈਟ ਹੈਗੇ ਆ? ਤੁਹਾਡੇ ਮੈਂ ਕਮੈਂਟ ਪੜ੍ਹਦਾ ਅੱਜ। ਸਪੈਸ਼ਲ ਮੈਜੋਰਟੀ 2/3, ਜੀਤ ਸਿੰਘ, ਓਕੇ। ਪੂਜਾ ਕੰਬੋਜ 2/3, ਸਕਾਈ ਪਾਵਤ 66%, ਕਿਰਨ 6, ਜੀਤ ਕਹਿੰਦਾ 6 ਹੈ, ਹਰਦੀਪ ਸਿੰਘ ਕਹਿੰਦਾ 368 ਹੈ,
ਕਿਰਨ ਵੀ ਕਹਿ ਰਹੀ ਹੈ ਤਾਂ ਸੁਰ ਦੇਖੋ ਕਿੰਨੇ ਆ। ਦੇਖੋ ਆਪਣੇ ਆਪਣੇ ਕੋਲ ਜਦੋਂ ਸੰਵਿਧਾਨ ਬਣਿਆ ਸੀ ਨਾ, ਆਪਣੇ ਕੋਲ ਜਦੋਂ ਸੰਵਿਧਾਨ ਬਣਿਆ ਸੀ ਆਪਣੇ ਕੋਲ ਕੁੱਲ 7 ਫੰਡਾਮੈਂਟਲ ਰਾਈਟ ਸੀ, ਬਟ ਐਟ ਪ੍ਰੈਜੈਂਟ ਕਿੰਨੇ ਆ ਆਪਣੇ ਕੋਲ? 6 ਫੰਡਾਮੈਂਟਲ ਰਾਈਟ ਆ, ਠੀਕ ਹੈ। ਇੱਕ ਫੰਡਾਮੈਂਟਲ ਰਾਈਟ ਆ ਜਿਹੜਾ ਪ੍ਰੋਪਰਟੀ, ਪ੍ਰੋਪਰਟੀ ਰਾਈਟ ਟੂ ਪ੍ਰੋਪਰਟੀ, ਠੀਕ ਹੈ। ਇਹਨੂੰ ਕੀ ਕਰ ਦਿੱਤਾ? ਖਤਮ ਕਰ ਦਿੱਤਾ ਗਿਆ। ਇਹਨੂੰ ਸਿਰਫ ਕੀ ਆ ਆਪਾਂ ਇੱਕ ਲੀਗਲ ਰਾਈਟ ਬਣਾਤਾ 300A ਦੇ ਵਿੱਚ, ਕੀ ਆ ਹੁਣ ਇਹਦਾ ਪ੍ਰਾਵਧਾਨ ਆ। ਆਰਟੀਕਲ ਜਿਹੜਾ 31 ਆ ਇਹਨੂੰ ਕੀ ਆ ਖਤਮ ਕਰ ਦਿੱਤਾ ਗਿਆ। ਦੈਨ ਕਿੱਥੇ ਆਪਣੇ ਕੋਲ 6 ਕਿੱਥੇ ਪਿਆ? ਆ ਪਿਆ, ਆ ਪਿਆ ਬੰਦਾ, ਲੱਭੋ ਇਹਨੂੰ, ਠੀਕ ਹੈ। ਵੈਰੀ ਗੁੱਡ, ਚੱਲਦੇ ਜੀ ਨੈਕਸਟ ਕੁਐਸਚਨ ਤੇ। ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਆਰਟੀਕਲ ਕੈਨ ਨਾਟ ਬੀ ਸਸਪੈਂਡਡ ਇਵਨ ਡਿਊਰਿੰਗ ਐਮਰਜੈਂਸੀ। ਇਹਨਾਂ ਵਿੱਚੋਂ ਕਹਿੰਦਾ ਜੀ ਕਿਹੜਾ ਆਰਟੀਕਲ ਆ ਚਾਹੇ ਐਮਰਜੈਂਸੀ ਲੱਗੀ ਹੋਵੇ, ਹੜ ਆ ਜੇ, ਪ੍ਰਲੇ ਆ ਜੇ, ਖਤਮ ਨਹੀਂ ਹੋ ਸਕਦਾ, ਕੁਛ ਵੀ ਨਹੀਂ ਹੋ ਸਕਦਾ, ਕੁਛ ਨਹੀਂ ਹੋ ਸਕਦਾ, ਕੁਛ ਨਹੀਂ ਹੋ ਸਕਦਾ। ਜਲਦੀ ਇਹਨਾਂ ਵਿੱਚੋਂ ਕਿਹੜਾ ਜਿਹੜਾ ਫੰਡਾਮੈਂਟਲ ਰਾਈਟ ਆ ਖਤਮ ਨਹੀਂ ਹੋ ਸਕਦਾ? ਬੀ ਬੀ ਆਂਸਰ ਕਰ ਰਿਹਾ ਜੀ, ਬੀ ਬੀ ਆਂਸਰ ਕਰ ਰਿਹਾ, ਬੀ ਬੀ ਆਂਸਰ ਕਰ ਰਿਹਾ, ਬੀ 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 ਬੀ, ਦੇਖਦੇ ਹਾਂ। ਤਾਂ ਸਾਰਿਆਂ ਦਾ ਵੈਰੀ ਗੁੱਡ ਆਂਸਰ ਆ, ਆਰਟੀਕਲ 20 ਅਤੇ 21 ਕਦੇ ਵੀ ਖਤਮ ਨਹੀਂ ਹੁੰਦਾ। ਕਿਹੜਾ ਆਰਟੀਕਲ ਖਤਮ ਹੋ ਜਾਂਦਾ ਹੁੰਦਾ? ਆਰਟੀਕਲ 19 ਆ ਜਿਹੜਾ ਸਸਪੈਂਡ ਹੋ ਜਾਂਦਾ ਹੁੰਦਾ, ਫਰੀਡਮ ਆਜ਼ਾਦੀ ਆਪਣੀ ਖਤਮ ਹੋ ਜਾਂਦੀ ਹੈ ਆਰਟੀਕਲ 19, ਡਨ ਆ, ਆ ਕਦੇ ਵੀ ਖਤਮ ਨਹੀਂ ਹੁੰਦੇ। ਸ਼ਾਬਾਸ਼, ਚੱਲੇ ਨੈਕਸਟ ਕੁਐਸਚਨ ਤੇ। ਨੈਕਸਟ ਕੁਐਸਚਨ ਕੀ ਕਹਿ ਰਿਹਾ? ਕਹਿੰਦਾ ਵਿਚ ਆਫ ਦਾ ਫੋਲੋਇੰਗ ਇਜ਼ ਨੋਟ ਦਾ ਕਰੈਕਟਲੀ ਮੈਚ ਅੰਡਰ ਦਾ ਕੋਨਸਟੀਟਿਊਸ਼ਨ ਆਫ ਇੰਡੀਆ। ਮੈਚ ਦੇ ਕੋਲਮ ਖੇਡੋ, ਮੈਚ ਦੇ ਕੋਲਮ ਖੇਡਾਂ ਖੜਾਈ ਆ ਗਈ, ਹੁਣ ਤਾਂ ਆਪਾਂ ਖੇਡਦੇ ਹਾਂ ਦੇ ਨਾਲ ਖੇਡਣ ਦੀ ਕੋਸ਼ਿਸ਼ ਕਰਦੇ ਹਾਂ। ਦੇਖੋ ਕਦੇ ਵੀ ਜ਼ਿੰਦਗੀ ਦੇ ਵਿੱਚ ਪੜ੍ਹਨਾ ਨਾ, ਪੜ੍ਹਨ ਦੇ ਵਿੱਚ ਸਟ੍ਰੈਸ ਨਾ ਲਓ ਯਾਰ, ਰਿਲੈਕਸ ਹੋ ਕੇ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ ਕਰੋ, ਸਮਝ ਗਏ? ਜਮਾਂ ਰਿਲੈਕਸ ਰਹੋ, ਕੋਈ ਸਟ੍ਰੈਸ ਲੈਣ ਦੀ ਲੋੜ ਨਹੀਂ ਹੈਗੀ ਯਾਰ, ਮੈਨੂੰ ਸਮਝ ਨਹੀਂ ਆਊਗਾ ਆ ਗਿਆ ਕਿਵੇਂ ਆ, ਯੋ ਫਲਾਣਾ ਟਿਮਕਾ, ਬੀ ਰਿਲੈਕਸ, ਬਿਲ ਡਾਊਨ, ਸਮਝ ਗਏ? ਇਸ ਤਰੀਕੇ ਨਾਲ ਆਪਾਂ ਸਵਾਲ, ਆਪਾਂ ਸਵਾਲਾਂ ਨਾਲ ਮੱਥਾ ਨਹੀਂ ਮਾਰਨਾ, ਆਪਾਂ ਸਵਾਲਾਂ ਨੂੰ ਸਮਝਣਾ, ਉਹਨਾਂ ਦੀ ਰੱਗ ਫੜਨੀ ਆ। ਜਦੋਂ ਆਪਾਂ ਨੇ ਸਵਾਲਾਂ ਦੀ ਰੱਗ ਫੜਨੀ ਆ ਗਈ ਨਾ, ਇਹਨਾਂ ਨੂੰ ਆਪਾਂ ਕੁਸ਼ਚਨਾਂ ਨਾਲ ਖੇਡਣ ਲੱਗ ਜਾਂਗੇ ਇਸ ਤਰੀਕੇ ਨਾਲ, ਸਮਝ ਗਏ? ਕੁਸ਼ਚਨਾਂ ਨਾਲ ਖੇਡਣਾ, ਉਹਨਾਂ ਨੂੰ ਹਵਾ ਨਹੀਂ ਬਣਾਉਣਾ ਹੈਗਾ, ਠੀਕ ਹੈ। ਤਾਂ ਚਲੋ ਮੈਚ ਦੀ ਕੋਲਮ ਖੇਡਦੇ ਹਾਂ ਆਪਾਂ, ਆ ਜਾਓ। ਕਹਿੰਦਾ ਜੀ ਪੰਚਾਇਤਾਂ, ਇਹ ਕਹਿੰਦਾ ਜੀ ਨੋਟ ਕਰੈਕਟ ਪੁੱਛਿਆ ਉਹਨਾਂ ਨੇ ਕਿਹੜਾ ਮੈਚ ਨਹੀਂ ਹੋ ਰਿਹਾ। ਪੰਚਾਇਤਾਂ ਕਹਿੰਦਾ ਜੀ ਭਾਰਤ ਦੇ 9ਵੇਂ ਪਾੜ ਵਿੱਚ ਆਉਂਦੀਆਂ, ਦੱਸੋ ਸਹੀ ਹੈ ਕਿ ਗਲਤ ਆ? ਨੋ ਆਈਡੀਆ, ਕਹਿੰਦੇ ਸਕਿੱਪ ਕਰਨ ਦਾ ਮਨ ਕਰ ਰਿਹਾ। ਅੱਛਾ, ਸਕਿੱਪ ਕਰਨ ਦਾ ਮਨ ਕਰ ਰਿਹਾ, ਤਾਂ ਜਲਦੀ ਆਸਰ ਕਰੋ। ਬਿਲਕੁਲ ਸਹੀ ਆਸਰ ਆ, ਪੰਚਾਇਤਾਂ 9ਵੇਂ ਪਾੜ 'ਚ ਆਉਂਦੀਆਂ, ਮਿਊਂਸੀਪਲ 10ਵੇਂ ਪਾੜ 'ਚ ਆਉਂਦੀ ਆ, ਕੋਆਪਰੇਟਿਵ ਸੁਸਾਇਟੀ 9ਵੇਂ ਪਾੜ ਦੇ ਵਿੱਚ ਬੀਚ ਆਉਂਦੀ ਆ। ਤਾਂ ਡੀ ਆਸਰ ਆਪਣੇ ਕੋਲ ਕੀ ਆ? ਕਰੈਕਟ ਆ, ਟ੍ਰਿਬਿਊਨਲਸ ਨਹੀਂ ਆਉਂਦੀਆਂ ਜੀ, ਠੀਕ ਹੈ। ਹਾਂਜੀ, ਜਿਹਨੇ ਵੀ ਧੁਰੰਦਰ ਆ, ਜਿੰਨੇ ਵੀ ਬੀ ਆਂਸਰ ਵਾਲੇ ਆ, ਜਿੰਨੇ ਵੀ ਸ਼ੇਰ ਆ ਮੇਰੇ, ਸਾਰਾ ਆਂਸਰ ਬਿਲਕੁਲ ਸਹੀ ਹੈ। ਗੁੱਡ, ਸ਼ਾਬਾਸ਼। ਹਾਂਜੀ, ਹੁਣ ਕੀ ਕਹਿ ਰਿਹਾ ਇਹਨਾਂ ਵਿੱਚੋਂ? ਕਹਿੰਦਾ ਜੀ ਕਿਹੜੀ ਕਰੈਕਟ ਆਪਸ਼ਨ ਜਿਹੜੀ ਸਹੀ ਆ? ਮਨੀ ਬਿੱਲ ਦੇ ਨਾਲ ਕੰਸੀਡਰ ਆ। ਤੁਹਾਨੂੰ ਮੈਂ ਦੱਸਦਾ ਜਿਹੜਾ ਮਨੀ ਬਿੱਲ ਆ, ਮਨੀ ਬਿੱਲ ਦਾ ਆਰਟੀਕਲ ਕਿਹੜਾ? 110 ਆ। ਮਨੀ ਬਿੱਲ ਦਾ ਆਰਟੀਕਲ ਕਿਹੜਾ? 110 ਆ। ਮਨੀ ਬਿੱਲ ਬਾਰੇ ਕਿਹੜੀ ਚੀਜ਼ ਸਹੀ ਆ, ਕਿਹੜੀ ਚੀਜ਼ ਗਲਤ ਆ, ਆਪਾਂ ਦੇਖਦੇ ਹਾਂ। ਡਨ ਆ। ਹਾਂਜੀ, ਕੁਸ਼ਚਨ ਕੀ ਕਹਿ ਰਿਹਾ? ਕਹਿੰਦਾ ਜੀ ਆ ਮਨੀ ਬਿੱਲ ਮੇ ਬੀ ਇੰਟਰੋਡਿਊਸ ਓਨਲੀ ਇਨ ਲੋਕ ਸਭਾ। ਕਹਿੰਦਾ ਜੀ ਜਿਹੜਾ ਮਨੀ ਬਿੱਲ ਆ ਉਹ ਸਿਰਫ ਲੋਕ ਸਭਾ ਦੇ ਵਿੱਚ ਦਾਖਲ ਕੀਤਾ ਜਾ ਸਕਦਾ। ਓਕੇ, ਦੂਜਾ ਪੁਆਇੰਟ ਕੀ ਕਹਿ ਰਿਹਾ? ਕਹਿੰਦਾ ਜੀ ਇਹ ਮਨੀ ਬਿੱਲ ਮੇ ਬੀ ਇੰਟਰੋਡਿਊਸ ਓਨਲੀ ਇਨ ਰਾਜ ਸਭਾ। ਇਹ ਕਹਿੰਦਾ ਜੀ ਓਨਲੀ ਰਾਜ ਸਭਾ ਦੇ ਵਿੱਚ ਇੰਟਰੋਡਿਊਸ ਕੀਤਾ ਜਾਂਦਾ। ਤੀਜਾ ਕੁਸ਼ਚਨ ਕਹਿ ਰਿਹਾ ਜੀ, ਕਹਿੰਦਾ ਜੀ ਆ ਮਨੀ ਬਿੱਲ ਮੇ ਬੀ ਇੰਟਰੋਡਿਊਸ ਓਨ ਬੋਥ ਆਫ ਦਾ ਹਾਊਸਿਸ, ਕਹਿੰਦਾ ਦੋਨੇ ਹਾਊਸ ਵਿੱਚ ਇੰਟਰੋਡਿਊਸ ਕੀਤਾ ਜਾਂਦਾ, ਤਾਂ ਤੁਸੀਂ ਦੱਸ ਰਹੇ ਹੋ ਮੈਨੂੰ। ਤਾਂ ਚੌਥੀ ਆਪਸ਼ਨ ਕੀ ਕਹਿ ਰਿਹਾ ਜੀ? ਕਹਿੰਦਾ ਇਹ ਮਨੀ ਬਿੱਲ ਕੈਨ ਨੋਟ ਬੀ ਇਨਡੋਰਸ ਬਾਏ ਦਾ ਸਪੀਕਰ ਆਫ ਲੋਕ ਸਭਾ। ਕਹਿੰਦਾ ਜੀ ਇਹ ਮਨੀ ਬਿੱਲ ਦਾ ਸਮਰਥਨ ਨਹੀਂ ਕੀਤਾ ਜਾ ਸਕਦਾ। ਇਹਨਾਂ ਵਿੱਚੋਂ ਕਿਹੜੀ ਜਿਹੜੀ ਕਰੈਕਟ ਆਪਸ਼ਨ ਆ ਸਹੀ ਆ?
ਬਿਲਕੁਲ ਸਾਰੇ ਜਣੇ ਆਨਸਰ ਕਰ ਦਿਓ। ਵਨ ਰਾਈਟ ਕਹਿ ਰਿਹਾ, ਵਨ ਰਾਈਟ ਕਹਿ ਰਿਹਾ, ਵਨ ਰਾਈਟ ਕਹਿ ਰਿਹਾ। ਦੇਖਦੇ ਹਾਂ ਕੀ ਆਨਸਰ ਕਰ ਰਹੇ ਹੋ। ਦੇਖੋ ਮਨੀ ਬਿੱਲ ਆ ਜਿਹੜਾ ਉਹਨੂੰ ਲੈ ਕੇ ਸਿਰਫ ਤੇ ਸਿਰਫ ਪਾਵਰ ਕਿਹਦੇ ਕੋਲ ਆ? ਓਨਲੀ ਦੇ ਓਨਲੀ ਲੋਕ ਸਭਾ ਕੋਲ ਪਾਵਰ ਆ। ਰਾਜ ਸਭਾ ਕੋਲ ਮਨੀ ਬਿੱਲ ਨੂੰ ਲੈ ਕੇ ਕੋਈ ਵੀ ਪਾਵਰ ਨਹੀਂ ਹੈਗੀ। ਰਾਜ ਸਭਾ ਕੋਲ ਕੀ ਆ? ਕੋਈ ਵੀ ਪਾਵਰ ਨਹੀਂ ਹੈਗੀ। ਮਨੀ ਬਿੱਲ ਇੰਟਰੋਡਿਊਸ ਓਨਲੀ ਦੇ ਓਨਲੀ ਲੋਕ ਸਭਾ ਦੇ ਵਿੱਚ ਹੋਊਗਾ। ਓਨਲੀ ਦੇ ਓਨਲੀ ਕਿੱਥੇ ਹੋਊਗਾ? ਲੋਕ ਸਭਾ ਦੇ ਵਿੱਚ ਕੀ ਆ? ਮਨੀ ਬਿੱਲ ਇੰਟਰੋਡਿਊਸ ਹੋਊਗਾ। ਡਨ, ਵੈਰੀ ਗੁੱਡ। ਹਾਂਜੀ, ਓਨਲੀ ਫਸਟ ਆਨਸਰ ਕਰੈਕਟ ਆਪਣਾ। ਚਲੋ ਅਗਲਾ ਕੁਸ਼ਚਨ ਕਰਦੇ ਹਾਂ, ਗੱਲਾਂ ਕਰਨ ਦਾ ਸਮਾਂ ਹੈ ਨਹੀਂ। ਪਾਪੂਲੇਸ਼ਨ ਕੰਟਰੋਲ ਬਾਏ ਦਾ ਫੈਮਿਲੀ ਪਲੈਨਿੰਗ। ਕਹਿੰਦਾ ਜੀ ਫੈਮਿਲੀ ਪਲੈਨਿੰਗ ਦੇ ਵਿੱਚ ਜਿਹੜੀ ਪਾਪੂਲੇਸ਼ਨ ਕੰਟਰੋਲ ਆ, ਇਹ ਕਿੰਦਾ ਸਬਜੈਕਟ ਆ? ਇਹ ਕਿਹੜੀ ਲਿਸਟ ਦੇ ਵਿੱਚ ਆਉਂਦਾ? 7th ਸ਼ਡਿਊਲ ਦੇ ਵਿੱਚ ਆਉਂਦਾ। ਆਪਾਂ ਨੂੰ ਪੁੱਛਿਆ ਸਬਜੈਕਟ ਕਿੰਦਾ? ਯੂਨੀਅਨ ਦਾ ਸਬਜੈਕਟ ਆ, ਸਟੇਟ ਦਾ ਸਬਜੈਕਟ ਆ, ਗਲੋਬਲ ਸਬਜੈਕਟ ਆ ਕਿ ਕੌਨਕਰੰਟ ਸਬਜੈਕਟ ਆ? ਆਹ ਕੁਸ਼ਚਨ ਦਾ ਆਨਸਰ ਦਿਓ। ਬਹੁਤ ਅੱਛਾ ਕੁਸ਼ਚਨ ਆ, ਜਲਦੀ ਆਨਸਰ ਚਾਹੀਏ ਮੇਰੇ ਕੋਲ, ਮੇਰੇ ਕੋਲ ਆਨਸਰ ਚਾਹੀਏ। ਯੂਨੀਅਨ ਦਾ ਸਬਜੈਕਟ ਕਹਿ ਰਿਹਾ ਜੀ, ਕਈ ਕਹਿ ਰਹੇ ਆ ਜੀ ਸੀ ਗਲੋਬਲ ਸਬਜੈਕਟ ਕਹਿ ਰਹੇ ਆ, ਦੈਨ ਕਹਿ ਰਹੇ ਆ ਜੀ, ਇਹ ਕਹਿ ਰਹੇ ਆ ਯੂਨੀਅਨ ਦਾ ਸਬਜੈਕਟ ਕਹਿ ਰਹੇ ਆ। ਤਾਂ ਦੇਖੋ ਧਿਆਨ ਦਿਓ ਇੱਧਰ, ਧਿਆਨ ਦਿਓ ਇੱਧਰ, ਧਿਆਨ ਦਿਓ ਇੱਧਰ। ਇੱਕ ਪਾਲਿਸੀ ਆਈ ਸੀ ਇੰਦਰਾ ਗਾਂਧੀ ਲੈ ਕੇ ਆਈ ਸੀ, ਹਮ ਦੋ ਹਮਾਰੇ ਦੋ। ਠੀਕ ਹੈ, ਇੰਦਰਾ ਗਾਂਧੀ ਪਾਲਿਸੀ ਲੈ ਕੇ ਆਈ ਸੀ ਹਮ ਦੋ ਹਮਾਰੇ ਦੋ, ਬਟ ਲੋਕਾਂ ਨੇ ਕੀ ਕਿਹਾ? ਹਮ ਦੋ ਹਮਾਰੇ ਗਿਣ ਲਓ। ਸਮਝ ਗਏ? ਤਾਂ ਉੱਤਰ ਪ੍ਰਦੇਸ਼ ਵਰਗੇ ਰਾਜਾਂ ਦੇ ਵਿੱਚ ਕੀ ਆ? ਇਹੋ ਜਿਹੀ ਚੀਜ਼ ਹੁੰਦੀ ਆ, ਉੱਤਰ ਪ੍ਰਦੇਸ਼ ਵਰਗੇ ਰਾਜਾਂ ਦੇ ਵਿੱਚ ਇਹੋ ਜਿਹੀ ਚੀਜ਼ ਹੁੰਦੀ ਆ। ਡਨ। ਤਾਂ ਇਹ ਜਿਹੜੀ ਸਬਜੈਕਟ ਆ, ਇਹ ਨਾ ਤਾਂ ਸੈਂਟਰ ਗਵਰਨਮੈਂਟ ਦਾ, ਨਾ ਸਟੇਟ ਗਵਰਨਮੈਂਟ ਦਾ, ਨਾ ਹੀ ਗਲੋਬਲ ਆ। ਦੈਨ ਕੀ ਆ? ਇਹ ਕੌਨਕਰੰਟ ਸਬਜੈਕਟ ਆ। ਠੀਕ ਆ, ਦੋਨੇ ਸਬਜੈਕਟ ਆ, ਸਟੇਟ ਦਾ ਵੀ ਆ ਪਲੱਸ ਸੈਂਟਰ ਦਾ ਵੀ ਆ। ਠੀਕ ਹੈ, ਡੀ ਆਨਸਰ ਬਿਲਕੁਲ ਸਹੀ ਆ ਜੀ। ਹਾਂਜੀ, ਨੈਕਸਟ ਕੀ ਕਹਿ ਰਿਹਾ ਜੀ? ਕਹਿੰਦਾ ਸੈਂਟਰਲ ਬਿਊਰੋ ਆਫ ਇੰਟੈਲੀਜੈਂਸ ਐਂਡ ਇਨਵੈਸਟੀਗੇਸ਼ਨ ਇਜ਼ ਲਿਸਟਡ ਇਨ ਦ ਲਿਸਟ 7th ਸ਼ਡਿਊਲ। ਕਹਿੰਦਾ ਜੀ ਜਿਹੜੇ ਇੰਟੈਲੀਜੈਂਸ ਬਿਊਰੋ ਦੀ ਗੱਲ ਕਰਦੇ ਆ, ਇਨਵੈਸਟੀਗੇਸ਼ਨ ਦੀ ਗੱਲ ਕਰਦੇ ਆ, ਇਹ ਭਾਰਤ ਦੇ ਸ਼ਡਿਊਲ ਦੇ 7th ਸ਼ਡਿਊਲ ਦੇ ਵਿੱਚ ਆ। ਕਲੀਅਰ ਆ? ਤਾਂ ਦੈਨ ਇਹ ਪੁੱਛਿਆ ਇਹ ਸਬਜੈਕਟ ਕਿੰਦਾ? ਨਿਰਮਲ ਪ੍ਰੀਤ ਕਮਜੋਜ ਕਹਿੰਦਾ ਜੀ ਹਮ ਏਕ ਹਮਾਰਾ ਕੋਈ ਨਹੀਂ। ਉਹ ਯਾਰ ਹਜੇ ਲੋੜ ਹੀ ਨਹੀਂ, ਕੀ ਲੋੜ ਹੈ? ਪਹਿਲਾਂ ਪੜ੍ਹਾਈ ਕਰ ਲਓ, ਜੋਬ ਲੱਗ ਜਾਓ, ਸਮਝ ਗਏ? ਜੋਬ ਲੱਗ ਜਾਓ, ਫਿਰ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੀ ਨਹੀਂ ਪੈਣੀ। ਸਮਝ ਗਏ? ਕਲੀਅਰ ਆ? ਜੋਬ ਲੱਗਣੀ ਜ਼ਰੂਰੀ ਆ, ਇਹ ਸਭ ਚੀਜ਼ਾਂ ਦਾ ਵਾਸਤੇ ਬਹੁਤ ਸਮਾਂ ਹੈਗਾ। ਠੀਕ ਹੈ, ਇੱਕ ਵਾਰੀ ਸੈਟਲਮੈਂਟ ਜ਼ਰੂਰੀ ਆ। ਦੈਨ ਕੀ ਕਹਿ ਰਿਹਾ ਜੀ? ਯੂਨੀਅਨ ਸਟੇਟ ਗਲੋਬਲ ਕੇ ਕੌਨਕਰੈਂਟ? ਜਲਦੀ ਆਨਸਰ ਕਰ ਦਿਓ ਜੀ ਇਸ ਕੁਸ਼ਚਨ ਦਾ। ਇਨਵੈਸਟੀਗੇਸ਼ਨ ਅਤੇ ਇੰਟੈਲੀਜੈਂਸ ਬਿਊਰੋ ਕਿੰਨਾ ਸਬਜੈਕਟ ਆ ਜੀ? ਸੀਬੀਆਈ ਯੂਨੀਅਨ, ਵੈਰੀ ਗੁੱਡ। ਤਾਂ ਇਹ ਕੀ ਆ? ਯੂਨੀਅਨ ਅੰਡਰ ਕੰਮ ਕਰਦੇ ਆ ਜੀ। ਡਨ ਆ ਸਭ ਨੂੰ? ਕਲੀਅਰ ਆ? ਤਾਂ ਚੱਲੋ ਜੀ ਨੈਕਸਟ ਕੁਸ਼ਚਨ ਤੇ। ਨੈਕਸਟ ਕੁਸ਼ਚਨ ਕੀ ਕਹਿ ਰਿਹਾ? ਕਹਿੰਦਾ ਵਿੱਚ ਆਫ ਦਾ ਫੋਲੋਇੰਗ ਸਟੇਟਸ ਹੈਜ਼ ਦਾ ਬਾਈ ਕੈਮਰਲ ਲੈਜਿਸਲੇਟਿਵ? ਇਹਨਾਂ ਵਿੱਚੋਂ ਕਹਿੰਦੇ ਜੀ ਕਿਹੜੀ ਸਟੇਟ ਆ ਜਿਹਦੇ ਕੀ ਆ ਬਾਈ ਕੈਮਰਲ? ਦਾ ਮਤਲਬ ਹੁੰਦਾ ਦੋ ਸਦਨੀ। ਕੀ ਹੁੰਦਾ? ਦੋ ਸਦਨ ਹੈ ਇੱਥੇ। ਇੱਥੇ ਕੀ ਆ? ਵਿਧਾਨ ਸਭਾ ਵੀ ਹੈਗੀ ਆ, ਵਿਧਾਨ ਪਰਿਸ਼ਦ ਵੀ ਹੈਗੀ ਆ। ਵਿਧਾਨ ਸਭਾ ਵੀ ਹੈਗੀ ਆ ਅਤੇ ਵਿਧਾਨ ਪਰਿਸ਼ਦ ਵੀ ਹੈਗੀ ਆ। ਜਲਦੀ ਮੈਨੂੰ ਆਨਸਰ ਕਰ ਦਿਓ ਜੀ ਇਸ ਕੁਸ਼ਚਨ ਦਾ। ਵਿਧਾਨ ਸਭਾ ਵੀ ਆ, ਵਿਧਾਨ ਪਰਿਸ਼ਦ ਵੀ ਆ। ਤਾਂ ਤੁਹਾਨੂੰ ਮੈਂ ਦੱਸਦਾ ਕਿ ਪੂਰੇ ਭਾਰਤ ਵਿੱਚ 6 ਸਟੇਟਾਂ ਇਹੋ ਜਿਹੀਆਂ, ਪੂਰੇ ਭਾਰਤ ਵਿੱਚ ਕੀ ਆ 6 ਸਟੇਟਾਂ ਦੇ ਇਹੋ ਜਿਹੀਆਂ ਜਿਨ੍ਹਾਂ 'ਚ ਵਿਧਾਨ ਸਭਾ ਵੀ ਹੈਗੀ ਆ, ਵਿਧਾਨ
ਪ੍ਰੀਸ਼ਦ ਵੀ ਹੈਗੀ ਆ ਆਪਣੇ ਕੋਲ ਕੁੱਲ 28 ਸਟੇਟਾਂ ਜਿਹਦੇ ਵਿੱਚੋਂ 22 ਸਟੇਟਾਂ ਦੇ ਵਿੱਚ ਕੀ ਆ ਓਨਲੀ ਦੇ ਓਨਲੀ ਵਿਧਾਨ ਸਭਾ 28 ਸਟੇਟਾਂ ਦੇ ਵਿੱਚ ਕੀ ਆ ਬਾਕੀ ਜਿਹੜੀਆਂ 6 ਸਟੇਟਾਂ ਰਹਿ ਗਈਆਂ ਇਹਦੇ ਕੋਲ ਕੀ ਆ ਵਿਧਾਨ ਸਭਾ ਵੀ ਆ ਅਤੇ ਵਿਧਾਨ ਪ੍ਰੀਸ਼ਦ ਵੀ ਆ ਠੀਕ ਆ ਇਹ ਉਹ ਸਟੇਟਾਂ ਜਿਨ੍ਹਾਂ ਦੀ ਆਬਾਦੀ ਜ਼ਿਆਦਾ ਆ ਤਾਂ ਆਪਸ਼ਨ ਤੁਹਾਨੂੰ ਮੈਂ ਦੱਸ ਰਿਹਾ ਇਹਦੇ ਵਿੱਚੋਂ ਕਿਹੜੀ ਕਿਹੜੀ ਆ ਛੱਤੀਸਗੜ੍ਹ ਗੋਆ ਝਾਰਖੰਡ ਕੇ ਮਹਾਰਾਸ਼ਟਰ ਹਾਂਜੀ ਹਾਂਜੀ ਹੈਲੋ ਜੀ ਹੈਲੋ ਸਤਿ ਕਿਰਨ ਹੈਲੋ ਚਲੋ ਜੀ ਮਹਾਰਾਸ਼ਟਰ 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 ਅੰਸਰ ਆ ਰਿਹਾ ਮਹਾਰਾਸ਼ਟਰ ਕਿੱਥੇ ਪਿਆ ਆ ਪਿਆ ਪਤੰਦਰ ਡੀ ਅੰਸਰ ਇਹਦਾ ਆ ਡੀ ਲੱਭੋ ਡੀ ਏ ਆ ਰਿਹਾ ਕਹਿੰਦੇ ਜੀ ਸੀ ਅੰਸਰ ਬਿਲਕੁਲ ਸਹੀ ਅੰਸਰ ਆ ਤਾਂ ਧਿਆਨ ਦਿਓ 6 ਸਟੇਟਾਂ ਇਹੋ ਜਿਹੀਆਂ ਉੱਤਰ ਪ੍ਰਦੇਸ਼ ਮਹਾਰਾਸ਼ਟਰ ਵੈਸਟ ਬੰਗਾਲ ਤੇਲੰਗਾਨਾ ਇਹ ਟੋਟਲ 6 ਸਟੇਟਾਂ ਜਿਨ੍ਹਾਂ ਦੀ ਜਨਸੰਖਿਆ ਕੀ ਆ ਜ਼ਿਆਦਾ ਆ ਕਲੀਅਰ ਆ ਆਂਧਰਾ ਪ੍ਰਦੇਸ਼ ਤੇਲੰਗਾਨਾ ਉੱਤਰ ਪ੍ਰਦੇਸ਼ ਬਿਹਾਰ ਮਹਾਰਾਸ਼ਟਰ ਅਤੇ ਕਰਨਾਟਕਾ ਵੈਰੀ ਗੁੱਡ ਜਿਨ੍ਹਾਂ ਨੂੰ ਨਹੀਂ ਪਤਾ ਦੇਖ ਲਓ ਆਂਧਰਾ ਪ੍ਰਦੇਸ਼ ਤੇਲੰਗਾਨਾ ਠੀਕ ਹੈ ਜੀ ਉਸ ਤੋਂ ਬਾਅਦ ਮਹਾਰਾਸ਼ਟਰ ਠੀਕ ਹੈ ਦੈਨ ਹੋਰ ਕਿਹੜੀ ਹੈ ਜਲਦੀ ਆਂਸਰ ਕਰੋ ਯੂਪੀ ਬਿਹਾਰ ਹੋ ਗਈਆਂ 6 ਕਿ ਨਹੀਂ 5 ਹੋਈਆਂ 3 ਅਤੇ 2 5 1 ਕਿਹੜੀ ਰਹਿ ਗਈ ਬਿਹਾਰ ਹੋ ਗਈ ਮਹਾਰਾਸ਼ਟਰ ਤੇਲੰਗਾਨਾ ਰਹਿ ਗਈ ਹੋ ਗਈ ਕਿਹੜੀ ਰਹਿ ਗਈ ਯਾਰ ਆਪਣੀ ਕਿਹੜੀ ਰਹਿ ਗਈ ਕਰਨਾਟਕਾ ਆਹ ਬਾਈ ਕਰਨਾਟਕਾ ਚਲੋ ਵੈਰੀ ਗੁੱਡ ਬੀ ਵੀ ਆਂਸਰ ਕਰ ਰਿਹਾ ਤਾਂ ਡੀ ਆਂਸਰ ਸਹੀ ਆ ਠੀਕ ਹੈ ਆਹ ਧਿਆਨ ਰੱਖਿਓ 6 ਸਟੇਟਾਂ ਜਿਨ੍ਹਾਂ ਵਿੱਚ ਕੀ ਆ ਬਾਈ ਕੈਮਰਲ ਆ 2 ਸਦਨੀ ਸਰਕਾਰ ਕੁਸ਼ਚਨ ਗਰਮੀ ਹੋ ਗਈ ਬਹੁਤ ਜ਼ਿਆਦਾ ਟਾਈਮ ਵੀ ਕਾਫੀ ਹੋ ਗਿਆ ਚੱਲਦੇ ਹਾਂ ਦੇਖਦੇ ਹਾਂ ਕੀ ਕਹਿ ਰਿਹਾ ਕਹਿੰਦਾ ਜੀ ਇਹਨਾਂ ਵਿੱਚੋਂ ਕੌਣ ਇਸ਼ੂ ਕਰਦਾ ਫਾਈਨਸ ਦਾ ਪਰਟੀਕੁਲਰ ਅਫੈਂਸ ਇਜ਼ ਨੋਟ ਡੂਇੰਗ ਅ ਲੀਗਲ ਡਿਊਟੀ ਦੇਅਰ ਬਾਏ ਦਾ ਇਹਨਾਂ ਤਾਂ ਤੁਹਾਨੂੰ ਪੰਜਾਬੀ ਦੇ ਵਿੱਚ ਕੁਸ਼ਚਨ ਸਮਝ ਨਹੀਂ ਲੱਗਣਾ ਇੰਗਲਿਸ਼ ਸਮਝ ਲੱਗਣਾ ਪੰਜਾਬੀ 'ਚ ਮੈਂ ਸਮਝਾਉਂਦਾ ਦੇਖੋ ਕੁਸ਼ਚਨ ਕੀ ਕਹਿ ਰਿਹਾ ਕਹਿੰਦਾ ਜੀ ਇਹਨਾਂ ਵਿੱਚੋਂ ਕਿਹੜੀ ਰੀਤ ਜਾਰੀ ਕੀਤੀ ਜਾਂਦੀ ਆ ਜਦੋਂ ਕਿਸੇ ਅਦਾਲਤ ਨੂੰ ਪਤਾ ਲੱਗਦਾ ਕਿ ਕੋਈ ਵਿਸ਼ੇਸ਼ ਅਹੁਦੇਦਾਰ ਕੋਈ ਵਿਸ਼ੇਸ਼ ਅਹੁਦੇਦਾਰ ਧਿਆਨ ਰੱਖਿਓ ਉਹ ਬੰਦੇ ਦੀ ਕੀ ਆ ਅਹੁਦਾ ਅਹੁਦਾ ਕਿੰਦਾ ਹੁੰਦਾ ਪਬਲਿਕ ਬੰਦੇ ਦਾ ਸਰਕਾਰੀ ਬੰਦੇ ਦਾ ਅਹੁਦਾ ਹੁੰਦਾ ਠੀਕ ਹੈ ਸਰਕਾਰੀ ਬੰਦੇ ਦਾ ਅਹੁਦਾ ਹੁੰਦਾ ਵੀ ਉਹ ਆਪਦੀ ਡਿਊਟੀ ਨਹੀਂ ਕਰਦਾ ਪਿਆ ਕੋਈ ਵੀ ਸਰਕਾਰੀ ਬੰਦਾ ਜਦੋਂ ਆਪਦੀ ਡਿਊਟੀ ਨਾ ਕਰੇ ਸਮਝ ਗਏ ਜਦੋਂ ਸਰਕਾਰੀ ਬੰਦਾ ਆਪਦੀ ਡਿਊਟੀ ਨਾ ਕਰੇ ਉਹਨਾਂ ਉਸ ਸਮੇਂ ਉਸ ਬੰਦੇ ਨੂੰ ਕੰਮ ਕਰਾਉਣ ਦੇ ਲਈ ਕਿਹੜੀ ਰੇਟ ਆ ਜਿਹੜੀ ਜਾਰੀ ਕੀਤੀ ਜਾਊਗੀ ਬੀ ਅੰਸਰ ਕਰ ਰਿਹਾ ਜੀ ਬੀ 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 ਵੈਰੀ ਗੁੱਡ ਤਾਂ ਸਭ ਤੋਂ ਪਹਿਲਾਂ ਕੀ ਹੈ ਜੀ ਮੈਂਡਮਸ ਰਿਟ ਜਾਰੀ ਕੀਤੀ ਜਾਊਗੀ ਮੈਂਡਮਸ ਰਿਟ ਕੀ ਆ ਇਹ ਓਨਲੀ ਦੇ ਓਨਲੀ ਸਰਕਾਰੀ ਬੰਦੇ ਨੂੰ ਜਾਰੀ ਕੀਤੀ ਜਾਊਗੀ ਮੰਨ ਲਓ ਕਿ ਪੁਲਿਸ ਵਾਲਾ ਕੋਈ ਉਹ ਬੰਦਾ ਤੁਹਾਡੀ ਰਿਪੋਰਟ ਨਹੀਂ ਲਿਖ ਰਿਹਾ ਤੁਸੀਂ ਪੀੜਤ ਹੋ ਸਮਝ ਗਏ ਉਹ ਬੰਦਾ ਰਿਪੋਰਟ ਨਹੀਂ ਲਿਖ ਰਿਹਾ ਤਾਂ ਤੁਸੀਂ ਕੀ ਆ ਉਸ ਬੰਦੇ ਖਿਲਾਫ਼ ਕੀ ਆ ਨੇੜੇ ਦੀ ਸੁਪਰੀਮ ਕੋਰਟ ਹਾਈ ਕੋਰਟ ਜਿੱਥੇ ਵੀ ਜਾਣਾ ਜਾ ਸਕਦੇ ਹੋ ਤਾਂ ਸੁਪਰੀਮ ਕੋਰਟ ਜਾਂ ਹਾਈ ਕੋਰਟ ਉਸ ਬੰਦੇ ਨੂੰ ਪਾਰਟੀਕੁਲਰ ਕੀ ਆ ਇਹ ਰਿਟ ਜਾਰੀ ਕਰ ਸਕਦੀ ਆ ਡਨ ਸ਼ਾਬਾਸ਼ ਚੱਲਦੇ ਨੈਕਸਟ ਕੁਸ਼ਚਨ 'ਤੇ ਕਹਿੰਦਾ ਜੀ ਵਿੱਚ ਫੰਡਾਮੈਂਟਲ ਰਾਈਟ ਇਨ ਦਾ ਇੰਡੀਅਨ ਕੋਨਸਟੀਟਿਊਸ਼ਨ ਇਨਕਲੂਡ ਦਾ ਅਬੋਲਿਸ਼ਨ ਆਫ ਅਨਟੱਚੇਬਿਲਟੀ ਕਿਹੜਾ ਆਰਟੀਕਲ ਆ ਅਨਟੱਚੇਬਿਲਟੀ ਨੂੰ ਛੂਤਛਾਤ ਨੂੰ ਰੋਕਣ ਵਾਲਾ ਮੈਂਡਮਸ ਵੀ ਕਮਾਂਡ ਵੀ ਗਿਵ ਕਮਾਂਡ ਚਲੋ ਜਲਦੀ ਆਂਸਰ ਕਰੋ ਇਹਨਾਂ ਵਿੱਚੋਂ ਕਿਹੜਾ ਆਂਸਰ ਕਰੈਕਟ ਆ ਬਿਲਕੁਲ ਸਭ ਦਾ ਆਂਸਰ ਆ ਜਾਣਾ ਚਾਹੀਦਾ ਕਹਿੰਦਾ ਜੀ ਰਾਈਟ ਟੂ ਲਿਬਰਟੀ ਆ ਉਸ ਤੋਂ ਬਾਅਦ ਕਹਿੰਦਾ ਫਰੀਡਮ ਆਫ ਰਿਲੀਜਨ ਆ ਇਕੁਐਲਿਟੀ ਆ ਕਿ ਐਜੂਕੇਸ਼ਨ ਰਾਈਟ ਆ ਬਿਲਕੁਲ ਜੀ ਬਿਲਕੁਲ ਮੈਂ ਤੁਹਾਨੂੰ ਕਹਿ ਰਿਹਾ ਡਿਟੇਲ ਦੇ ਵਿੱਚ ਮੈਂ ਤੁਹਾਡੇ ਵਾਸਤੇ ਰਿਟ ਵਾਲਾ ਟੋਪਿਕ ਲੈ ਕੇ ਆ ਰਿਹਾ ਮੈਨੂੰ ਬਹੁਤ ਬੱਚਿਆਂ ਨੇ ਕਹਿਤਾ ਕਿ ਸਰ ਰਿਟ ਨਹੀਂ ਆ ਰਹੀ ਰਿਟ ਨਹੀਂ ਆ ਰਹੀ ਤਾਂ ਮੈਂ ਬਿਲਕੁਲ ਰਿਟ ਵਾਲਾ ਟੋਪਿਕ ਤੁਹਾਡੇ ਵਾਸਤੇ ਲੈ ਕੇ ਆ ਰਿਹਾ ਡੋਂਟ ਵਰੀ ਟੈਨਸ਼ਨ ਨਾ ਲਓ ਕਿਸੇ ਵੀ ਗੱਲ ਦੀ ਡਨ ਹਾਂਜੀ ਚੱਲਦੇ ਹਾਂ ਜੀ ਚੱਲਦੇ ਹਾਂ ਆਪਾਂ ਕੀ ਕਹਿ ਰਹੇ ਹਾਂ ਅਨਟੱਚਬਿਲਟੀ
ਸਾਰੇ ਬੰਦੇ ਕੀ ਆ, ਇੱਕ ਦੂਜੇ ਦੇ ਬਰਾਬਰ ਆ, ਕੋਈ ਵੀ ਵੱਡਾ ਛੋਟਾ ਨਹੀਂ ਹੈਗਾ। ਕੋਈ ਇਹ ਨਹੀਂ ਕਹਿ ਸਕਦਾ ਕਿ ਮੈਂ ਬ੍ਰਾਹਮਣ ਹਾਂ ਅਤੇ ਤੂੰ ਐਸੀ ਕੈਟੇਗਰੀ ਦਾ, ਮੈਂ ਤੇਰੇ ਨਾਲ ਅਨਟੱਚੇਬਿਲਟੀ ਕਰ ਸਕਦਾ, ਕੋਈ ਇਹੋ ਜਿਹਾ, ਸਾਰੇ ਬੰਦੇ ਇਕੁਅਲ ਆ ਕਾਨੂੰਨ ਦੀ ਨਜ਼ਰ ਦੇ ਸਾਹਮਣੇ। ਬਟ ਤੁਹਾਨੂੰ ਪਤਾ ਅੱਜ ਕੱਲ੍ਹ ਕੀ ਹੋ ਰਿਹਾ, ਕੋਈ ਵੀ ਜਿਹੜਾ ਪਰਸਨ ਆ, ਵੱਡੀ ਕਾਸਟ, ਨੀਵੀਂ ਕਾਸਟ, ਉੱਚੀ ਕਾਸਟ, ਇਹਨਾਂ ਕਾਸਟਾਂ ਦੇ ਵਿੱਚ ਹੀ ਉਲਝ ਉਲਝ ਕੇ ਮਰ ਚੁੱਕੇ ਆ ਬੰਦੇ, ਸਮਝ ਗਏ। ਤਾਂ ਕੋਨਸਟੀਟਿਊਸ਼ਨ ਨੂੰ ਜਿਹੜੇ ਬੰਦੇ ਡਰਾਫਟ ਕੀਤਾ ਸੀ, ਬਹੁਤ ਚੰਗੀ ਤਰ੍ਹਾਂ ਸੋਚ ਨਾਲ, ਚੰਗੀ ਤਰ੍ਹਾਂ ਡਿਵੈਲਪ ਕੀਤਾ ਸੀ ਉਹਨਾਂ ਨੇ, ਵੀ ਕੋਈ ਵੀ ਚੀਜ਼ ਆ ਅਨਟੱਚਬਿਲਟੀ ਨਾ ਹੋਵੇ ਯਾਰ, ਸਾਰੇ ਬੰਦੇ ਇਕੁਅਲ ਆ, ਸਮਝ ਗਏ। ਤਾਂ ਆਰਟੀਕਲ ਕਿਹੜਾ ਇਕੁਐਲਿਟੀ ਦੇ ਵਿੱਚ ਆਉਂਦਾ ਜੀ, ਸੀ ਆਨਸਰ ਇਹਦਾ ਕੀ ਆ, ਕਰੈਕਟ ਆਨਸਰ ਆ। ਹਾਂ ਤੁਸੀਂ ਮੈਨੂੰ ਦੱਸੋ ਅੱਗੇ ਚੱਲਣਾ ਕਿ ਕਿਵੇਂ ਕਰਨਾ, ਕਿਉਂਕਿ 8 ਵੱਜ ਚੁੱਕੇ ਆ। ਜਲਦੀ ਆਨਸਰ ਕਰੋ ਯਾਰ, ਇਸ ਕੁਐਸਚਨ ਦਾ ਆਨਸਰ ਕਰਿਓ ਜਲਦੀ, ਆਹ ਕੁਐਸਚਨ ਪੜ੍ਹੋ ਤੇ ਆਨਸਰ ਕਰੋ। ਜਲਦੀ ਆਨਸਰ ਕਰ ਦਿਓ ਜੀ ਇਸ ਕੁਐਸਚਨ ਦਾ, ਜਲਦੀ ਆਨਸਰ ਕਰ ਦਿਓ ਇਸ ਕੁਐਸਚਨ ਦਾ। ਤਾਂ ਲਿਸਨ, ਮੇਰੀ ਗੱਲ ਸੁਣੋ, ਆਪਣਾ 1 ਘੰਟੇ ਦਾ ਸਲੋਟ ਆ ਖਤਮ ਹੋ ਚੁੱਕਿਆ। ਮੈਨੂੰ ਪਤਾ ਬਹੁਤ ਮਜ਼ਾ ਆ ਰਿਹਾ, ਬਹੁਤ ਤੁਸੀਂ ਮੇਰੇ ਨਾਲ ਕਮੈਂਟ ਸੈਕਸ਼ਨ ਦੇ ਵਿੱਚ ਜੁੜੇ ਹੋਏ ਹੋ, ਵਧੀਆ, ਤੁਸੀਂ ਸਭ ਮਾਣ ਸਤਿਕਾਰ ਦੇ ਰਹੇ ਹੋ ਭਰਾ ਨੂੰ, ਛੋਟੇ ਨੂੰ, ਠੀਕ ਹੈ। ਤਾਂ ਇੱਕ ਗੱਲ ਧਿਆਨ ਰੱਖਿਓ, ਇੱਧਰ ਜਿੰਨੀ ਵੀ ਗੱਲ ਆ, 40 ਨੰਬਰ ਕੁਐਸਚਨ ਆ, ਆਪਾਂ ਇੱਥੋਂ ਹੀ ਕੱਲ੍ਹ ਨੂੰ ਕੰਟੀਨਿਊ ਕਰ ਰਹੇ ਹਾਂ, ਠੀਕ ਹੈ। ਅਤੇ ਅੱਜ ਰਾਤੀ 10 ਵਜੇ, ਅੱਜ ਰਾਤੀ 10 ਵਜੇ ਚੀਰਫਾੜ ਸੀਰੀਜ਼, ਯਾਦ ਹੈ ਨਾ, ਚੀਰਫਾੜ ਸੀਰੀਜ਼ ਕਹਿੰਦੀ ਮਾਡਰਨ ਹਿਸਟਰੀ, ਠੀਕ ਹੈ। ਮਾਡਰਨ ਹਿਸਟਰੀ ਵਿੱਚ ਮਿਲਣਾ ਨਹੀਂ ਭੁੱਲਣਾ, ਰਾਤ ਨੂੰ 10 ਵਜੇ ਤੁਹਾਡੇ ਲਈ ਪ੍ਰੋਸੈਸ ਕਰ, ਤੁਹਾਡੇ ਲਈ ਯਤਨ ਕਰ ਰਿਹਾ ਸਾਰਾ, ਠੀਕ ਹੈ। ਨਹੀਂ ਤਾਂ ਮੈਂ ਵੀ ਆਪਦਾ ਟੌਰ ਨਾ ਸੌ ਸਕਦਾ, ਮੈਨੂੰ ਵੀ ਬਾਕੀ ਟੀਚਰ ਵਾਂਗੂ ਕੀ ਆ, ਕੋਈ ਐਕਸਟਰਾ ਬੋਨਸ ਨਹੀਂ ਮਿਲ ਰਿਹਾ, ਸਮਝ ਗਏ। ਤੁਹਾਡੇ ਲਈ ਪਿਆਰ ਆ, ਤੁਹਾਡੇ ਲਈ ਜੋ ਵੀ ਆ, ਸਮਝ ਗਏ, ਬਸ ਤੁਹਾਡੇ ਲਈ ਆ, ਕਲੀਅਰ ਆ। ਤਾਂ ਧਿਆਨ ਰੱਖਿਓ, ਹੁਣ ਗਿੱਲ ਸਰ ਦੀ ਕਲਾਸ ਆ 8 ਵਜੇ, ਰਾਈਟ ਟਾਈਮ ਮੈਥ ਦੀ ਕਲਾਸ ਆ, ਜਲਦੀ ਜਲਦੀ ਜੁੜਨਾ ਸ਼ੁਰੂ ਕਰ ਦਿਓ ਸਰ। ਯਾਰ ਇੰਨੇ ਸ਼ੋਰਟ ਤਰੀਕੇ ਨਾਲ ਕੁਐਸਚਨ ਕਰਾਉਂਦੇ ਆ, ਮੈਂ ਦੇਖਿਆ, ਆਪ ਖੁਦ ਮੈਂ ਚੀਜ਼ ਦੇਖੀ ਆ ਕਿ ਜਿਹੜਾ ਕੁਐਸਚਨ ਬਹੁਤ ਵੱਡੇ ਪ੍ਰੋਸੈਸ ਨਾਲ, ਲੰਬੇ ਪ੍ਰੋਸੈਸ ਨਾਲ ਹੁੰਦਾ, ਸਰ ਐਂ ਚੁਟਕੀਆਂ 'ਚ ਕੁਐਸਚਨ ਕਰਵਾਉਂਦੇ ਆ। ਤਾਂ ਤੁਹਾਨੂੰ ਯੂਟਿਊਬ 'ਤੇ ਇਸ ਤੋਂ ਬੈਸਟ ਟੀਚਰ ਕਿੱਥੇ ਮਿਲ ਰਿਹਾ ਯਾਰ, ਸਮਝ ਰਹੇ ਹੋ, ਡਨ। ਤਾਂ ਜਲਦੀ ਜਲਦੀ ਸਾਰਿਆਂ ਨੇ ਸੈਸ਼ਨ ਨੂੰ ਲਾਈਕ ਕਰ ਦਿਓ, ਉਸ ਤੋਂ ਬਾਅਦ ਤੁਸੀਂ ਜਾ ਸਕਦੇ ਹੋ, ਤਾਂ ਜਾਣਾ ਜਾ ਸਕਦੇ ਹੋ। ਥੈਂਕ ਯੂ ਸੋ ਮਚ, ਥੈਂਕ ਯੂ, ਬਾਏ ਬਾਏ ਜੀ, ਟੇਕ ਕੇਅਰ।